कृपया जी ने तस्वीर लाओ जल्दी ना प्लीज। जय प्रजापति। हाँ जी प्रजापति सर, प्रजापति प्रजापति। मैं नहीं सुनिया कदे एक केड़ी कास्ट है कह रहा नहीं वे। सो गुरबीर जी उन्होंने फोटो वाले होल्ड कर लो एक मिनट ली। हाँ जी उन्होंने फोटो जी होल्ड कर लो, उन्होंने फोटो जी जी मैं थोड़ा भेजागा तुम्हें वह लानी है जी पूरे सिक्खी बाणी दे। एक फोटो भेजी गई है जो पूरे सिक्खी बाणी है कृपेश जी, वह फोटो तुम लाओगे असी बहुत जल्दी। अच्छा थोड़े नाल फ्रॉड होया, फ्रॉड किवें होया, फ्रॉड किस व्यक्ति ने किया, उहदा नाम की है? दलजीत सिंह बैंस। दलजीत सिंह बैंस किन्नी उम्र दा आ सर? ओ कोई हैगा आ ओ भी 45 46 साल दा, 1970 दा उहदा जन्म आ। एक सेकंड जी, ओ भी 45 46 साल दा आ। वाइफ एक कपल्स की स्टोरी असं पेश कर रहे हैं, दो बच्चे ने इन्हों के 95 लाख रुपया किमें किस तरह लुटिया। गुरजीत कौर इन्होंने थानू किस देश भेजना से 95 लाख रुपया लेना से? कनेडा भेजना। तुसी इन्हों किमें मिले हो, किमें जानते, थोड़े रिश्तेदार है या फिर थोड़े शहर का है, किमें मिले थानू, थोड़े हसबेंड नू या थोड़े परिवार के किसी मैंबर के राही तुसी मिले हो? सर मेरे हसबेंड को आया ही, कोई बंदा लैके आया ही, इन्हां नूं सिलेंडर चाहिए आ जी। अपने गुरजीत दे हसबेंड दी फोटो ला रहे हो, गुरजीत दी भी तुहाडे हसबेंड नूं दुबारा सर लागे पिंड आ, उत्थों दा बंदा लैके आया ही इन्हां नूं इन्हां दे कोल कि इन्हां नूं सिलेंडर चाहिए आ, ते इह बंदा बाहरों आया कनेडा तों, इमीग्रेशन दा काम करदा आ। अच्छा किहड़े साल दी गल है सर? इह 2020 दी गल आ। 2020 ਦੀ ਗੱਲ ਹੈ। ਹਾਂਜੀ 2020 ਕਿਹੜੇ ਮਹੀਨੇ ਦੀ ਗੱਲ ਹੈ? ਸਰ ਦਸੰਬਰ ਦੇ ਮਹੀਨੇ ਦੀ ਗੱਲ ਆ। 2020 ਦੇ ਦਸੰਬਰ ਮਹੀਨੇ ਦੀ ਗੱਲ ਹੈ। ਔਰ ਤੁਹਾਡੇ ਕੋਲ ਕੌਣ ਲੈ ਕੇ ਆਇਆ, ਕੀ ਨਾਮ ਸੀ ਉਹਦਾ? ਸਰ ਉਹਦਾ ਨਾਮ ਪਰਮਜੀਤ ਸਿੰਘ ਹੀ ਜਿਹੜਾ ਲੈ ਕੇ ਆਇਆ। ਤੁਹਾਨੂੰ ਜਾਣਦਾ ਪਰਮਜੀਤ? ਸਰ ਉਹ ਮੇਰੇ ਹਸਬੰਡ ਕੋਲ ਆਉਂਦਾ ਸੀ, ਉਹ ਵੀ ਸਿਲੰਡਰ ਲੈਣ, ਤੇ ਉਹਨਾਂ ਨੂੰ ਜਾਣਦਾ ਸੀਗਾ। ਉਹਨਾਂ ਦੇ ਰਿਸ਼ਤੇਦਾਰ ਸੀ ਜਾਂ ਦੋਸਤ ਸੀ ਉਹਨਾਂ ਦਾ? ਸਰ ਇਹਦਾ ਉਹ ਇਹਨਾਂ ਨੂੰ ਪਤਾ, ਕਹਿੰਦਾ ਸੀ ਕਿ ਇਹ ਬੰਦਾ ਬਾਹਰੋਂ ਆਇਆ ਤੇ ਇਹਨੂੰ ਸਿਲੰਡਰ ਚਾਹੀਦੇ ਆ, ਇਹਨੇ ਕੋਈ ਕਿਤੇ ਸਿਲੰਡਰ, ਇਹਨੇ ਲੰਗਰਾਂ ਦੀ ਸੇਵਾ ਲਾਉਣੀ, ਉਹਦੇ ਵਾਸਤੇ ਇਹਨੂੰ ਸਿਲੰਡਰ ਚਾਹੀਦੇ ਆ, ਤੇ ਇਹਨੂੰ ਸਿਲੰਡਰ ਦਿਓ। ਇਹ ਰਹਿੰਦਾ ਕਿੱਥੇ ਆ ਸਰ? ਪਰਮਜੀਤ ਵਰਪਾਲ ਪਿੰਡ ਆ ਲਾਗੇ, ਜਿੱਥੇ ਏਜੰਸੀ ਆ ਨਾ ਉਹਦੇ ਲਾਗੇ ਪਿੰਡ ਵਰਪਾਲ ਆ। ਨਹੀਂ ਦਲਜੀਤ ਸਿੰਘ ਬੈਂਸ ਜਿਹੜਾ ਕੈਨੇਡਾ ਤੋਂ ਕਲੇਮ ਕਰਦਾ ਮੈਂ ਆਇਆ ਸਿਲੰਡਰ ਲੈਣੇ ਆ, ਗੁਰੂ ਘਰ ਦੀ ਸੇਵਾ ਕਰਨੀ ਆ, ਰਸੋਈ ਘਰ ਦੀ ਔਰ ਚੰਗੀ ਕਾਜ਼ ਵੀ ਲੈਣੇ ਆ, ਤਾਂ ਇਹ ਦਲਜੀਤ ਬੈਂਸ ਕਿੱਥੋਂ ਰਹਿਣ ਵਾਲਾ ਆ? ਸਰ ਇਹ ਮੱਲੀ ਨੰਗਲ ਜਲੰਧਰ ਦੇ ਲਾਗੇ ਪਿੰਡ ਆ, ਉੱਥੋਂ ਦਾ ਰਹਿਣ ਵਾਲਾ ਆ। ਮੱਲੀ ਨੰਗਲ ਪਿੰਡ ਰਹਿਣ ਵਾਲਾ ਆ? ਹਾਂਜੀ। ਓਕੇ ਸੋ ਮੈਂ ਜਾਣਨਾ ਚਾਹਾਂਗਾ ਆਪ ਜੀ ਤੋਂ। ਹਾਂਜੀ ਮੱਲੀ ਨੰਗਲ ਪਿੰਡ ਦੇ ਰਹਿਣ ਵਾਲਾ, ਹੁਸ਼ਿਆਰਪੁਰ ਵਿੱਚ ਆ ਇਹ? ਨਹੀਂ ਸਰ ਜਲੰਧਰ ਦੇ ਲਾਗੇ ਕਿਸ਼ਨਗੜ੍ਹ ਦੇ ਨੇੜੇ ਆ, ਜਲੰਧਰ ਦੇ ਵਿੱਚ। ਜਲੰਧਰ ਵਿੱਚ ਆ ਇਹ? ਹਾਂਜੀ ਜਲੰਧਰ ਦੇ ਨੇੜੇ ਕਿਸ਼ਨਗੜ੍ਹ, ਕਿਸ਼ਨਗੜ੍ਹ ਅੱਡਾ ਆ ਤੇ ਉਸ ਤੋਂ ਅੱਗੇ ਆ ਮੱਲੀ ਨੰਗਲ ਪਿੰਡ। ਜਲੰਧਰ ਵਿੱਚ ਪੈਂਦਾ ਇਹ? ਹਾਂਜੀ ਹਾਂਜੀ ਆਦਮਪੁਰ ਦੇ ਲਾਗੇ ਆ ਆਦਮਪੁਰ। ਤੁਸੀਂ ਕਿਵੇਂ ਜਾਣਦੇ ਸੀ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਸ ਪਿੰਡ ਦਾ ਆ? ਸਰ ਇਹ ਹੁਣ ਅਸੀਂ ਪਤਾ ਕਰਾਇਆ ਆ ਤੇ ਉੱਥੋਂ ਸਾਨੂੰ ਪਤਾ ਲੱਗਾ ਆ ਕਿ ਇਹਦਾ ਪਿੰਡ ਏ ਮੱਲੀ ਨੰਗਲ। ਨਹੀਂ ਜਦੋਂ ਤੁਹਾਡੇ ਹਸਬੈਂਡ ਸਿਲੰਡਰ ਲੈਣ ਆਇਆ ਸੀ, ਆਇਆ ਔਰ 20 ਵਿੱਚ ਔਰ ਕਿੰਨੇ ਮਹੀਨੇ ਸਿਲੰਡਰ ਜਾਂਦਾ ਰਿਹਾ, ਉਸ ਤੋਂ ਬਾਅਦ ਇਹਨੇ ਕਿਹਾ ਕਿ ਮੈਂ ਬੰਦੇ ਲੈ ਕੇ ਜਾਂਦਾ, ਇਹਨੇ ਆਪ ਵੀ ਕਿਹਾ ਮੈਂ ਬੰਦੇ ਬਾਹਰ ਲੈ ਕੇ ਜਾਂਦਾ ਕੈਨੇਡਾ ਵਿੱਚ? ਹਾਂਜੀ ਹਾਂਜੀ ਸਰ ਇਹਨੇ ਕਿਹਾ ਮੈਂ ਆਪ ਹੀ ਮਤਲਬ ਇਮੀਗ੍ਰੇਸ਼ਨ ਦਾ ਕੰਮ ਕਰਦਾ ਆ, ਪਹਿਲਾਂ ਇਹਨੇ ਚੰਗੀ ਤਰ੍ਹਾਂ ਵਾਕ ਵੀ ਬਣਾ ਲਈ, 3-4 ਵਾਰੀ ਸਿਲੰਡਰ ਲੈ ਕੇ ਗਿਆ ਏ, ਤੇ ਉਸ ਤੋਂ ਬਾਅਦ ਇਹਨੇ ਮਤਲਬ ਕਹਿੰਦਾ ਕਿ ਮੈਂ ਤੇਰੇ ਪਰਿਵਾਰ ਨੂੰ ਵੀ ਉੱਥੇ ਹੀ ਸੈੱਟ ਕਰਦਾ ਆ ਕੈਨੇਡਾ ਜੀ, ਤੁਸੀਂ ਇੱਥੇ ਇੰਨੀ ਮਿਹਨਤ ਕਰਦੇ, ਉੱਥੇ ਮੈਂ ਵਰਕ ਪਰਮਿਟ ਤੇ ਲੈ ਕੇ ਜਾਣਾ ਆ ਤਾਂ। ਇਹਦਾ ਨਾਮ ਜਾ, ਇਹਦਾ ਨਾਮ ਦਲਜੀਤ ਸਿੰਘ ਬੈਂਸ ਹੈ? ਹਾਂਜੀ ਦਲਜੀਤ ਸਿੰਘ ਬੈਂਸ। ਓਕੇ ਬੈਂਸ ਲੈ ਦੋ ਜੀ, ਦਲਜੀਤ ਸਿੰਘ ਬੈਂਸ ਜਿਹੜਾ ਆ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਤੋਂ 95 ਲੱਖ ਰੁਪਏ ਹੇਰਾ ਫੇਰੀ ਇਹਨਾਂ ਨੇ ਕੀਤੀ ਆ। ਤੁਸੀਂ ਹੇਰਾ ਫੇਰੀ ਦਾ ਜਿਹੜਾ ਮੈਟਰ ਹੈ ਪੁਲਿਸ ਨੂੰ ਦੇ ਚੁੱਕੇ ਹੋ? ਪੁਲਿਸ ਨੂੰ ਕਿਹੜੇ ਥਾਣੇ ਤੁਸੀਂ ਦਿੱਤੀ ਆ?
ਸਰ ਇੱਥੇ ਅੰਮ੍ਰਿਤਸਰ ਸੀਪੀ ਦੇ ਦਫ਼ਤਰ ਆ ਸੀਪੀ ਸਾਹਿਬ ਦੇ ਆਫਿਸ ਦੇ ਚੁੱਕੇ ਹੋ ਐਕਸ਼ਨ ਕੀ ਲਿਆ ਪੰਜਾਬ ਪੁਲਿਸ ਨੇ ਸਰ ਪੰਜਾਬ ਪੁਲਿਸ ਨੇ 9 ਮਹੀਨੇ ਪਹਿਲਾਂ ਸਾਰੀ ਉਹਦਾ ਸਾਰਾ ਜਿਹੜਾ ਕਰ ਲਈ ਉਹਦੀ ਇਨਕੁਆਇਰੀ ਕਿ ਬਿਲਕੁਲ ਸਹੀ ਆ ਸਾਡੇ ਅਕਾਊਂਟਾਂ ਚੋਂ ਪੈਸੇ ਗਏ ਉਹਦੇ ਅਕਾਊਂਟਾਂ ਚ ਉਹਦੇ ਅਕਾਊਂਟ ਚ ਪੈਸੇ ਗਏ ਆ ਉਹਨਾਂ ਨੇ ਸਾਰੀ ਇਨਕੁਆਇਰੀ ਕਰਕੇ ਤੇ ਫਿਰ ਉਹਨਾਂ ਨੇ ਐਫ ਆਰ ਆਈ ਕੀਤੀ ਹੁਣ ਐਫ ਆਰ ਆਈ ਕਰ ਦਿੱਤੀ ਆ ਐਫ ਆਰ ਆਈ ਕਰ ਦਿੱਤੀ ਆ ਮੈਂ ਸਮਝ ਗਿਆ ਇਸ ਗੱਲ ਨੂੰ ਪਰ ਮੈਂ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ 95 ਲੱਖ ਰੁਪਏ ਦੀ ਠੱਗੀ ਮਾਰੀ ਕਿ ਤੁਹਾਡੇ ਮੈਂ ਸਾਰੇ ਟੱਬਰ ਨੂੰ ਲੈ ਜਾਊ ਕੈਨੇਡਾ 20-20 ਕਹਿੰਦਾ ਹਾਂਜੀ ਕਿਹੜੇ ਬੇਸ ਤੇ ਲੈ ਕੇ ਜਾਊ ਕੈਨੇਡਾ ਚ ਸਰ ਵਰਕ ਪਰਮਿਟ ਤੇ ਖੜਨਾ ਹੀ ਵਰਕ ਪਰਮਿਟ ਤੇ ਤੁਸੀਂ ਸੋਚਿਆ ਨਹੀਂ ਕਿ ਇਹ ਬੰਦਾ ਲਿਜਾ ਸਕਦਾ ਆ ਤੁਸੀਂ ਪਾਸਪੋਰਟ ਦੇਖਿਆ ਕਿ ਕੈਨੇਡਾ ਦਾ ਆਇਆ ਆ ਕੈਨੇਡਾ ਦਾ ਪਾਸਪੋਰਟ ਆ ਜਾਂ ਫਿਰ ਇੰਡੀਆ ਦਾ ਪਾਸਪੋਰਟ ਆ ਨਹੀਂ ਸਰ ਇਹ ਪਾਸਪੋਰਟ ਦਾ ਤੇ ਨਹੀਂ ਵੇਖਿਆ ਤੇ ਉਹਦੇ ਆਧਾਰ ਕਾਰਡ ਪੈਨ ਕਾਰਡ ਵਗੈਰਾ ਸਭ ਕੁਝ ਲਿਆ ਸੀ ਤੇ ਇਹਨੇ ਜਲੰਧਰ ਸਾਨੂੰ ਆਪਣੇ ਆਫਿਸ ਵੀ ਖੜਿਆ ਕੋਠੀ ਦੇ ਵਿੱਚ ਆਫਿਸ ਬਣਾਇਆ ਸੀ ਕੋਈ ਕੋਈ ਕਿਸੇ ਕੋਠੀ ਵਿੱਚ ਦਫ਼ਤਰ ਖੋਲੇ ਸੀ ਆਪਣਾ ਹਾਂਜੀ ਹਾਂਜੀ ਕੋਠੀ ਚ ਕੋਠੀ ਕਿੱਥੇ ਸੀਗੀ ਇਹ ਸਰ ਇਹਦੀ ਕੋਠੀ ਸੀ ਅਰਬਨ ਸਟੇਟ ਫੇਜ਼ 1 ਫੇਜ਼ 1 ਦੇ ਵਿੱਚ ਕੋਠੀ ਸੀਗੀ 1265 ਨੰਬਰ ਕੋਠੀ ਦਾ ਸੀਗਾ ਓਕੇ ਸੋ ਮੈਂ ਇਹ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਹਾਂਜੀ ਤੁਸੀਂ ਫਿਰ ਇਹਦੇ ਕੋਠੀ ਵਿੱਚ ਜਾ ਕੇ ਪਹਿਲਾਂ ਪੈਸ ਪਹਿਲੀ ਰਕਮ ਕਿੰਨੀ ਦਿੱਤੀ ਤੁਸੀਂ ਸਰ ਅਸੀਂ ਪਹਿਲੀ ਰਕਮ 7 ਲੱਖ ਦਿੱਤੀ ਇਹਦੀ ਕੋਠੀ ਚ ਦਿੱਤੀ ਜਾ ਕੇ ਕੈਸ਼ ਸੀ ਤੇ ਚੈੱਕ ਸੀ ਹਾਂਜੀ ਉਹ ਕੈਸ਼ ਦਿੱਤੀ ਇਹਨੂੰ 7 ਲੱਖ ਰੁਪਈਆ ਪਹਿਲਾਂ ਤੁਸੀਂ ਕੈਸ਼ ਦਿੱਤਾ ਤੁਹਾਡੇ ਨਾਲ ਕੋਈ ਹੈ ਵਿਟਨੈਸ ਗਵਾਹ ਹੈ ਤੁਹਾਡਾ ਕੋਈ ਨਹੀਂ ਸਰ ਅਸੀਂ ਆਪ ਹੀ ਚਾਰੇ ਮੈਂਬਰ ਪਰਿਵਾਰ ਦੇ ਗਏ ਹਾਂ ਤੁਸੀਂ ਕਿੰਨੀ ਵੱਡੀ ਗਲਤੀ ਕੀਤੀ 7 ਲੱਖ ਰੁਪਈਆ ਤੁਸੀਂ ਜਾਣਦੇ ਨਹੀਂ ਬੁੱਝਦੇ ਨਹੀਂ ਗੇ ਇਹ ਤੁਹਾਡੀ ਅੰਮ੍ਰਿਤਸਰ ਜਿਹੜੀ ਆ ਏਜੰਸੀ ਦਾ ਕੰਮ ਆ ਤੁਹਾਡੇ ਹਸਬੈਂਡ ਜਿੱਥੇ ਕਰਦੇ ਉਹ ਅੰਮ੍ਰਿਤਸਰ ਆ ਇਹ ਬੰਦਾ ਅੰਮ੍ਰਿਤਸਰ ਤੋਂ ਜਲੰਧਰ ਰਹਿੰਦਾ ਅੰਮ੍ਰਿਤਸਰ ਤੋਂ ਗੈਸ ਜੇ ਸਿਲੰਡਰ ਲੈਣ ਜਾਂਦਾ ਤੁਹਾਨੂੰ ਸ਼ੱਕ ਨਹੀਂ ਪਈ ਕਿ ਰਸਤੇ ਵਿੱਚ ਇੰਨੇ ਪਿੰਡ ਆਉਂਦੇ ਇੰਨੇ ਕਿਲੋਮੀਟਰ ਆ ਤਾਂ ਸਿਲੰਡਰ ਉੱਥੇ ਕਿਉਂ ਲੈਂਦਾ ਜਲੰਧਰ ਕਿਉਂ ਬਾਈ ਕਰਦਾ ਇਹ ਅੰਮ੍ਰਿਤਸਰ ਤੋਂ ਕਿਉਂ ਲੈਂਦਾ ਫਿਰ ਸਰ ਇਹ ਸ਼ੱਕ ਇਸ ਕਰਕੇ ਨਹੀਂ ਹੋਇਆ ਕਿ ਜਿਹੜੇ ਉੱਥੇ ਲਾਗੇ ਗੁਰਦੁਆਰੇ ਸੀ ਜਿੱਥੇ ਇਹਨੇ ਲੰਗਰ ਲਾਇਆ ਸੀ ਜਿਹੜਾ ਪਰਮਜੀਤ ਨਾਲ ਆਇਆ ਉਹਨੇ ਦੱਸਿਆ ਕਿ ਲਾਗੇ ਹੀ ਉਹਨੇ ਮਤਲਬ ਇਹਦੀ ਗਵਾਹੀ ਦਿੱਤੀ ਕਿ ਇਹਨੇ ਇੱਥੇ ਲੰਗਰ ਲਾਇਆ ਜਿੱਥੇ ਮੇਰੇ ਹਸਬੈਂਡ ਦੀ ਏਜੰਸੀ ਸੀ ਨਾ ਉਹਦੇ ਲਾਗੇ ਕੋਈ ਪਿੰਡ ਸੀ ਤੇ ਉੱਥੇ ਇਹਨੇ ਲੰਗਰ ਕਹਿੰਦੇ ਲਾਇਆ ਤੇ ਉਹਦੇ ਵਾਸਤੇ ਇਹਨੂੰ ਸਿਲੰਡਰ ਚਾਹੀਦੇ ਤਾਂ ਕਰਕੇ ਸ਼ੱਕ ਨਹੀਂ ਹੋਇਆ ਸਾਨੂੰ ਤੁਹਾਨੂੰ ਕਿੱਦਾਂ ਪਤਾ ਕਿ ਇਹ ਇੰਗਲੈਂਡ ਕੈਨੇਡਾ ਤੋਂ ਆਇਆ ਤੁਹਾਡੇ ਕੋਲ ਕੀ ਪ੍ਰੂਫ ਦਿਖਾ ਰਿਹਾ ਜਦ ਤੁਸੀਂ ਦੇਖਿਆ ਜਦ ਤੁਸੀਂ ਕਿਸੇ ਪੁੱਛਿਆ ਕਿ ਸੱਚਮੁੱਚ ਹੀ ਕੈਨੇਡਾ ਤੋਂ ਆਇਆ ਹੈ ਸਰ ਇੱਕ ਤੇ ਜਿਹੜਾ ਆ ਉਹ ਇੱਕ ਆਪਣਾ ਇਹਨੇ ਜਿਹੜਾ ਹੈਗਾ ਸੀ ਨਾ ਉਹ ਪਰਮਜੀਤ ਉਹਨੇ ਵੀ ਦੱਸਿਆ ਆ ਕਿ ਇਹ ਬਾਹਰੋਂ ਆਇਆ ਕੈਨੇਡਾ ਤੋਂ ਤੇ ਇਹਨੂੰ ਸਿਲੰਡਰ ਦੋ ਨਹੀਂ ਉਹ ਗੱਲ ਮੈਂ ਸੁਣ ਚੁੱਕਾ ਮੈਂ ਸੁਣ ਚੁੱਕਾ ਆ ਪਰ ਤੁਹਾਡੇ ਕੋਲ ਕਿਹੜਾ ਐਸਾ ਪ੍ਰੂਫ ਹੈ ਕਿ ਕੈਨੇਡਾ ਤੋਂ ਆਇਆ ਸਰ ਇਹ ਬਸ ਉਹ ਹੀ ਕਹਿੰਦਾ ਹੈ ਕਿ ਮੈਂ ਕੈਨੇਡਾ ਤਾਂ ਆ ਤੇ ਮੇਰੀ ਵਾਈਫ ਉਧਰ ਕੰਮ ਕਰਦੀ ਆ ਤੇ ਮੈਂ ਮੇਰਾ ਕੰਮ ਹੀ ਇਹੋ ਆ ਕਿ ਮੈਂ ਵਰਕ ਪਰਮਿਟ ਤੇ ਬੱਚਿਆਂ ਨੂੰ ਗਰੁੱਪ ਮੈਂ ਸਮਝ ਗਿਆ ਇਸ ਗੱਲ ਨੂੰ ਤੁਸੀਂ ਹੋਰ ਕਿਸੇ ਪੁੱਛਿਆ ਸੀ ਕੈਨੇਡਾ ਤੋਂ ਆਇਆ ਜਾਂ ਨਹੀਂ ਨਹੀਂ ਸਰ ਇਹ ਨਹੀਂ ਪੁੱਛਿਆ ਹੁਣ ਤੱਕ ਤੁਸੀਂ 1 ਮਿੰਟ 20 ਤੋਂ ਲੈ ਕੇ 3 ਸਾਲ 20 ਚੱਲੇ ਆ ਤੁਸੀਂ ਹੁਣ ਤੱਕ ਜਾਣਦੇ ਹੋ ਕਿ ਸੱਚਮੁੱਚ ਹੀ ਕੈਨੇਡਾ ਚ ਰਿਹਾ ਹੈ ਸਰ ਹਾਂਜੀ ਹੁਣ ਮਤਲਬ ਪਤਾ ਲੱਗਾ ਆ ਕਿ ਕੈਨੇਡਾ ਤੋਂ ਆਇਆ ਇਹ ਡਿਪੋਰਟ ਹੋ ਕੇ ਆਇਆ ਸੀ ਆਇਆ ਸਾਨੂੰ ਹੁਣ ਕਦੋਂ ਕਿੰਨੇ ਚਿਰ ਹੋਇਆ ਪਤਾ ਲੱਗਾ ਸਰ ਜਦੋਂ ਸਾਨੂੰ ਆ 2 ਮਹੀਨੇ ਹੋਏ ਆ ਜਦੋਂ ਇਹ ਸਾਰੀ ਆ ਖਬਰ ਫੈਲ ਗਈ ਆ ਕਿ ਇਹਨਾਂ ਨਾਲ ਠੱਗੀ ਹੋ ਗਈ ਆ ਸਾਨੂੰ ਕਿਹਨੇ ਦੱਸਿਆ ਗੁਰਜੀਤ ਕੌਰ ਕਿ ਇਹ ਕੈਨੇਡਾ ਤੋਂ ਆਇਆ ਤੁਹਾਨੂੰ ਕਦੋਂ ਪਤਾ ਲੱਗਾ 2 ਮਹੀਨੇ ਪਹਿਲਾਂ ਕਿਹਨੇ ਦੱਸਿਆ ਸਰ ਇਹਦੀ ਕੋਈ ਨੈਟ ਤੋਂ ਜਾਣਕਾਰੀ ਮਿਲੀ ਸੀ ਸਾਨੂੰ ਤੇ ਉਹ ਖੋਲੀ ਤੇ ਉੱਥੋਂ ਪਤਾ ਲੱਗਾ ਕਿ ਬਲੈਕ ਲਿਸਟ ਤੇ ਆ ਤੇ ਉੱਥੋਂ ਫਰਾਡ ਕਰਕੇ ਆਇਆ ਹੋਇਆ ਉੱਥੋਂ ਕੈਨੇਡਾ ਤੋਂ ਵੀ ਮਤਲਬ ਕੈਨੇਡਾ ਤੋਂ ਫਰਾਡ ਕਰਕੇ ਆਇਆ ਹੋਇਆ ਸੀ ਮਤਲਬ ਕੀ ਫਰਾਡ ਕੀ ਕੀਤਾ ਕੈਨੇਡਾ ਚ ਇਹਨੇ ਸਰ ਉੱਥੇ ਵੀ ਇਹਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਆ ਹਰਕਿੰਦਰ ਸਿੰਘ ਚਾਹਲ ਨੇ ਕੋਈ ਉਹਨਾਂ ਨੇ ਸਾਨੂੰ ਦੱਸਿਆ ਉਹ ਜਿਹੜੀ ਅਸੀਂ ਕੱਢੀ ਹੈ ਨਾ ਨੈਟ ਤੋਂ ਡਿਟੇਲ ਉਹਨਾਂ ਦੇ ਵਿੱਚ ਉਹਦਾ ਨਾਂ ਸੀ ਤੇ ਉਹਨਾਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਸਾਨੂੰ ਸਾਰਾ ਦੱਸਿਆ ਆ ਕਿ ਇਹ ਤੇ ਬਹੁਤ ਵੱਡਾ ਠੱਗ ਆ ਤੇ ਤੁਸੀਂ ਮਤਲਬ ਇਹਨੂੰ ਇੱਥੋਂ ਡਿਪੋਰਟ ਕੀਤਾ ਹੋਇਆ ਆ ਤੇ ਤਾਂ ਇੱਥੋਂ ਭੱਜ ਗਿਆ ਆ ਹਰਕਿੰਦਰ ਚਾਹਲ ਜਿਹੜਾ ਆ ਉਹ ਕਹਿੰਦਾ ਕਿ ਇਹ ਕੈਨੇਡਾ ਦਾ ਰਹਿਣ ਵਾਲਾ ਆ ਤਾਂ ਹਰਕਿੰਦਰ ਚਾਹਲ ਕੈਨੇਡਾ ਕਿੱਥੇ ਰਹਿਣ ਵਾਲਾ ਆ ਵੈਨਕੂਵਰ ਜਾਂ ਅੰਟਾਰੀਓ ਟੋਰਾਂਟੋ ਬ੍ਰਾਂਟਨ ਕਿੱਥੋਂ ਦਾ ਸਰ ਅੰਟਾਰੀਓ ਤੋਂ ਨੇ ਅੰਟਾਰੀਓ ਕਿਹੜੇ ਸ਼ਹਿਰ ਨੇ ਅੰਟਾਰੀਓ ਚ ਹਾਂਜੀ
ਉਨਟਾਰੀਓ ਚ ਪ੍ਰੋਫੈਸਰ ਨੇ ਉਹ 400 ਪ੍ਰੋਫੈਸਰ ਨੇ ਜਿਨ੍ਹਾਂ ਨਾਲ ਵੀ ਠੱਗੀ ਵੱਜੀ ਆ ਹਾਂਜੀ ਹਾਂਜੀ ਉਹਨਾਂ ਨਾਲ ਵੀ ਵੱਜੀ ਆ ਸੋ ਤੁਹਾਡੀ ਗੱਲਬਾਤ ਹੋਈ ਸੀ ਚਾਰ ਸਾਹਿਬ ਨਾਲ ਹਾਂਜੀ ਹਾਂਜੀ ਸਰ ਚਾਰ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਚਾਰ ਸਾਹਿਬ ਤੁਹਾਡੇ ਨਾਲ ਪੂਰਾ ਸਾਥ ਦੇ ਰਹੇ ਆ ਹਾਂਜੀ ਸਰ ਦੇ ਰਹੇ ਨੇ ਤੇ ਚਾਰ ਸਾਹਿਬ ਜਿਹੜੇ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਠੱਗੀ ਕਿੰਨੇ ਕਾਹਦੀ ਠੱਗੀ ਮਾਰੀ ਆ ਕਿਵੇਂ ਮਾਰੀ ਉਹਨਾਂ ਨਾਲੇ ਨੇ ਸਰ ਉਹਨਾਂ ਦੇ ਨਾਲ ਵੀ $35,000 ਦੀ ਠੱਗੀ ਮਾਰੀ ਉਹਨਾਂ ਨੇ ਸਰਾਚਾਰ ਸਾਹਿਬ ਨਾਲ $35,000 ਦੀ ਠੱਗੀ ਮਾਰੀ ਇਸ ਬੈਂਸ ਨੇ $35,000 ਕਹਿੰਦੇ ਸੀ $35,000 ਦੀ ਠੱਗੀ ਮਾਰੀ ਹੈ ਕੀ ਕਹਿ ਕੇ ਮਾਰੀ ਠੱਗੀ ਇਹ ਦੱਸਿਆ ਉਹਨਾਂ ਨੇ ਸਰ ਇਹ ਨਹੀਂ ਦੱਸਿਆ ਉਹਨਾਂ ਨੇ ਕਿ ਕੀ ਕਿਵੇਂ ਮਾਰੀ ਹੈ ਓਕੇ ਸੋ ਸਰ ਕੋਈ ਕਾਰਾਂ ਕੂਰਾਂ ਦਾ ਕਹਿੰਦੇ ਸੀ ਬਸ ਉਹਨਾਂ ਨੇ ਇਹੋ ਹੀ ਦੱਸਿਆ ਕਿ ਕਾਰਾਂ ਦੇ ਨਾਂ ਤੇ ਇੱਧਰ ਠੱਗੀ ਮਾਰਦਾ ਰਿਹਾ ਹੈ ਕੈਨੇਡਾ ਚ ਕਾਰਾਂ ਦੇ ਨਾਂ ਠੱਗੀ ਉੱਥੇ ਪੂਰੀ ਡਿਟੇਲ ਨਹੀਂ ਹੈ ਤੇ ਇਹਨਾਂ ਦੀ ਵਾਈਫ ਬੱਚੇ ਕਿੰਨੇ ਆ ਉਹਨਾਂ ਦੇ ਵਾਈਫ ਸਰ ਦਲਜੀਤ ਸਿੰਘ ਬੈਂਸ ਦੇ ਦੋ ਬੱਚੇ ਆ ਤੇ ਵਾਈਫ ਆ ਉਹ ਕੈਨੇਡਾ ਵਿੱਚ ਆ ਹਾਂਜੀ ਉਹ ਕੈਨੇਡਾ ਚ ਹੀ ਆ ਕਹਿੰਦੇ ਤੇ ਫਿਰ ਇਹ ਬੈਂਸ ਜਿਹੜਾ ਆ ਜੇਲ੍ਹ ਚ ਰਿਹਾ ਫਿਰ ਕੈਨੇਡਾ ਚ ਹਾਂਜੀ ਜੇਲ੍ਹ ਚ ਵੀ ਰਿਹਾ ਆ ਉੱਥੇ ਕਿੰਨਾ ਸਮਾਂ ਰਿਹਾ ਇਹਦੀ ਵਾਈਫ ਸਰ ਇਹਦੀ ਵਾਈਫ ਨੂੰ ਵੀ ਕਹਿੰਦੇ ਸੀ ਜੇਲ੍ਹ ਕਰਾਈ ਆ ਤੇ ਇਹਨੂੰ ਵੀ ਜੇਲ੍ਹ ਕਰਾਈ ਸੀਗੀ 3 ਸਾਲ ਰਿਹਾ ਆ ਇਹ ਤੁਹਾਨੂੰ ਕੀ ਦੱਸਿਆ ਉਹਨਾਂ ਨੇ ਹਰਕਿੰਦਰ ਚਾਲ ਨੇ ਦੱਸਿਆ ਆ ਸਰ ਤੁਸੀਂ ਚਾਲ ਸਾਹਿਬ ਦਾ ਨੰਬਰ ਜਿਹੜਾ ਨੈਟ ਤੋਂ ਲਿਆ ਕਿਸ ਤਰ੍ਹਾਂ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਮਾਰੀ ਠੱਗੀ ਉਹਨਾਂ ਨੇ ਵੀ ਦੱਸਿਆ ਕਿਸੇ ਹੋਰ ਨਾਲ ਵੀ ਮਾਰੀ ਆ ਉਹਨਾਂ ਨੇ ਠੱਗੀ ਕੈਨੇਡਾ ਵਿੱਚ ਜਾਂ ਸਾਡੇ ਨਾਲ ਮਾਰੀ ਆ ਹਾਂਜੀ 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 ਸਰ ਉਹਨਾਂ ਨੇ ਦੱਸਿਆ ਕਿ $6 million ਦੀ ਪੁਲਿਸ ਕੋਲ ਇੱਧਰ ਰਿਕਾਰਡ ਹੈਗਾ ਆ ਜਿਹੜੀ ਇਹਨੇ ਠੱਗੀ ਮਾਰੀ ਆ ਤੇ ਤਾਂ ਹੀ ਇਹਨੂੰ ਡਿਪੋਰਟ ਕੀਤਾ ਇੱਧਰੋਂ $6 million ਦੀ ਠੱਗੀ ਮਾਰ ਕੇ ਹੁਣ ਇਹ ਇੰਡੀਆ 'ਚ ਕਿੰਨੇ ਸਮੇਂ ਤੋਂ ਰਹਿ ਰਿਹਾ ਇੰਡੀਆ 'ਚ ਹੁਣ ਇੰਡੀਆ 'ਚ ਜਾਂ ਕਿਤੇ ਫਰਾਰ ਹੈ ਸਰ ਇਹ ਹੈਗਾ ਇੰਡੀਆ 'ਚ ਹੀ ਆ ਇਹ 2015 ਤੋਂ ਇੱਥੇ ਆ ਗਏ 2015 ਤੋਂ ਮੇਰੇ ਖਿਆਲ ਇੱਥੇ ਆ ਗਿਆ ਆ 2015 ਤੋਂ ਰਹਿ ਰਿਹਾ ਤੇ ਵਾਈਫ ਜਿਹੜੀ ਉਹ ਕੈਨੇਡਾ ਵਿੱਚ ਹੀ ਆ ਇਹ ਹੁਣ ਕੈਨੇਡਾ ਨਹੀਂ ਜਾ ਸਕਦਾ ਹਾਂਜੀ ਇਹ ਨਹੀਂ ਜਾ ਸਕਦਾ ਤੁਸੀਂ ਇਹਨਾਂ ਦੇ ਪਿੰਡ ਗਏ ਮੱਲੀ ਨੰਗਲ ਗਏ ਪਿੰਡ ਇਹਨਾਂ ਦੇ ਹਾਂਜੀ ਹਾਂਜੀ ਸਰ ਮੈਂ ਗਈ ਸੀ ਕੱਲ ਮੱਲੀ ਨੰਗਲ ਪਿੰਡ ਤੇ ਪਿੰਡ ਦੇ ਇਹਨਾਂ ਘਰ ਦੇ ਪਰਿਵਾਰ ਦੇ ਮੈਂਬਰ ਹੈ ਕੋਈ ਇੱਥੇ ਹਾਂਜੀ ਹਾਂਜੀ ਸਰ ਪਰਿਵਾਰ ਦੇ ਮੈਂਬਰ ਆ ਇਹਦਾ ਦਲਜੀਤ ਸਿੰਘ ਬੈਂਸ ਦਾ ਪਿਓ ਆ ਇੱਕ ਭਰਾ ਆ ਸਤਨਾਮ ਸਿੰਘ ਉਰਫ ਸੀਮਾ ਤੇ ਨਾਲ ਭਰਜਾਈ ਹੀ ਬਲਜਿੰਦਰ ਕੌਰ ਇਹਨਾਂ ਨੇ ਦਲਜੀਤ ਸਿੰਘ ਦੇ ਫਾਦਰ ਸਾਹਿਬ ਦਾ ਨਾਮ ਕੀ ਹੈ ਸਵਰਨ ਸਿੰਘ ਬੈਂਸ ਸਵਰਨ ਸਿੰਘ ਉਹ ਬਜ਼ੁਰਗ ਹੋਣੇ ਵਿਚਾਰੇ ਉਹ ਵੀ ਪਰੇਸ਼ਾਨ ਹੋਣੇ ਆ ਨਹੀਂ ਸਰ ਉਥੋਂ ਮਤਲਬ ਪਤਾ ਲੱਗਾ ਆ ਉਹਨਾਂ ਦੇ ਇਹ ਸਾਰੇ ਇਹਨਾਂ ਦੇ ਆਪਣੇ ਘਰ ਆ ਉੱਥੇ ਪਿੰਡ ਦੇ ਵਿੱਚ ਥੋੜੇ ਜੇ ਘਰ ਆ 15-20 ਹਾਂ ਹਾਂ ਤੇ ਉਹ ਇੱਕ ਪਹਿਲੇ ਨੰਬਰ ਤੇ ਘਰ ਸੀਗਾ ਉਹ ਇਹਨਾਂ ਦਾ ਹੀ ਰਿਸ਼ਤੇਦਾਰ ਆ ਤੇ ਉਹਨਾਂ ਨੇ ਮਤਲਬ ਅਸੀਂ ਉਹਨਾਂ ਨੂੰ ਵੈਸੇ ਪੁੱਛਿਆ ਆ ਕਿ ਦਲਜੀਤ ਸਿੰਘ ਬੈਂਸ ਉਹ ਕਹਿੰਦੇ ਵੀ ਮਤਲਬ ਉਹ ਤੇ ਕੈਨੇਡਾ ਰਹਿੰਦਾ ਆ ਤੇ ਉਹ ਜਿਹੜੀ ਭਰਜਾਈ ਆ ਉਹਨੇ ਉਹਨੂੰ ਮਤਲਬ ਉਹਨੇ ਸਾਨੂੰ ਬਾਹਰ ਖਲਾਰ ਛੱਡਿਆ 2 ਮਿੰਟ ਤੇ ਬਸ 2 ਘੰਟੇ ਅਸੀਂ ਖਲੋਤੇ ਰਹੇ ਬਾਹਰ ਉਹਨਾਂ ਨੇ ਨਾ ਸਾਨੂੰ ਕਿਹਾ ਕਿ ਅੰਦਰ ਆ ਜਾਓ ਨਾ ਪਾਣੀ ਪੁੱਛਿਆ ਆ ਤੇ ਬਸ ਉਹ ਟਾਲ ਮਟੋਲ ਕਰਦੇ ਰਹੇ ਆ ਬਸ ਉਹ ਕਹਿੰਦੇ ਸਾਨੂੰ ਨੀ ਪਤਾ ਸਾਨੂੰ ਨੀ ਪਤਾ ਤੁਸੀਂ ਪਿੰਡ ਦੇ ਲੋਕਾਂ ਨੂੰ ਪੁੱਛਿਆ ਕਿ ਪਿੰਡ ਆਉਂਦਾ ਇਹ ਦਲਜੀਤ ਸਿੰਘ ਬੈਂਸ ਤੁਸੀਂ ਪੁੱਛਿਆ ਲੋਕਾਂ ਨੂੰ ਪਿੰਡ 'ਚ ਆਉਂਦਾ ਇਹ ਸਰ ਉਹਨਾਂ ਦੇ ਆਪਣੇ ਘਰ ਨੇ ਸਾਰੇ ਪਿੰਡ 'ਚ ਨਹੀਂ ਦੱਸਦੇ ਨੀ ਕੁਛ ਨੀ ਦੱਸਦੇ ਪਿੰਡ ਦੇ ਲੋਕ ਕੁਛ ਨੀ ਦੱਸਿਆ ਤੁਹਾਨੂੰ ਕੁਛ ਇਹਨੇ ਗੱਲ ਨੀ ਕੀਤੀ ਹਾਂਜੀ ਹਾਂਜੀ ਸਾਰੇ ਉਹਨਾਂ ਦੇ ਆਪਣੇ ਰਿਸ਼ਤੇਦਾਰ ਹੀ ਚਾਚੇ ਤਾਇਆਂ ਦੇ ਸਾਰੇ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਕਿੱਲੇ ਕਿੱਲੇ 'ਚ ਕੋਠੀਆਂ ਪਾਈਆਂ ਤੁਹਾਨੂੰ ਕਿਤੇ ਪਤਾ ਲੱਗਾ ਆ ਕੋਠੀ ਇਹ ਵੀ ਆ ਫਿਰ ਜੇ ਦੱਸਿਆ ਨੀ ਤੁਹਾਨੂੰ ਕਿਵੇਂ ਪਤਾ ਹੈ ਉਹ ਸੀ ਕੋਈ ਕੋਠੀ ਆ ਸਰ ਉੱਥੇ ਕੋਈ ਬਾਹਰ ਜਿਸ ਤਰ੍ਹਾਂ ਉਹ ਲੱਗੇ ਨੀ ਹੁੰਦੇ ਭਈਏ ਕੰਮ ਕਰਨ ਦੇ ਖੇਤਾਂ 'ਚ ਨਾਲ ਹੀ ਹਾਂ ਹਾਂ ਤੇ ਉਹਨਾਂ ਨੂੰ ਵੀ ਅਸੀਂ ਪੁੱਛਿਆ ਤੇ ਇੱਕ ਚਰਨਜੀਤ ਸਿੰਘ ਸੀ ਉੱਥੇ ਕੋਈ ਆਦਮੀ ਸੀਗਾ ਤੇ ਉਹਨੂੰ ਪੁੱਛਿਆ ਤੇ ਉਹਨੇ ਦੱਸਿਆ ਕਿ ਅਸੀਂ ਕਹਿ ਇੱਥੇ ਦਲਜੀਤ ਸਿੰਘ ਬੈਂਸ ਦਾ ਕੋਈ ਘਰ ਹੈਗਾ ਆ ਰਹਿੰਦਾ ਆ ਤੇ ਕਹਿੰਦਾ ਹਾਂ ਗੁਰਦੁਆਰੇ ਓਕੇ ਓਕੇ ਤੇ ਨਾਲ ਹੀ ਉਹਨੇ ਦੱਸਿਆ ਕਿ ਸਾਰੀਆਂ ਕੋਠੀਆਂ ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਲਾਈਨ ਵਾਈਜ਼ ਕੋਠੀਆਂ ਵੱਡੀਆਂ ਵੱਡੀਆਂ 5-7 ਕੋਠੀਆਂ ਸੀ ਸੋ ਹੁਣ ਤੁਹਾਡੇ ਕੋਲੋਂ 95 ਲੱਖ ਰੁਪਈਆ ਲੈ ਕੇ ਬਾਕੀ ਦੀ ਪੇਮੈਂਟ ਜਿਹੜੀ ਤੁਸੀਂ ਕਿਵੇਂ ਚੈੱਕ ਰਾਹੀਂ ਕੀਤੀ ਜਾਂ ਬੈਂਕ ਰਾਹੀਂ ਟ੍ਰਾਂਜੈਕਸ਼ਨ ਕੀਤੀ ਕਿਵੇਂ ਸਰ ਬੈਂਕਾਂ ਰਾਹੀਂ ਸਾਰੇ ਪੈਸੇ ਗਏ ਬੈਂਕ ਰਾਹੀਂ ਅੱਛਾ ਤੁਹਾਡੇ ਤਾਂ ਹੁਣ ਇਹਦੇ ਉੱਪਰ ਪਰਚਾ ਦਰਜ ਹੋ ਚੁੱਕਾ ਇਹਨੂੰ ਭਗੌੜਾ ਕਰਾਰ ਦੇ ਦਿੱਤਾ ਪੁਲਿਸ ਨੇ ਜੱਜ ਨੇ ਜੱਜ ਸਾਹਿਬ ਨੇ ਸਰ ਜੱਜ ਸਾਹਿਬ ਕੋਲ ਨਹੀਂ ਅਜੇ ਪਹੁੰਚਿਆ ਅਜੇ ਤੇ ਪੁਲਿਸ ਕੋਲ ਹੀ ਆ ਇਹ FRI ਐਫਰ ਦਰਜ ਹੋ ਚੁੱਕੀ ਆ ਇਹਨਾਂ ਉੱਪਰ ਕੇਸ ਤੇ ਮੁਕੱਦਮਾ ਦਰਜ ਹੋ ਗਿਆ ਆਲਰੇਡੀ ਹਾਂਜੀ ਮੁਕੱਦਮਾ ਦਰਜ ਹੋ ਗਿਆ ਕਿੰਨੇ ਪਰਚੇ ਪਾਏ ਨੇ ਉਹਨਾਂ ਨੇ ਪੁਲਿਸ ਨੇ ਇੱਕ ਹੇਰਾਫੇਰੀ ਦਾ ਹਾਂਜੀ ਕਿਹੜੀ ਕਿਹੜੀ ਧਾਰਾ ਲਾਈ ਹੈ ਪਤਾ ਕੁਛ ਤੁਹਾਨੂੰ
ਨਹੀਂ, ਸਰ ਇੱਕ 420 ਲਾਈ ਆ ਤੇ ਇੱਕ 13। 420 ਤੇ 13 ਤੇ 120 ਵੀ ਲਾਈ ਹੋਊਗੀ। 120 ਇਹਦਾ ਨਹੀਂ ਸਰ ਮੈਨੂੰ ਪਤਾ, ਇਹ 420 ਤੇ 13 ਆ। ਓਕੇ, ਸੋ ਇਹ ਤੁਹਾਨੂੰ ਹੁਣ ਲਾਸਟ ਟਾਈਮ ਕਦੋਂ ਮਿਲਿਆ? ਟੈਲੀਫੋਨ ਤੇ ਮਿਲਿਆ ਜਾਂ ਤੁਹਾਡੇ ਨਾਲ ਗੱਲਬਾਤ ਕੀਤੀ? ਤੁਹਾਨੂੰ ਕਹਿੰਦਾ ਸੀ ਮੈਂ ਲੈ ਕੇ ਜਾਊਂਗਾ, 3 ਸਾਲ ਬੀਤ ਗਏ ਆ। ਔਰ ਤੁਸੀਂ ਪੁੱਛਿਆ ਨਹੀਂ ਕਿ ਕਿਹੜੇ ਤੁਸੀਂ ਵਰਕ ਪਰਮਿਟ ਕਿੱਥੋਂ ਲਿਆ, ਕਿਹੜੀ ਕੰਪਨੀ ਸਾਨੂੰ ਭੇਜਣਾ, ਕਿੱਥੇ ਵੈਨਕੂਵਰ ਭੇਜਣਾ ਜਾਂ ਕੈਲਗਰੀ ਜਾਂ ਮੌਂਟਰੀਅਲ, ਕਿੱਥੇ ਭੇਜਣਾ ਸੀ ਤੁਹਾਨੂੰ, ਕਿਹੜੇ ਸ਼ਹਿਰ 'ਚ ਭੇਜਣਾ ਸੀ? ਸਰ ਇਹਨੇ ਕਿਊਬਿਕ ਸਿਟੀ ਕਹਿੰਦਾ ਹੈ, ਕਿਊਬਿਕ ਸਿਟੀ 'ਚ ਮੇਰੇ ਪੰਪ ਨੇ, ਗੈਸ ਪੰਪ ਤੇ ਨਾਲ ਪੈਟਰੋਲ ਪੰਪ ਨੇ, ਤੇ ਉੱਥੇ ਮੈਂ ਤੁਹਾਨੂੰ ਲੈ ਕੇ ਜਾਣਾ ਹੈ, ਤੇ ਵਾਈਫ ਉੱਧਰ ਮੇਰੀ ਵੇਖਦੀ ਹੈ ਇਮੀਗ੍ਰੇਸ਼ਨ ਦਾ ਕੰਮ, ਤੇ ਇਧਰੋਂ ਮੈਂ ਭੇਜਣਾ ਹੈ ਤੁਹਾਨੂੰ, ਤੇ ਉੱਧਰ ਜਾ ਕੇ ਅੱਗੇ ਉਹਨੇ ਤੁਹਾਨੂੰ ਹੈਂਡਲ ਕਰ ਲੈਣਾ ਸਾਰਾ। ਇਹ ਗੱਲ ਤੇ ਲਾਸਟ ਕਦੋਂ ਹੋਈ, ਜਦੋਂ ਤੁਸੀਂ, ਤੁਹਾਨੂੰ ਕਹਿਤਾ ਕੱਪੜੇ ਸਵਾ ਕੇ ਅਟੈਚੀ 'ਚ ਪਾ ਲਓ ਤਿਆਰ ਹੋ ਜਾਓ? ਹਾਂਜੀ ਸਰ, ਉਹ ਮਤਲਬ ਇਹੋ ਹੀ ਅਸੀਂ ਤੇ ਆਪਣੇ ਤਿਆਰੀ ਕਰ ਲਈ, ਸਮਾਨ ਰੈਪ ਅਪ ਕਰ ਲਿਆ ਕਿ ਚੱਲੇ ਆ, ਤਿਆਰ ਆ, ਤੁਹਾਨੂੰ ਤਿਆਰ ਕਰ ਲਿਆ ਨੇ? ਤਾਂ ਤਿਆਰ ਕੀਤੇ ਨੂੰ ਕਿੰਨੇ ਦਿਨ ਹੋ ਗਿਆ, ਕਿੰਨੇ ਮਹੀਨੇ ਹੋ ਗਿਆ ਕਿ ਤਿਆਰ ਹੋ ਕੇ ਦਿੱਲੀ ਆ ਜਾਓ ਤੁਹਾਨੂੰ ਕਹਿੰਦਾ? ਹਾਂਜੀ ਕਹਿੰਦਾ ਸੀ ਮੈਂ ਆਪਣੀ ਗੱਡੀ ਭੇਜੂਗਾ, ਮੇਰਾ ਸਾਰਾ ਇਹ ਕੰਮ ਹੈਗਾ ਆ, ਤੇ ਬਸ ਤੁਸੀਂ ਦਿੱਲੀ ਪਹੁੰਚਣਾ ਆ, ਤੇ ਉੱਥੇ ਮੈਂ ਅੱਗੋ ਤੁਹਾਨੂੰ ਆਪੇ ਜਹਾਜ਼ ਤੇ ਬਿਠਾ ਦੇਣਾ ਆ। ਅੱਛਾ, ਤੁਹਾਨੂੰ ਗੱਡੀ ਕਦੋਂ ਆਣੀ ਸੀ, ਗੱਡੀ ਤੁਹਾਡੇ ਘਰ ਤੁਹਾਨੂੰ ਲੈਣ? ਸਰ ਗੱਡੀ ਕਹਿੰਦਾ ਸੀ ਮੈਂ ਰਾਤ ਨੂੰ 12 ਵਜੇ 11-12 ਵਜੇ ਦੇ ਕਰੀਬ ਭੇਜੂਗਾ। ਕਿਹੜੀ ਤੀ ਕਹਿੰਦਾ ਸੀਗਾ, ਕਿਹੜਾ ਮਹੀਨਾ ਸੀ? ਸਰ ਇਹ ਮਈ ਚ, ਬਸ ਆਪਾਂ ਨੂੰ ਮਤਲਬ ਜਨਵਰੀ ਚ ਕਹਿੰਦਾ ਤੁਹਾਡੇ ਵੀਜ਼ੇ ਆ ਗਏ ਆ, ਤੁਹਾਨੂੰ ਵਧਾਈ ਹੋਵੇ, ਬਸ ਹੁਣ ਤੁਸੀਂ ਚੱਲ ਜਾਣਾ ਆ। ਜਨਵਰੀ ਕਿਹੜੀ ਵਿੱਚ? ਇਹ ਬਸ ਜਨਵਰੀ 2023 ਚ। ਜਨਵਰੀ 2023 ਦੇ ਵਿੱਚ ਤੁਹਾਨੂੰ ਕਹਿੰਦਾ ਸੀ? ਹਾਂਜੀ ਕਹਿੰਦਾ ਤੁਹਾਡੇ ਵੀਜ਼ੇ ਆ ਗਏ ਆ, ਤੇ ਤੁਸੀਂ ਚੱਲ ਜਾਣਾ ਆ, ਤੇ ਫਿਰ ਇਹਨੇ ਜਦੋਂ ਸਾਨੂੰ ਕਹਿੰਦਾ ਕਿ ਤੁਸੀਂ ਬਸ ਹੁਣ 15 ਦੇ ਲਾਗੇ ਚੱਲ ਜਾਣਾ ਆ, ਤੇ ਅਸੀਂ ਇਹਨੂੰ ਪਹਿਲਾਂ ਪੁੱਛਿਆ ਕਿ ਮਤਲਬ ਸਾਨੂੰ ਦੱਸ ਦੋ ਵੀ ਅਸੀਂ ਕੀ ਸਮਾਨ ਕੀ ਕੀ ਚਾਹੀਦਾ ਆ, ਤੇ ਕਹਿੰਦਾ ਵੀ ਬਸ ਕਾਟਨ ਦੇ ਕੱਪੜੇ ਚਾਹੀਦੇ ਤੁਹਾਨੂੰ, ਤੇ ਬਾਕੀ ਤੁਹਾਨੂੰ ਉੱਥੋਂ ਮੈਂ ਦਿੱਲੀ ਏਅਰਪੋਰਟ ਤੋਂ ਲੈ ਦੇਣੇ ਕੱਪੜੇ ਜਿਹੜੇ ਗਰਮ ਚਾਹੀਦੇ ਹੋਏ, ਇੱਥੋਂ ਵਾਲੇ ਕੱਪੜੇ ਨੀ ਚੱਲਦੇ ਉੱਥੇ। ਹੁਣ ਤੁਹਾਡੀ ਲਾਸਟ ਗੱਲ ਕਦੋਂ ਹੋਈ ਹੈ, ਜਨਵਰੀ ਵਿੱਚ ਹੋਈ ਹੈ ਇਸ ਸਾਲ 'ਚ, ਉਸ ਤੋਂ ਬਾਅਦ ਦੀ ਗੱਲ ਹੋਈ? ਹਾਂਜੀ ਸਰ, ਉਸ ਤੋਂ ਬਾਅਦ ਇਹਦਾ ਫੋਨ ਆਇਆ ਕਿ ਮੈਨੂੰ ਨਾ ਤੁਹਾਡੀ ਫਲਾਈਟ ਅੱਗੇ ਕਰਾਉਣੀ ਪੈਣੀ ਆ, ਮੇਰੇ ਭਰਾ ਦਾ ਸਾਲਾ ਆਇਆ ਸੀ ਅਮਰੀਕਾ ਤੋਂ, ਤੇ ਉਹਦਾ ਐਕਸੀਡੈਂਟ ਹੋ ਗਿਆ ਬੜਾ ਜ਼ਬਰਦਸਤ। ਓਕੇ, ਫਿਰ? ਤੇ ਫਿਰ ਤੁਹਾਡੀ ਫਲਾਈਟ ਮੈਨੂੰ ਨਾ ਹੁਣ ਫਰਵਰੀ ਚ ਕਰਾਉਣੀ ਪੈਣੀ, ਕਿਉਂਕਿ ਮੇਰਾ ਜਿਹੜਾ ਭਰਾ ਆ ਅਮਰੀਕਾ ਤੋਂ ਨੀ ਆਇਆ, ਤੇ ਉਹ ਮੇਰੇ ਭਰਾ ਦਾ ਫੋਨ ਆਇਆ ਕਿ ਤੂੰ ਹੀ ਇਹਨੂੰ ਮਤਲਬ ਇੱਥੇ ਸਾਂਭਣਾ ਆ, ਦਿੱਲੀ ਹੋਸਪਿਟਲ ਦਾਖਲ ਆ ਅਪੋਲੋ ਚ, ਤੇ ਤੁਸੀਂ ਕਹਿੰਦੇ ਵੇਟ ਕਰੋ, ਤੁਹਾਨੂੰ ਫਿਰ ਫਰਵਰੀ ਦੀ ਡੇਟ ਦਿੱਤੀ ਇਹਨੇ। ਹਾਂਜੀ ਫਰਵਰੀ ਦੀ ਡੇਟ। ਓਕੇ, ਉਸ ਤੋਂ ਬਾਅਦ ਫਿਰ ਕੀ ਹੋਇਆ? ਫਿਰ ਸਰ ਇਹ ਸਾਨੂੰ ਕਹਿੰਦਾ ਕਿ ਹੁਣ ਨਾ ਮੈਨੂੰ ਫਰਵਰੀ ਚ ਅਸੀਂ ਇਹਨੂੰ ਫੋਨ ਕੀਤਾ ਕਿ ਭਾਜੀ ਹੁਣ ਅਸੀਂ ਸਾਨੂੰ ਲੈ ਜਾਓ, ਅਸੀਂ ਤੇ ਬਹੁਤ ਦੁਖੀ ਹੋ ਗਏ ਕਿਉਂਕਿ ਅਸੀਂ ਬਹੁਤ ਕਰਜ਼ਾ ਲੈ ਚੁੱਕੇ ਹਾਂ, ਤੇ ਸਾਨੂੰ ਹੁਣ ਲੈ ਜਾਓ, ਤੇ ਕਹਿੰ ਮੇਰੇ ਨਾਲੇ ਬੱਚਿਆਂ ਦਾ ਬਹੁਤ ਪੜ੍ਹਾਈ ਦੇ ਸਾਲ ਵੇਸਟ ਹੋ ਗਏ ਸੀ, ਤੇ ਕਹਿੰਦਾ ਕਿ ਬਸ ਹੁਣ ਨਾ ਮੈਨੂੰ ਉਹ ਨੀ ਮਿਲਣ ਡਈਆਂ, ਫਲਾਈਟਾਂ ਨੀ ਮਿਲਣ ਡਈਆਂ, ਫਲਾਈਟਾਂ ਸਾਰੀਆਂ ਬੁੱਕ ਨੇ। ਓਕੇ, ਫਿਰ ਕੀ ਹੋਇਆ? ਸਰ ਫਿਰ ਇਹ 10 ਦਿਨ ਇਸ ਤਰ੍ਹਾਂ ਹੀ ਕਰਦਾ ਰਿਹਾ, ਕਦੀ ਸਾਨੂੰ ਕਹਿੰਦਾ ਰਿਹਾ ਤੁਸੀਂ ਵੇਖੋ ਫਲਾਈਟਾਂ ਇੱਥੋਂ, ਅਸੀਂ ਇਹਨੂੰ ਵੇਖ ਕੇ ਬੱਚੇ ਦੱਸਦੇ ਸੀ ਨੈਟ ਤੋਂ ਕਿ ਇੰਨੀ ਦੀ ਫਲਾਈਟ ਹੈਗੀ ਆ, ਤੇ ਕਦੀ ਕਹਿੰਦਾ ਸੀ ਨਹੀਂ ਮੈਂ ਕਨੇਡਾ ਏਅਰ ਕਰਾਉਣੀ, ਕਨੇਡਾ ਇੰਡੀਆ ਏਅਰ ਕਰਾਉਣੀ ਆ, ਕਦੀ ਕੋਈ ਕਹਿੰਦਾ ਸੀ ਕਦੀ ਕੋਈ, ਤੇ ਅੱਛਾ ਕਹਿੰਦੇ ਏਅਰ ਕੈਨੇਡਾ ਜਾਂ ਏਅਰ ਇੰਡੀਆ ਕਰਾਉਣੀ ਹੈ, ਮੈਂ ਸਮਝ ਗਿਆ ਦੀ ਗੱਲ ਨੂੰ। ਅੱਛਾ, ਜਾਣ ਕੇ ਤੁਹਾਨੂੰ ਧੋਖੇ ਦੇ ਵਿੱਚ ਇਹ ਆਪਸ ਵਿੱਚ ਲੁਕਣ ਮੀਚੀ ਖੇਡਦਾ ਰਿਹਾ ਤੁਹਾਡੇ ਨਾਲ? ਹਾਂਜੀ ਸਰ, ਵਿੱਚ ਫੋਨ ਵੀ ਕਈ ਕਈ ਵਾਰੀ ਬੰਦ ਕਰ ਲੈਂਦਾ ਸੀ, ਤੇ ਫਿਰ ਅਸੀਂ ਇਹਨੂੰ ਪੁੱਛਦੇ ਹਾਂ ਵੀ ਤੂੰ ਕਹਿੰਦਾ ਮੇਰੇ ਫੋਨ ਚ ਪਾਣੀ ਪੈ ਗਿਆ, ਕਦੀ ਕਹਿੰਦਾ ਮੈਂ ਫੋਨ ਆਪਣਾ। ਲਾਸਟ ਤੁਸੀਂ ਲਾਸਟ ਇਹਨੂੰ ਕਦੋਂ ਵੇਖਿਆ, ਇਹਨੂੰ ਲਾਸਟ ਤੁਹਾਡੀ ਏਜੰਸੀ ਜਾਂ ਤੁਹਾਡੇ ਘਰ ਕਦੋਂ ਆਇਆ? ਸਰ ਸਾਡੇ ਘਰ ਇਹ ਆਇਆ ਸੀਗਾ 6ਵੇਂ ਮਹੀਨੇ ਚ 2021 ਚ। ਅੱਛਾ, ਆਖਰੀ ਤੁਹਾਡੀ ਗੱਲ ਕਦੋਂ ਹੋਈ ਹੈ, ਇਸ ਸਾਲ ਚ ਕਦੋਂ ਹੋਈ ਆਖਰੀ ਗੱਲ? ਆਖਰੀ ਗੱਲ ਸਰ ਇਹ ਹੋਈ ਆ ਮਈ ਦੇ ਵਿੱਚ ਹੋਈ ਆ, ਮਈ ਦੇ ਸਟਾਰਟਿੰਗ ਚ। ਕੀ ਕਹਿੰਦਾ, ਮੈਂ ਦਿੱਲੀ ਆਪਣੇ ਐਮਬੈਸੀ ਦੇ ਮੂਹਰੇ ਖੜਾ, ਤੁਹਾਡਾ ਵੀਜ਼ਾ ਪੈਕ ਕਰਨ ਲੱਗਾ? ਹਾਂਜੀ ਬਸ ਇਸ ਤਰ੍ਹਾਂ ਹੀ ਕਹਿੰਦਾ ਸੀ, ਮੇਰਾ ਫਿਰ ਬੇਟਾ ਕਹਿੰਦਾ ਕਿ ਅੰਕਲ ਤੁਸੀਂ ਦੱਸਦੇ ਕਿਉਂ ਨਹੀਂ ਜੇ, ਤੇ ਫਿਰ ਬਸ ਔਖਾ ਹੋ ਗਿਆ, ਤੇ ਇਹਨੇ ਫਿਰ ਰਾਤ ਹੀ ਫੋਨ ਬੰਦ ਕਰ ਲਿਆ ਆਪਣਾ। ਨਹੀਂ ਨਹੀਂ ਇਹ ਲਾਸਟ ਗੱਲ ਕੀ, ਕਿੰਨੇ ਵਜੇ ਕੀਤੀ ਤੁਸੀਂ ਫੋਨ ਕੀਤਾ ਜਾਂ ਉਹਨੇ ਕੀਤਾ? ਸਰ ਫੋਨ ਉਹਦਾ ਹੀ ਆਇਆ ਸੀ ਕਿ ਤੁਹਾਡੇ ਜਿਹੜੇ ਆ ਹੈਗੇ ਆ
ਮਤਲਬ ਹੁਣ ਤੁਸੀਂ ਚੱਲ ਜਾਣਾ ਆ ਤੇ ਤੁਸੀਂ ਬਸ ਇਸ ਤਰ੍ਹਾਂ ਤਿਆਰੀ ਆ ਤੁਹਾਡੀ, ਇਹੀ ਕਿਹਾ ਸਾਡੀ ਤਿਆਰੀ ਤੇ ਬਸ। ਫਿਰ ਮੇਰਾ ਬੇਟਾ ਕਹਿੰਦਾ ਕਿ ਅੰਕਲ ਤੁਸੀਂ ਲਾਰੇ ਲਾਈ ਜਾਂਦੇ, ਤੁਸੀਂ ਦੱਸਦੇ ਕਿਉਂ ਨਹੀਂ ਕਲੀਅਰ ਕਦੋਂ ਜਾਣਾ ਆ। ਹਾਂ ਹਾਂ। ਤੇ ਫਿਰ ਇਹ ਮੇਰੇ ਬੇਟੇ ਦੇ ਨਾਲ ਉਸੇ ਵੇਲੇ ਇਹਨੇ ਫੋਨ ਕੱਟ ਦਿੱਤਾ, ਕੋਈ ਗੱਲ ਨਹੀਂ ਕੀਤੀ। ਜਾਨ ਕਿ ਮਈ ਤੋਂ ਬਾਅਦ ਤੁਹਾਡਾ ਕਨੈਕਸ਼ਨ ਟੁੱਟ ਗਿਆ ਬਿਲਕੁਲ ਹੀ? ਹਾਂਜੀ, ਫਿਰ ਉਹਨੇ ਇਹਨੇ ਫੋਨ ਹੀ ਬੰਦ ਕਰ ਲਿਆ। ਤੁਹਾਡੀ ਕਿੰਨੀ ਡੀਲ ਹੋਈ ਸੀ, ਕਿੰਨੇ ਲੱਖ ਰੁਪਏ ਲੈਣੇ ਸੀ ਇਹਨੇ? ਸਰ ਇਹ ਲੱਖ ਕਈ ਇਹਨੇ ਕਿਹਾ ਸੀ ਕਿ 1 ਕਰੋੜ ਰੁਪਇਆ ਲੱਗਣਾ ਆ, ਤੇ ਕੁਛ ਪੈਸੇ ਤੁਸੀਂ ਉਧਰ ਜਾ ਕੇ ਜਿਹੜੇ ਵਕੀਲ ਨੂੰ ਥੋੜੇ ਬਹੁਤੇ ਦੇ ਦਿਓ, ਤੇ ਇਹ ਚੋ ਪੈਸੇ ਤੁਹਾਡੇ ਥੋੜੇ ਵਾਪਸ ਵੀ ਮੈਂ ਕਰਵਾ ਦੂੰਗਾ ਜਿਹੜੇ ਬੌਂਡ ਭਰੇ ਹੋਏ ਆ। ਅੱਛਾ, ਤੁਹਾਡੇ ਕੋਲੋਂ 1 ਕਰੋੜ ਰੁਪਇਆ ਲੈਣਾ ਸੀ 4 ਜਣਿਆਂ ਦਾ, ਕੈਨੇਡਾ ਭੇਜਣ ਦਾ? ਹਾਂਜੀ ਹਾਂਜੀ। ਤੁਸੀਂ 95 ਲੱਖ ਇਹਨੂੰ ਦੇ ਚੁੱਕੇ ਆ, 20 20 120, ਜਾਨ ਕਿ 3 ਸਾਲ ਦੇ ਵਿੱਚ 1 ਕਰੋੜ ਆਲਮੋਸਟ 5 ਲੱਖ ਘੱਟ 95,000 ਇਹਨੂੰ ਦੇਤਾ, ਤੇ 5 ਲੱਖ ਰਹਿੰਦਾ ਦੇਣ ਵਾਲਾ, ਤੇ ਜਿਹੜਾ ਕੀ ਕਹਿੰਦੇ ਸੀ ਬਾਕੀ ਦੇ ਪੈਸੇ ਤੁਸੀਂ ਕੈਨੇਡਾ ਆਣ ਕੇ ਦੇਣੇ, ਤੇ ਮਈ ਮਹੀਨੇ ਤੋਂ ਬਾਅਦ ਕਨੈਕਸ਼ਨ ਗਿਆ ਟੁੱਟ। ਇਹ ਕਿੰਨੀ ਉਮਰ ਦਾ ਟੁੱਟ ਪੈਣਾ ਦਲਜੀਤ ਬੈਂਸ? ਸਰ ਇਹ ਕੋਈ ਹੈਗਾ ਆ, ਕੋਈ 1970 ਦਾ ਇਹਦਾ ਜਨਮ ਆ, ਤੇ ਕੋਈ 50 50 ਸਾਲ ਦਾ ਬੰਦਾ ਆ। ਇਹ ਮਾਫ ਕਰਨਾ, ਇਹ ਸਰਦਾਰ ਦਲਜੀਤ ਸਿੰਘ ਬੈਂਸ ਜੀ ਲੱਗਦਾ ਕਿ ਅੰਮ੍ਰਿਤ ਛਕਿਆ ਹੋਇਆ ਇਹਨਾਂ ਨੇ, ਸਰਦਾਰ ਸਾਹਿਬ ਨੇ? ਅੰਮ੍ਰਿਤ ਛਕਿਆ ਸਰਦਾਰ ਦਲਜੀਤ ਸਿੰਘ ਜੀ ਨੇ? ਅੰਮ੍ਰਿਤ ਛਕ ਕੇ ਸਿੱਖੀ ਦਾ ਬਾਣਾ ਪਾ ਕੇ ਸਾਡੇ ਸਿੱਖ ਕੌਮ ਨੂੰ ਦੇਖਿਆ ਜਾਵੇ ਕਿ ਇਹ ਕੌਣ ਲਾ ਚੁੱਕਾ ਹੈ ਵਿਅਕਤੀ, ਇਹੋ ਜਿਹਾ ਕੌਣ ਲਾਉਂਦੇ ਨੇ ਜਿਹੜੇ ਅੰਮ੍ਰਿਤ ਛਕ ਕੇ ਬਾਣਾ ਪਹਿਨ ਕੇ ਔਰ ਸਿੱਖੀ ਦਾ ਨਾਮ ਬਦਨਾਮ ਕਰਦੇ ਨੇ। ਸਿੱਖ ਕੌਮ ਜਿਹੜੀ ਹੈ ਇੱਕ ਐਸੀ ਕੌਮ ਹੈ, ਦਲੇਰ ਕੌਮ ਹੈ, ਮਿਹਨਤ ਕਰਨ ਵਾਲੀ ਕੌਮ ਹੈ, ਦੂਜੀਆਂ ਕੌਮਾਂ ਤਰ੍ਹਾਂ ਇੱਕ ਐਸੀ ਕੌਮ ਹੈ ਜੋ ਕਿ ਲੋਕਾਂ ਦਾ ਦਰਦ ਜਿਹੜਾ ਆ ਉਹ ਚੁੱਕਦੀ ਹੈ ਔਰ ਹੜਾ ਪੀੜਤਾ ਦੇ ਵਿੱਚ ਆਏ ਲੋਕਾਂ ਦੀ ਮਦਦ ਕਰਦੀ ਹੈ ਔਰ ਆਪਣੇ ਘਰ ਵਿੱਚ ਕੇ ਆਪਣੇ ਘਰ ਵਿੱਚ ਹੋਵੇ ਵੀ ਕੁਛ ਵੀ ਜੋ ਕੁਛ ਹੈ ਉਹ ਆਪਣੀ ਕੌਮ 'ਤੇ ਔਰ ਹਮੇਸ਼ਾ ਹੀ ਕਿਸੇ ਵੀ ਦੇਸ਼ ਕਿਸੇ ਵੀ ਜਾਤ ਪਾਤ ਨੂੰ ਇੱਕ ਪਾਸੇ ਛੱਡ ਕੇ ਭੀੜ ਪੈਣ 'ਤੇ ਮਦਦ ਕਰਨ ਵਾਲੀ ਇੱਕ ਸਿੱਖ ਕੌਮ ਹੈ, ਤਾਂ ਇਹੋ ਜਿਹੇ ਲੋਕ ਜਿਹੜੇ ਨੇ ਫਿਰ ਬਦਨਾਮ ਕਰਦੇ ਨੇ ਸਿੱਖੀ ਨੂੰ। ਮੈਨੂੰ ਸ਼ਰਮ ਆ ਰਹੀ ਹੈ ਕਹਿੰਦੇ ਨੂੰ ਕਿ ਸਰਦਾਰ ਦਲਜੀਤ ਸਿੰਘ ਬੈਂਸ ਸਾਹਿਬ, ਜੇ ਇਹ ਸੱਚ ਹੈ ਤਾਂ ਬਹੁਤ ਮਾੜੀ ਗੱਲ ਹੈ। ਇਹਨਾਂ ਪਾਸਪੋਰਟਾਂ ਪ੍ਰੂਫ ਨੇ ਜੋ ਕਿ ਮੇਰੇ ਪਾਸ ਪਹੁੰਚੇ ਹੋਏ ਨੇ, ਤੁਹਾਡੇ 'ਤੇ ਪੁਲਿਸ ਨੇ ਕੇਸ ਰਜਿਸਟਰ ਕਰ ਦਿੱਤਾ ਹੈ, ਕੈਨੇਡਾ ਵਿੱਚ ਤੁਹਾਨੂੰ ਜੇਲ੍ਹ ਹੋਈ ਹੈ, ਇਹ ਸਾਡੇ ਪਾਸ ਪ੍ਰੂਫ ਹੈ। ਸੋ ਜਿਸ ਕਰਕੇ ਇਹ ਸਟੋਰੀ ਪਿਛਲੇ ਕਈ ਦਿਨ ਤੋਂ ਹੋਲਡ ਕਰਕੇ ਅਸੀਂ ਅੱਜ ਟੈਲੀਕਾਸਟ ਕਰ ਰਹੇ ਹਾਂ। ਹੁਣ ਅਸੀਂ ਸਾਡੇ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਦਰਸ਼ਕ ਨੇ ਉਹਨਾਂ ਦੇ ਵਿਚਾਰ ਲੈਣੇ ਚਾਹਾਂਗੇ। ਹੁਣ ਕਰੀਏ ਕੀ, ਇਹ ਹੁਣ ਔਰਤ ਕਰੇ ਕੀ, ਇਹ ਸਾਡੀ ਭੈਣ ਵਿਚਾਰੀ 2 ਬੱਚਿਆਂ ਦੀ ਮਾਂ ਆ ਔਰ ਇਹਦੇ ਆ ਸਟੋਰ ਸੀ ਬੁਟੀਕ ਦਾ, ਕੱਪੜੇ ਵੇਚ ਕੇ ਇਹ 40-50 ਹਜ਼ਾਰ ਰੁਪਈਆ ਕਮਾਉਂਦੀ ਸੀ, ਸਟੋਰ ਵੀ ਵਿਕ ਗਿਆ, ਕੁਛ ਨਹੀਂ ਰਿਹਾ, ਬੱਚੇ ਪੜ੍ਹ ਨਹੀਂ ਸਕੇ, ਪੈਸੇ ਨਹੀਂ ਸੀਗੇ। ਫਿਰ 95 ਲੱਖ ਰੁਪਈਆ ਕਿੱਥੋਂ ਲਿਆ, ਕੀ ਕੀਤਾ ਉਹ ਪੁੱਛਦੇ ਹਾਂ। ਔਰ ਇਹਨਾਂ ਦੇ ਹਸਬੈਂਡ 15,000 ਦੀ ਸੈਲਰੀ 'ਤੇ ਕੰਮ ਕਰਦੇ ਆ, ਘਰ ਦਾ ਗੁਜ਼ਾਰਾ ਵੀ ਕਰਦੇ ਹੋਣਗੇ, ਦਾਣਾ ਆਟਾ ਸਬਜ਼ੀਆਂ ਤੇਲ ਲੂਣ ਸਭ ਕੁਛ ਲਿਆਉਂਦੇ ਹੋਣਗੇ, ਦੁੱਧ ਵੀ ਲਿਆਉਂਦੇ ਹੋਣਗੇ, ਚਾਹ ਪੱਤੀ ਵੀ ਲਿਆਉਂਦੇ ਹੋਣਗੇ, ਕੱਪੜੇ ਵੀ ਲਿਆਉਂਦੇ ਹੋਣਗੇ, ਕੁਛ ਖਾਂਦੇ ਵੀ ਹੋਣਗੇ, ਦਿਨ ਤਿਉਹਾਰ 'ਤੇ ਜਾਂਦੇ ਹੋਣਗੇ। ਸੋ ਇਹ ਲੁੱਟਣ ਵਾਲਾ ਇੱਕ ਸਿੱਖੀ ਰੂਪ ਦੇ ਵਿੱਚ ਇੱਕ ਬਾਣਾ ਪਾ ਕੇ ਇਹਨੇ ਬਦਨਾਮ ਕੀਤਾ ਹੈ। ਸੋ ਇਹ ਕਿਸਮ ਦੀ ਮਰਿਆਦਾ ਨੂੰ ਇਹਨੇ ਭੰਗ ਵੀ ਕੀਤਾ ਆ। ਅੰਮ੍ਰਿਤ ਛੱਕ ਕੇ ਕਿੰਨਾ ਜਿਹੜਾ ਹੈ ਕੋਮਲ ਹਿਰਦਾ ਹੁੰਦਾ ਹੈ ਇਨਸਾਨ ਦਾ, ਉਹ ਬਾਣੀ ਦਾ ਜਾਪ ਕਰਦਾ ਹੈ, ਉਹ ਕਿਰਤ ਕਰਦਾ ਹੈ, ਵੰਡ ਛਕਣ ਦੀ ਗੱਲ ਕਰਦਾ ਹੈ, ਉਹ ਦਸਵੰਧ ਕੱਢਦਾ ਹੈ, ਉਹ ਗੁਰੂ ਘਰ ਜਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਾਣੀ ਜਿਹੜੀ ਹੈ ਉਹ ਸਰਵਣ ਕਰਦਾ ਹੈ। ਮੈਂ ਹੈਰਾਨ ਹਾਂ ਕਿ ਇਹ ਕਿੱਥੋਂ ਦਾ ਸਿੱਖ ਆ ਗਿਆ ਹੈ। ਆਓ ਅਸੀਂ ਪਬਲਿਕ ਤੋਂ ਅਪੀਲ ਲੈਣੀ ਚਾਹਾਂਗੇ ਹੁਣ ਕੀਤਾ ਕੀ ਜਾਵੇ। ਔਰ ਮੈਨੂੰ ਬੜੇ ਅਫਸੋਸ ਦੀ ਗੱਲ ਹੈ ਕਿ 95 ਤੁਸੀਂ ਇਹ 95 ਲੱਖ ਰੁਪਈਆ ਇਹ ਤੁਹਾਡਾ, ਤੁਸੀਂ ਕੋਈ ਜ਼ਮੀਨ ਵੇਚੀ ਹੋਰ ਕੋਈ, ਜਾਂ ਫਿਰ 95 ਲੱਖ ਰੁਪਈਆ ਕਿੱਥੋਂ ਲਿਆਂਦਾ ਫਿਰ ਇੰਨਾ ਪੈਸਾ? ਸਰ ਕੁਛ ਮੇਰੇ ਸਹੁਰੇ ਨੇ ਪੁਸ਼ਤੈਨੀ ਜਾਇਦਾਦ ਸੀ ਤੇ ਉਹਨਾਂ ਚੋਂ ਸਾਨੂੰ ਉਹਨਾਂ ਨੇ ਹਿੱਸਾ ਦਿੱਤਾ ਸੀਗਾ 30 ਲੱਖ ਰੁਪਈਆ। 30 ਲੱਖ ਰੁਪਈਆ ਸਹੁਰੇ ਨੇ, ਔਰ ਸਹੁਰੇ ਨੇ ਕਾਹਦੇ ਪੈਸੇ ਦਿੱਤੇ ਉਹਨਾਂ ਨੇ? ਪਛਤਾਨੀ ਜਾਇਦਾਦ ਉਹਨਾਂ ਨੇ ਆਪਣੀ ਸੇਲ ਕੀਤੀ ਤੇ ਉਹਨਾਂ ਚੋਂ ਸਾਨੂੰ ਵੀ ਸਾਡਾ ਹਿੱਸਾ ਦਿੱਤਾ ਸੀਗਾ। 30 ਲੱਖ ਉਹ ਆ ਗਿਆ ਤੇ ਬਾਕੀ ਜਿਹੜਾ ਆ 65 ਲੱਖ ਕਿੱਥੋਂ ਲਿਆ ਫਿਰ ਤੁਸੀਂ? ਬਾਕੀ ਸਰ ਮੈਂ 25 ਸਾਲ ਹੋ ਗਏ ਮੈਨੂੰ ਕੰਮ ਕਰਦੀ ਨੂੰ ਇਸੇ ਬੁਟੀਕ ਦਾ, ਮੇਰੀਆਂ ਐਫਡੀਆਂ ਸੀਗੀਆਂ ਉਹ ਵੀ ਚੜਾ ਲਈਆਂ 20-22 ਲੱਖ 20-22 ਲੱਖ ਦੀਆਂ। ਅੱਛਾ, ਮਿਹਨਤ ਕਰ ਰਹੇ ਸੀ ਆਪ ਜੀ? ਹਾਂਜੀ
हाँ जी सर, मेरा गोल्ड सीगा 30-32 तोले मेरा गहना सी जेड़ा मैं बनाया ही, मेरे अपना जेड़ा पाया मेरे पेके सहुरिया ने अच्छा वो भी जाता लगा सब कुछ उड़ गया। हाँ जी, मेरे घर भी घर ते भी कर्जा लिया आ, दुकान भी सेल हो गई आ, ते होर बाकी आप पर्सनल लोन भी लाए हुए ओ आ। माय गॉड और हाँ जी, बच्चा भी कर्जा बहुत है। आओ असि हाँ हुण पब्लिक जी, फिल लेनी चाहांगे और दसी कि कल नूं करवा चौथ त्यौहार है, करवा चौथ दे त्यौहार ते थानू फेणियां थानू संदूर थानू मेहंदी चाहीदी है, पूरा पैक्ड बॉक्स तैयार किया गया है, बहुत ही वधिया गिफ्ट बॉक्स है जिहड़ा कि तुसी स्वीट मेल तो लिया सकते हो ताकि तुसी अज शाम जो वर्त रखना है तो इन्हू खोल के सारिया आइटमें बेचने स्वीट महल करवा चौथ दी थानू बहुत बहुत मुबारक दे रहा है। आओ असी वेलकम ने और इस वीकेंड तुसी अपनी पेंशन कंटिन्यू चलती रहे तो लाइफ सर्टिफिकेट कितों कितों मिलेंगे ये असं जानकारी दे रहे हैं और असी धन्यवाद करना चाहेंगे इंडियन कौंसलेट ऑफिसर साहबान का जेडे कि थोड़े वास्ते वीकेंड पर भी अपना समा दे रहे हैं। सो मैं उन्होंने लोगों को पूछना चाहाँगा तुम वेख लो कि इंडिया गवर्नमेंट दे वलों भेजे गए ऑफिसर साहबान वीकेंड पर भी थोड़े वास्ते कम करते हैं सख्त, नहीं तो आम तौर पर ऑफिसर साहबान छुट्टी फरमाते हैं। सो मेरी उन्होंने लोगों को बेनती है जो लोग हल्ला गुला करते हैं कौंसल जनरल के बाहर जाके, थोड़े को हक दो हक है किसी भी चीज़ मंगण दे, पर यह हक अधिकार तुसी अपने वरतो दूजे ने ना वरतो। तुसी गाली गलोच करना, तोड़ फोड़ करना, गलत नारे लाने ये जायज़ है, इस थोड़े ते शर्दे हैं, बट असं दसना चाहेंगे कि तुसी सत्कार करो और किन्नी खुल दिली दिखाई है इंडिया गवर्नमेंट ने कि जो कुछ भी विवाद बयान होए उसके बावजूद भी कौंसल जनरल की टीम हाई कमिश्नर साहब की टीम जिन्हों को सारी कम्यूनिटी जानती रही कि दुख के साथ दौ, तो भारत सरकार ने कनेडियन लोगों के कोल जिन्हों को कनेडियन पासपोर्ट से उन्होंने भी वीजे के वास्ते दरवाजे खोल दिते आ। सो सानू सत्कार करना चाहिए तो सानू माण करना चाहिए है अपने देश भारत ते पार जिंदाबाद। सो आओ असी बहुत जल्दी थोड़े वास्ते दसांगे कि तरीक से कितने जाके तुसी लाइफ सर्टिफिकेट बनाने हैं प्रोंदे विच दस रहे हैं असी हुण असी फ्रीडम ऑफ स्पीच नंबर 4 कॉलर 95 लाख लुटिया गया परिवार रह गया पंजाब च सारा परिवार। हाँ जी ज्योति जी की कहना चाहते हो? हाँ जी बादशाह साहब सत श्री अकाल जी। जी बोलो जी बासी साहब, तुम मैनु एक गल दसो, मैनु स्टोरी लैके आए हो करवा चौथ ते स्टोरी लैके आए हो, तो मैनु ते मैनु तुहाडे ते सवाल एक बड़ा वड्डा है भई ਤੁਸੀਂ ਵੇਖੋ ਵੀ ਤੁਸੀਂ ਲੱਖਾਂ ਹੀ ਹਜ਼ਾਰਾਂ ਹੀ ਲੋਕਾਂ ਦੀ ਮਦਦ ਕੀਤੀ ਪੰਜਾਬ ਬੈਠਿਆਂ ਦੀ ਜਿਨ੍ਹਾਂ ਦੀ ਕੋਈ ਮਦਦ ਨਹੀਂ ਸੀ ਕਰਦਾ, ਤੇ ਲੇਕਿਨ ਤੁਸੀਂ ਜਿਹੜੇ ਆਪਣੇ ਪੱਤਰਕਾਰ ਵੀ ਲੈ ਕੇ ਆਉਂਦੇ ਹੋ ਜਾਂ ਕੋਈ ਵੀ ਕਹਿੰਦੇ ਹੋ ਵੀ ਪੰਜਾਬ 'ਚ ਕੁਛ ਹੈ ਨਹੀਂ, ਪੈਸਾ ਨਹੀਂ, ਕੁਛ ਨਹੀਂ, ਮੈਂ ਤਾਂ ਕਹਿੰਦਾ ਜੀ ਬੜਾ ਪੈਸਾ ਪੰਜਾਬ ਦੇ ਕੋਲ, ਇੰਨਾ ਅਮੀਰ ਪੰਜਾਬ। ਬਾਸੀ ਸਾਹਿਬ ਤੁਸੀਂ ਮੈਨੂੰ ਦੱਸੋ, ਇੱਥੇ $5 ਕਿਸੇ ਕੋਲ ਮੰਗਣੇ ਹੋਣ ਦੇ ਕੋਈ ਇੱਕ ਦੂਜੇ ਨੂੰ $5 ਨਹੀਂ ਦਿੰਦਾ, ਇਹਨਾਂ ਨੇ 95 ਲੱਖ ਰੁਪਇਆ ਦੇ ਦਿੱਤਾ, ਇਹਨਾਂ ਦੀ ਬੜੀ ਵਡਿਆਈ ਹੈ ਜੀ, ਬੜਾ ਚੰਗਾ ਕੰਮ ਕੀਤਾ ਇਹਨਾਂ ਨੇ। ਤੇ ਜਿਹੜੀ ਅੱਗੇ ਪੰਜਾਬ ਦੀ ਆਪਾਂ ਹੋਰ ਗੱਲਾਂ ਕਰੀਏ, ਜੇ ਟੈਕਟਰਾਂ ਦੀਆਂ ਗੱਲਾਂ ਕਰੀਏ, ਹੋਰ ਕਿਸੇ ਤਰੀਕੇ ਦੀਆਂ ਗੱਲਾਂ ਕਰੀਏ, ਬੰਦਾ ਜਿਹੜਾ ਅੰਮ੍ਰਿਤ ਛਕਿਆ, ਪਹਿਲੀ ਤਾਂ ਗੱਲ ਇਹ ਵੀ ਇਹਨੂੰ ਅੰਮ੍ਰਿਤ ਛਕਣ ਦਾ ਹੱਕ ਨਹੀਂ ਸੀ ਹੈਗਾ, ਦੂਸਰੀ ਗੱਲ ਇਹ ਜਿਹੜੀ ਪਹਿਲਾਂ ਫੋਟੋ ਇਹਦੀ ਲਾਈ ਸੀ ਤੁਸੀਂ ਤੇ ਜਿਹੜੀ ਹੁਣ ਲਾਈ ਹੈ, ਇਹ ਦੋਨੇ ਪਾਸੇ ਹੀ ਸਾਫ ਸ਼ਕਲ ਤੋਂ ਚੋਰ ਲੱਗਦਾ, ਲੇਕਿਨ ਇਹਨਾਂ ਨੇ ਵਿਸ਼ਵਾਸ ਕੀਤਾ, ਇਹਨਾਂ ਨੇ ਆਪਣੇ ਟੱਬਰ ਦਾ ਸਾਰਾ ਕੁਛ, ਮੈਨੂੰ ਲੱਗਦਾ ਵੀ ਨਹੀਂ ਇਹਨਾਂ ਨੇ ਬਿਲਕੁਲ ਚੰਗਾ ਹੋਇਆ ਜੀ, ਇਹਨਾਂ ਨੇ ਚੰਗਾ ਹੋਇਆ, ਇਹਦਾ ਕਿਸੇ ਨਾ ਕਿਤੇ ਹੱਥ ਹੈਗਾ ਜੀ, ਉਹ ਗੁਰਪ ਪਤਵੰਤ ਪੰਨੂ ਦੇ ਨਾਲ, ਇਹ ਉਹਦੀ ਕੋਈ ਸੰਸਥਾ ਦੇ ਨਾਲ ਕਿਸੇ ਨਾ ਕਿਸੇ ਪਾਸੇ ਮਿਲਿਆ ਹੋਏਗਾ, ਲਿੰਕ ਦਾ ਕੱਢੋਗੇ ਤੁਸੀਂ ਤੇ ਜ਼ਰੂਰ ਲਿੰਕ ਨਿਕਲੇਗਾ, ਕਿਉਂਕਿ ਚੋਰ ਬਜ਼ਾਰੀ ਸਾਰੀ ਚੱਲਣ ਡਈ ਹੈ। ਬਾਕੀ ਇਹ ਸਾਡੀ ਭੈਣ ਨੇ ਜਿਹੜਾ ਕੰਮ ਕੀਤਾ, ਇਹਨੇ ਬਹੁਤ ਵਧੀਆ ਕੰਮ ਕੀਤਾ ਜੀ, ਇਹਨਾਂ ਨੇ ਆਪਣੀ ਇਹ ਵੀ ਆਪਣੇ ਸਿੱਕੀ ਸਰੂਪ 'ਚ ਹੈਗੇ ਨੇ, ਤੇ ਇਹਨਾਂ ਨੇ ਵੀ ਬੜਾ ਵਧੀਆ ਕੰਮ ਕੀਤਾ, ਸਾਨੂੰ ਮਾਣ ਹੈ ਭੈਣ ਦੇ ਉੱਤੇ, ਮੈਂ ਕਹਿੰਦਾ ਵੀ ਇਹਦੇ ਵਰਗੀਆਂ ਭੈਣਾਂ ਹੋਰ ਵੀ ਹੋਣ, ਜਿਹੜਾ ਆਪਣਾ ਸਾਰਾ ਕੁਛ ਵੇਚ ਵੱਟ ਕੇ ਆਪਣੇ ਬੱਚਿਆਂ ਦਾ ਖਿਆਲ ਨਾ ਰੱਖਣ, ਇਹਦੇ ਵਰਗੇ ਚੋਰਾਂ ਨੂੰ ਸਾਰਾ ਕੁਝ ਦੇ ਦੇਣ। ਭਾਜੀ ਜੋਤੀ ਜੀ, ਜਦੋਂ ਜ਼ਿੰਦਗੀ ਵਿੱਚ ਨਾ ਜਦੋਂ ਮਾੜੇ ਦਿਨ ਆਉਂਦੇ ਆ ਉਹ ਜ਼ਿੰਦਗੀ 'ਚ ਕਿਸੇ ਪਛਕੇ ਨਹੀਂ ਆਉਂਦੇ, ਕਈ ਵਾਰੀ ਤੁਸੀਂ ਕਿੰਨੇ ਸਾਲਾਂ ਤੋਂ ਸਮਝਾਉਂਦੇ ਹੋ, ਕਿੰਨੇ ਸਾਲਾਂ ਤੋਂ ਤੁਸੀਂ ਰੌਲਾ ਪਾਉਂਦੇ ਹੋ, ਕਿੰਨੇ ਸਾਲਾਂ ਤੋਂ ਤੁਸੀਂ ਕੁੜੀਆਂ ਜਿਹੜੀਆਂ ਵਿਆਹ ਕਰਕੇ ਇੱਥੇ ਲੈ ਲੁੱਟ ਕੇ ਲੈ ਕੇ ਆਉਂਦੀਆਂ ਸੀ, ਉਹ ਫਿਰ ਲੁੱਟਣੋਂ ਬੰਦ ਹੋ ਗਏ ਨੇ ਸਾਰਾ ਕੁਛ, ਇਹ ਕਿਉਂ ਨੀ ਸੁਣਦੇ, ਕਿਉਂ ਨੀ ਇਹ ਸੱਚ ਨੂੰ ਕਿਉਂ ਨੀ ਸੁਣਦੇ, ਤੇ ਫਿਰ ਜੇ ਸੱਚ ਨੂੰ ਨਹੀਂ ਸੁਣ ਸਕਦੇ ਤੇ ਫਿਰ 2 ਸਾਲਾਂ ਬਾਅਦ, 3 ਸਾਲਾਂ ਬਾਅਦ ਦੁੱਖ ਦੇ ਵਿੱਚ ਦਿਲਾਸਾ ਦਿਓ
और दुख दसो कि व्यक्ति किथे आ और ये बंदा पैसे वापस करे, अपनी एक कोशिश है। और असी दलजीत सिंह बैंस नूं कहांगे कि प्लीज़ परिवार नूं पैसे रिटर्न कर। और ये बेचारा देख लो पूरी सिक्खी विच साडी भैण है, सत्कारयोग सिर ते दुपट्टा लिया होया, दूजे पासे 15,000 रुपये की इनकम है, उन्हें दस्तार सजाई हुई है, दाड़ा प्रकाश किया होया और पूरे सिक्खी विच है, तो दूजे पासे उसने अमृत छकया होया जिसने ठगी मारी है, हैरानी वाली इस गल चीज़ तो वा ਤੁਸੀਂ ਜਾਣਦੇ ਹੋ ਸਾਨੂੰ ਕਾਲ ਕਰੋ। ਹਾਂਜੀ ਨੰਬਰ 1 ਸੁਖਵਿੰਦਰ ਕੀ ਕਹਿਣਾ ਚਾਹੁੰਦੇ ਹੋ ਜੀ? ਬਾਸੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ। ਬਾਸਾ ਇਹ ਤਾਂ ਬਹੁਤ ਵੱਡਾ ਠੱਗ ਬੰਦਾ ਹੈ, ਇਹਨੇ ਸਾਰੀ ਦੁਨੀਆ ਲੁੱਟ ਕੇ ਖਾਲੀ, ਤੁਹਾਡੇ ਟੋਰਾਂਟੋ, ਗ੍ਰੈਂਡਸਰ ਤੋਂ, ਲੰਡਨ ਤੋਂ, ਮੌਂਟਰੀਅਲ ਤੋਂ। ਤੂੰ ਜਾਣਦੇ ਹੋ ਨਹੀਂ? ਮੈਂ ਬਾਈ ਫੇਸ ਨਹੀਂ ਜਾਂਦਾ, ਉਦਾਂ ਮੈਨੂੰ ਪਤਾ 127 ਬੰਦੇ ਲਿਸਟ ਮੇਰੇ ਕੋਲ ਹੈ ਜੀ, ਅੱਜ ਤੋਂ 4-5 ਸਾਲ ਪਹਿਲਾਂ ਦੀ। ਨਹੀਂ 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 ਇੱਕ ਮਿੰਟ ਹੈ, ਤੁਹਾਡੇ ਕੋਲ ਲਿਸਟ ਆ ਇਸ ਬੰਦੇ ਨੇ ਲੁੱਟਿਆ ਬੰਦਿਆਂ ਦੀ? ਹਾਂਜੀ। ਤੁਸੀਂ ਜਾਣਦੇ ਹੋ ਇਹਨੂੰ? ਨਹੀਂ ਮੈਂ ਬਾਈ ਫੇਸ ਨਹੀਂ ਜਾਣਦਾ, ਮੇਰੇ ਕੋਲ ਲਿਸਟ ਆ, ਕਿਉਂਕਿ ਲਿਸਟ ਵਿੱਚ ਮੇਰਾ ਹੀ ਨਾਮ 5,000 ਮੇਰੇ ਕਿਸੇ ਰਿਲੇਟਿਵ ਦਾ ਸੀਗਾ, ਉਹ ਇਹਦੇ ਕੋਲ ਅਸੀਂ ਕਢਾਇਆ ਸੀਗਾ ਇੱਥੇ। ਨਹੀਂ ਇੱਥੇ ਜਿਹੜੇ ਬੈਸ ਰਹਿੰਦਾ ਕਿੱਥੇ ਸੀ ਬੰਦਾ ਇਹ ਪਤਾ ਨਹੀਂ, ਕਦੀ ਵੈਨਕੂਵਰ, ਕਦੀ ਟੋਰਾਂਟੋ ਤੁਹਾਡੇ ਇੱਥੇ, ਕਦੀ ਮੌਂਟਰੀਅਲ, ਤੇ ਫਿਰ ਇੰਡੀਆ ਚਲੇ ਗਿਆ ਇਹ? ਹਾਂਜੀ ਮੈਨੂੰ ਨਹੀਂ ਪਤਾ ਇੰਡੀਆ ਕਦੋਂ ਗਿਆ ਕਦੋਂ ਨਹੀਂ, ਮੈਨੂੰ ਪਰਸੋਂ ਅੰਮ੍ਰਿਤਸਰ ਤੋਂ ਕਾਲ ਕਿਸੇ ਬੰਦੇ ਦੀ ਆਈ ਆ, ਕਿਉਂਕਿ ਲਿਸਟ 'ਚ ਮੇਰਾ ਨਾਮ ਆ ਨਾ, ਉੱਥੇ ਉਹਨੂੰ ਕਿਹਾ ਹੋਊਗਾ ਮੈਂ ਮੌਂਟਰੀਅਲ ਰਹਿੰਦਾ, ਉਹਨਾਂ ਮੌਂਟਰੀਅਲ ਤੇ ਦੇਖ ਕੇ ਮੈਨੂੰ ਕਾਲ ਕੀਤੀ, ਤੁਸੀਂ ਆ ਬੰਦਾ ਕਦੇ ਦੇਖਿਆ? ਮੈਂ ਕਿਹਾ ਮੈਂ ਨਹੀਂ ਦੇਖਿਆ। ਕਹਿੰਦੇ ਅੱਛਾ ਤੁਹਾਨੂੰ ਵੀ ਫੋਨ ਆਇਆ ਮੌਂਟਰੀਅਲ ਤੋਂ, ਇੰਡੀਆ ਤੋਂ, ਤੁਸੀਂ ਮੌਂਟਰੀਅਲ ਰਹਿੰਦੇ ਹੋ, ਤਾਂ ਤੁਹਾਡੇ ਕੋਲ ਜਿਹੜੀ ਲਿਸਟ ਆ ਉਹ ਕਿਵੇਂ ਦਿੱਤੀ ਇੰਨੇ ਬੰਦਿਆਂ ਦੀ? ਉਹ ਮੈਨੂੰ 4-4.5 ਸਾਲ ਪਹਿਲਾਂ ਜਲੰਧਰ ਤੋਂ ਕਿਸੇ ਨੇ ਭੇਜੀ ਸੀਗੀ। ਜਲੰਧਰ ਤੋਂ ਕਿਸੇ ਨੇ ਭੇਜੀ ਸੀ ਕਿ ਆਹ ਨਾਂ ਦਾ ਬੰਦਾ ਆ, ਉਹ ਜਿਹੜੇ ਬੰਦੇ ਇੰਡੀਆ ਵਿੱਚ 127 ਬੰਦੇ? ਨਹੀਂ ਨਹੀਂ ਇੱਥੋਂ ਆਪਣੇ ਇੱਥੋਂ ਬੰਦੇ ਸਾਰੇ ਜੀ, ਉਹ ਇੱਥੋਂ ਬੰਦੇ 127 ਜਿਨ੍ਹਾਂ ਨੇ ਇਹਨੇ ਪੈਸੇ ਮਾਰੇ ਆ। ਹਾਂਜੀ ਹਾਂਜੀ, ਕੋਈ ਦੁਕਾਨਾਂ ਵਾਲੇ ਆ, ਸਪੇਅਰ ਪਾਰਟ ਵਾਲੇ ਆ, ਤੁਹਾਡੇ ਲੰਡਨ ਤੋਂ ਆ, ਵਿੰਡਸਰ ਤੋਂ ਆ, ਮਿਸ਼ੀ ਸਾਗਾ ਤੋਂ ਆ, ਬਕਾਇਦਾ ਨਾਂ, ਫੋਨ ਨੰਬਰ, ਕਿੰਨੇ ਕਿੰਨੇ ਪੈਸੇ ਆ, ਸਾਰਾ ਕੁਛ ਲਿਖਿਆ ਲਿਸਟ ਜੀ। ਤੇ ਤੁਸੀਂ ਮਤਲਬ ਉਹ ਲਿਸਟ 147 ਬੰਦੇ ਤਿਆਰ ਕਿਹਨੇ ਕੀਤੀ ਆ? ਪਤਾ ਨੀ ਕਿਹਨੇ ਕੀਤੀ ਆ ਜੀ ਉਹ, ਤੁਹਾਡੇ ਕੋਲ ਲਿਸਟ ਹੈਗੀ ਉਹ? ਹਾਂਜੀ 127 ਬੰਦੇ, 47 ਨੀ 27 ਆ ਜੀ, ਉੱਤੇ 127 ਦੀ ਲਿਸਟ ਸਾਨੂੰ ਵਟਸਐਪ ਕਰੋਗੇ? ਨੰਬਰ ਭਲਾ ਕੀ ਆ ਵਟਸਐਪ ਦਾ? 437 ਨੰਬਰ ਦੇ ਦਿਓ ਉਹਨਾਂ ਨੂੰ ਪਲੀਜ਼। ਹਾਂਜੀ ਅਸੀਂ ਅਗਲੀ ਕਾਲ ਜਾਂਦੇ ਹਾਂ। ਤੁਸੀਂ ਜਾਣਦੇ ਹੋ ਕਿ ਰਿਆਸਤ ਇੰਡੀਆ ਰੈਸਟੋਰੈਂਟ ਐਂਡ ਬਾਰ ਖੁੱਲ ਚੁੱਕਾ ਹੈ, ਜੋ ਕਿ ਹੱਕ ਸਾਡੇ। ਹਾਂਜੀ ਇਹਨਾਂ ਭੈਣ ਜੀ ਨਾਲ ਬਹੁਤ ਧੋਖਾ ਹੋਇਆ ਹੈਗਾ, ਤੇ ਉਸ ਬੰਦੇ ਤੇ ਕਹਿੰਦਾ ਮਤਲਬ ਉਹ ਹੋਣੀ ਚਾਹੀਦੀ ਹੈ, ਮਤਲਬ ਪਰਚਾ ਦਰਜ ਹੋਣਾ ਚਾਹੀਦਾ। ਪਲੀਜ਼ ਤੁਸੀਂ, ਮੈਂ ਤਾਂ ਇਹੀ ਰਿਕੁਐਸਟ ਹੈ ਕਿ ਤੁਸੀਂ ਇਹਨਾਂ ਭੈਣ ਜੀ ਦੇ ਪੈਸੇ ਕਹਿੰਦਾ ਦਵਾਓ, ਤੇ ਇਹਨਾਂ ਨੂੰ ਇਨਸਾਫ਼ ਦਵਾਓ। ਨਹੀਂ ਅਸੀਂ ਪੈਸੇ ਮੇਰੇ, ਤੁਸੀਂ ਗੱਲ ਸੁਣੋ, ਅਸੀਂ ਹੁਣ ਸਟੋਰੀ ਲਿਆਂਦੀ ਹੈ, ਇਹ ਵੀ ਦੇਖਦੇ ਹਾਂ ਕਿੰਨੇ ਕਿਲੋ। ਇਹ ਇੱਕ ਵਿਅਕਤੀ ਨੇ ਕਿਹਾ ਕਿ ਮੈਂ 127 ਬੰਦਾ ਲਿਸਟ ਹੈ, 127 ਨੇ ਧੋਖਾ ਕੀਤਾ ਆ ਕਿ 4 ਸਾਲ ਪਹਿਲਾਂ ਕਿਸੇ ਲਿਸਟ ਭੇਜੀ ਸੀ ਬਣਾ ਕੇ ਉਹਨਾਂ ਕੋਲ, ਆ ਸਾਡੇ ਕੋਲ ਤਾਂ ਨਹੀਂ ਗਈ, ਹੁਣ ਸਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਗੀ, ਸਾਡੇ ਕੋਲ ਤਾਂ ਪੁਲਿਸ ਦੀ ਇਨਫੋਰਮੇਸ਼ਨ ਹੈ ਕਿ ਹਾਂ ਅਸੀਂ ਉਹਨੂੰ ਚਾਰਜ ਕਰ ਲਿਆ, ਚਾਰਜ ਕਰ ਲਿਆ ਸਾਡੇ ਕੋਲ। ਸੁਣੋ ਗੱਲ ਜੀ ਸੁਣੋ, ਚਾਰਜ ਕਰਨ ਦੇ ਸਬੂਤ ਸਾਡੇ ਕੋਲ ਆ ਗਏ ਆ, ਪੁਲਿਸ ਨੇ ਕੀਤਾ ਇਹਨੂੰ ਐਕਸ਼ਨ ਲਿਆ ਆ, ਫਿਰ ਸਾਡੇ ਕੋਲ ਪ੍ਰੂਫ ਹੈ ਕਿ ਇਹਨਾਂ ਨੇ 7 ਲੱਖ ਤਾਂ ਗਰਜੀਤ 7 ਲੱਖ ਪਹਿਲਾਂ ਦਿਨ ਦੇ ਕੇ ਆਉਂਦਾ, ਉਹ ਕੈਸ਼ ਹੈ, ਬਾਕੀ ਦੇ ਪੈਸੇ ਦਾ ਪ੍ਰੂਫ ਹੈ ਇਹਨਾਂ ਨੇ ਟ੍ਰਾਂਜੈਕਸ਼ਨ ਕੀਤੀ ਬੈਂਕ ਦੇ ਵਿੱਚ। ਹਾਂਜੀ ਸਰ, ਸੋ ਉਹ ਪ੍ਰੂਫ ਹੈ ਸਾਡੇ ਕੋਲ, ਇਹ ਲਾਰੇ ਲਾਉਂਦੇ ਆ, ਇਹ ਤੱਕ ਇਹਨੇ ਲਾਰੇ ਲਾਤੇ ਕਿ ਰਾਤ ਨੂੰ ਕਾਰ ਆਊਗੀ ਸਾਡੀ ਮੇਰੀ, ਉਹਦੇ ਵਿੱਚ ਬਹਿ ਕੇ ਆ ਜਾਣਾ, ਤੇ ਇਹਨਾਂ ਵਿਚਾਰਿਆਂ ਨੇ ਘਰ ਦੇ ਜਿਹੜੇ ਪੁਰਾਣੇ ਕੱਪੜੇ ਸੀ ਉਹ ਡੋਨੇਟ ਕਰ ਦਿੱਤੇ, ਤੇ ਨਵੇਂ ਕੱਪੜੇ ਸਮਾ ਕੇ ਟੈਚੀ ਵਿੱਚ ਬੰਦ ਕਰ ਲਿਆ, ਪਤਾ ਨਹੀਂ ਕਿਹੜੇ ਵੇਲੇ ਕਾਰ ਆ ਜਾਣੀ ਹੈ, ਕਾਰ ਹਾਲੇ ਤੇ ਪਹੁੰਚੀ ਨਹੀਂ, ਮਈ ਮਹੀਨੇ 'ਚ ਆਉਣੀ ਸੀ, ਫਰਵਰੀ ਦੀ ਆਉਂਦੀ ਉਹਦੀ ਕਾਰ, ਰਾਹ ਵਿੱਚ ਫਲੈਟ ਹੋ ਗਈ, ਤੇ ਇਹ ਹੁਣ ਬੈਂਸ ਪਤਾ ਨਹੀਂ ਕਿੱਥੇ ਗਾਇਬ ਹੈ। ਇਹਨਾਂ ਨੂੰ ਦੱਸਣ ਦੇ ਮੁਤਾਬਕ ਕੈਨੇਡਾ ਵਿੱਚ ਉਹਨਾਂ ਨੂੰ ਕਿੰਨੇ ਸਾਲ ਜੇਲ੍ਹ ਦੱਸੀ ਜਾਂਦੀ ਆ? ਸਰ 3 ਸਾਲ ਜੇਲ੍ਹ ਕਹਿੰਦੇ, ਇਹਦੀ ਵਾਈਫ ਨੂੰ ਤੇ ਇਹਨੂੰ, ਦੋਵਾਂ ਨੂੰ 3-3 ਸਾਲ ਦੀ ਜੇਲ੍ਹ ਹੋਈ ਉੱਥੇ ਕੈਨੇਡਾ 'ਚ। ਹਾਲੇ ਤੱਕ ਮੈਂ ਹੈਰਾਨ ਇਸ ਚੀਜ਼ ਤੋਂ, ਕੋਈ ਵੀ ਸਾਡੇ 127 ਬੰਦੇ ਆ, 127 ਵਿੱਚੋਂ ਜੇ ਕੈਨੇਡਾ ਵਿੱਚ ਇੰਨੇ ਬੰਦਿਆਂ ਨੇ ਫਰੋਡ ਕੀਤਾ ਆ ਇੰਨੇ ਬੰਦਿਆਂ ਨਾਲ, ਤਾਂ ਕੋਈ ਪਰਿਵਾਰ ਦਾ ਬੰਦਾ ਆ ਨਹੀਂ ਰਿਹਾ, ਸਾਡੇ 10 ਦਿਨ ਲੋਕ ਸਾਡੇ ਦਾ ਫਰੋਡ ਹੋਇਆ, ਸਾਨੂੰ ਜ਼ਰੂਰ ਕਾਲ ਕਰੋ ਕੋਈ। ਦਲਜੀਤ ਸਿੰਘ ਬੈਂਸ ਨੂੰ ਜਾਣਦਾ ਸਿਰ ਸਾਹਿਬ, ਇੱਕ ਮਿੰਟ, ਤਸਵੀਰ ਹੈ ਜਿਹੜੀ ਸਿੱਧੀ ਫੇਸ ਆਉਂਦਾ ਉਹਦੇ ਨਾਲ ਆਓ, ਇੱਕ ਮਿੰਟ, ਜਿਹੜਾ ਫੇਸ ਦਿਸ ਸਭ। ਹਰਕਿੰਦਰ ਸਿੰਘ ਚਾਹਲ ਨੇ, ਜਿਹੜੇ ਪ੍ਰੋਫੈਸਰ ਨੇ, ਉਹਨਾਂ ਨਾਲ ਗੱਲ ਕਰੋ ਜ਼ਰੂਰ, ਉਹਨਾਂ ਨੂੰ ਬਹੁਤ ਨੌਲੇਜ ਇਹਦੇ ਬਾਰੇ, ਉਹਨਾਂ ਨਾਲ ਵੀ ਠੱਗੀ ਹੋਈ ਹੈ, ਉਹ ਗੱਲ ਕਰਨ ਨੂੰ ਤਿਆਰ ਹੈ। ਹਾਂਜੀ ਉਹ ਤੇ ਗੱਲ ਕਰਨ ਨੂੰ ਤਿਆਰ, ਤੇ ਸਰ ਤੁਸੀਂ ਕਹਿੰਦੇ ਨਾ ਇੰਨਾ ਵਿਸ਼ਵਾਸ ਹੈ ਸਾਨੂੰ ਹਜੂਰ ਸਾਹਿਬ ਜਾ ਕੇ, ਤੇ ਉੱਥੇ ਕਹਿੰਦਾ ਸੀ ਕਿ ਮੈਂ ਲੰਗਰ ਲਾਇਆ ਤੇ ਸਾਨੂੰ ਫੋਟੋਆਂ ਪਾਉਂਦਾ ਸੀ, ਇਹਨੇ ਇਹ ਪੀਲੇ ਰੰਗ ਦਾ ਚੋਲਾ ਪਾਇਆ ਸੀ ਤੇ ਉੱਤੋਂ ਦੀ ਇਹਨੇ ਉਹ ਪਾਈ ਹੋਈ ਸੀ ਕਿਰਪਾਨ। ਦੇਖੋ ਜੀ, ਦੇਖੋ
ਆਪਾਂ ਮਿਲਦਾ ਇੱਕ ਵਾਰੀ ਆਪਾਂ ਗੱਲ ਕਰ ਲਈ ਹਨਾ ਵੀ ਚਲੋ ਇਹਨੇ ਅੰਮ੍ਰਿਤ ਛਕਿਆ ਵਾ, ਜ਼ਰੂਰੀ ਨਹੀਂ ਮਤਲਬ ਕਿ ਕੋਈ ਵੀ ਕਿਸੇ ਵੀ ਬਾਣੇ ਦੇ ਵਿੱਚ ਆ ਕਿਸੇ ਵੀ ਭੇਸ ਦੇ ਵਿੱਚ ਆ ਉਹ ਬੰਦਾ ਸੱਚਾ ਹੀ ਹੁੰਦਾ ਹੋਵੇ, ਬੰਦਾ ਜਿਹਨੇ ਅੰਮ੍ਰਿਤ ਨਹੀਂ ਛਕਿਆ ਮੇਰੇ ਮੁਤਾਬਕ ਤਾਂ ਉਹ ਵੀ ਬੰਦਾ ਸੱਚਾ ਸੁੱਚਾ ਹੋ ਸਕਦਾ, ਕਿਉਂਕਿ ਗੁਰੂ ਸਾਹਿਬ ਨੇ ਵੀ ਕਿਹਾ ਸੀ ਕਿ ਮੈਨੂੰ ਰਹਿਤ ਪਿਆਰੀ ਆ ਹਨਾ। ਤੇ ਆਪਾਂ ਚਲੋ ਉਸ ਵਿਸ਼ੇ ਨੂੰ ਛੱਡੀਏ, ਆਪਣੇ ਨਾਲ ਫਰੋਡ ਹੋਇਆ ਆਪਾਂ ਉਸ ਪਾਸੇ ਨੂੰ ਹੀ ਰਹੀਏ। ਜਿਹੜੀ ਤੁਸੀਂ ਫਰੋਡ ਵਾਲੀ ਗੱਲ ਕਰਦੇ ਹੋ ਉਹਦੇ ਵਿੱਚੋਂ ਜਿਹੜੀ ਨਾ 126-27 ਬੰਦਿਆਂ ਦੀ 27 ਬੰਦਿਆਂ ਦੀ ਲਿਸਟ ਹੈ ਹਨਾ ਐਂਡ, ਤੇ ਉਹਦੇ ਵਿੱਚ ਇੱਕ ਕੋਈ ਕੁਲਦੀਪ ਚਾਹਲ ਲਾਈਟ ਹਾਊਸ ਇਨ ਸਤੰਬਰ 2011 ਦਾ ਇੱਕ ਕੇਸ ਸੀਗਾ, ਉਹਦੇ ਤੋਂ ਬਾਅਦ ਚੋਂ ਮਤਲਬ ਕਿ ਕੋਈ ਹੋਰ ਅਪਡੇਟ ਹੈ ਨਹੀਂ। ਉਹ ਲਿਸਟ ਜੀ ਆ ਉਹ ਹੁਣ ਅਸੀਂ ਉਹਨੂੰ ਵੈਰੀਫਾਈ ਨਹੀਂ ਕਰ ਸਕਦੇ ਕਿ ਉਹ ਕਿਹਦੀ ਆ। ਉਹ ਇੱਕ wordpress.com ਦਾ ਇੱਕ ਲਿੰਕ ਘੁੰਮ ਰਿਹਾ ਚਾਰੇ ਪਾਸੇ ਕਿ ਜਿਹਦੇ ਵਿੱਚ ਐਡ ਕੀਤੇ ਗਏ ਆ ਬਹੁਤ ਸਾਰੇ ਬੰਦਿਆਂ ਦੇ ਨਾਮ ਨੰਬਰ, ਕਿਹਾ ਬੰਦੇ ਨਾਲ 1000 ਦੀ ਠੱਗੀ, ਇਹਦੇ ਨਾਲ 100 ਦੀ ਠੱਗੀ, ਉਹ ਸਾਰਾ ਕੁਛ ਹੈਗਾ ਗਾ। ਤੇ ਪਰ ਹੁਣ ਹਰਕਿੰਦਰ ਸਿੰਘ ਚਾਲ ਜੇ ਹਰਕਿੰਦਰ ਸਿੰਘ ਚਾਲ ਪਰ ਅੱਛਾ ਹੁਣ ਅਸੀਂ ਸੰਤੋਸ਼ ਮੈਂ ਆਪ ਜੀ ਨੂੰ ਬਸ ਲਿਸਟ ਭੇਜ ਦੇਣਾ ਤੁਸੀਂ ਨੰਬਰ ਲਾਓ ਲਾਈਨਾਂ ਦੇ ਜਨੂਸ ਲਾਈਨਾਂ ਦੇ ਤੁਸੀਂ ਨੰਬਰ ਲੈ ਕੇ ਉਹਨਾਂ ਨੂੰ ਡਾਇਲ ਕਰੋ ਚਾਲ ਸਾਹਿਬ ਨੇ ਨਾ ਤੋਂ। ਹਾਂਜੀ ਮੈਨੂੰ ਫਾਸ ਓਕੇ ਕਾਲਰ ਦਿਓ ਨੰਬਰ 2 ਕਾਲਰ ਪਲੀਜ਼। ਥੈਂਕ ਯੂ ਸਰ। ਚਾਲ ਦਾ ਨੰਬਰ ਤੇ ਹਰਕਿੰਦਰ ਸਿੰਘ ਚਾਲ ਦਾ ਨੰਬਰ ਸੈਂਡ ਕੀਤਾ ਹੋਇਆ ਆ। ਹਾਂਜੀ ਲਾਈਨ ਹਰਕਿੰਦਰ ਸਿੰਘ ਚਾਲ ਜਨਮ ਦੀ। ਅੱਛਾ ਹਾਂਜੀ ਬੋਲੋ ਜੀ ਨੰਬਰ 2 ਹਾਂਜੀ ਬੋਲੋ ਜੀ ਬੋਲੋ ਨੰਬਰ 2 ਨਹੀਂ ਮੈਂ ਜੇ ਤੁਨ ਨਹੀਂ ਗਿਆ ਤੁਸੀਂ ਨੰਬਰ 2 ਲਾਈਨ ਕਾਲਰ ਲਾਈਨ 2 ਤੇ ਤੁਸੀਂ। ਹਾਂਜੀ ਸਰ ਪਲੱਸ 1 ਇੱਕ ਮਿੰਟ ਹੋਲਡ ਆਨ ਅਸੀਂ ਨੰਬਰ ਲੈਂਦੇ ਹੋਲਡ ਕਰਿਓ ਇੱਕ ਮਿੰਟ। ਗੁਰਪ੍ਰੀਤ ਜੀ ਨੰਬਰ ਲਾਓ ਆਪਣੇ ਮੇਰਾ ਨੰਬਰ ਆ। ਕੁਲਵਿੰਦਰ ਜੀ ਇੱਕ ਮਿੰਟ ਹੋਲਡ ਕਰੋ ਪਲੀਜ਼ ਵੇਟ ਕਰੋ ਕੁਲਵਿੰਦਰ ਜੀ ਸਾਨੂੰ ਦੱਸਦੇ ਨੰਬਰ 1 ਤੇ। ਗੁਰਪ੍ਰੀਤ ਨੰਬਰ 6 ਤੇ ਕਾਈਂਡਲੀ ਨੰਬਰ ਲੈ ਲਓ। ਹਾਂਜੀ ਓਕੇ ਬੋਲੋ ਜੀ ਕੁਲਵਿੰਦਰ ਜੀ ਬੋਲੋ ਆਪਣੇ ਕਮੈਂਟ ਸਾਹਿਬ। ਬਾਸੀ ਸਾਹਿਬ ਮੈਂ ਤਾਂ ਹੈਰਾਨ ਆ ਸਾਡੇ ਲੋਕ ਜਾਗਰੂਕ ਕਿਉਂ ਨਹੀਂ ਹੋ ਰਹੇ, ਇਹਨਾਂ ਦੇ ਅਕਾਊਂਟ ਦੇ ਵਿੱਚ ਐਫਡੀਆਂ ਇਹਨਾਂ ਕੋਲ ਆ ਕੈਸ਼ ਇਹਨਾਂ ਦੇ ਕੋਲੇ ਡਾਇਰੈਕਟ ਕਿਉਂ ਨਹੀਂ ਐਮਬੈਸੀ ਦੇ ਵਿੱਚ ਵੀਜ਼ੇ ਦੀ ਟਰਾਈ ਕਰਦੇ, ਇਦਾਂ ਏਜੰਟਾਂ ਦੇ ਚੱਕਰ 'ਚ ਕਿਉਂ ਪੈਂਦੇ, ਜਾਗਰੂਕ ਨਹੀਂ ਹੋ ਰਹੇ ਸਾਡੇ ਲੋਕ। ਕਾਰਨ ਇਹ ਕਿ ਲਾਈਨ 4 ਪਲੀਜ਼ ਕਾਰਨ ਇਹ ਆ ਕਿ ਹਰ ਇੱਕ ਵਿਅਕਤੀ ਆਉਣਾ ਚਾਹੁੰਦਾ ਆ, ਵਿਅਕਤੀ ਵਿਅਕਤੀ ਤੇ ਵਿਸ਼ਵਾਸ ਕਰ ਲੈਂਦਾ ਆ। ਆ ਨੰਬਰ 4 ਕਾਲ ਪਲੀਜ਼ ਅਟੈਂਡ ਕਰੋ। ਹਾਂਜੀ ਇਹਨਾਂ ਦਾ ਤਾਂ ਵੀਜ਼ਾ ਉਦਾਂ ਹੀ ਲੱਗ ਜਾਣਾ ਸੀ ਜੀ। ਲਾਈਨ ਵੇਖੋ ਸਾਰੀ ਡ੍ਰੌਪ ਹੋ ਗਈ ਆ ਨਾ ਆਪਣੇ ਚੁੱਕਣ ਕਰਕੇ, ਔਰ ਜਦ ਤੁਸੀਂ ਕਾਲ ਕਰਦੇ ਹੋ ਪਲੀਜ਼ ਵੇਟ ਕਰ ਲਓ ਔਰ ਲਾਈਨ ਦਾ ਫਿਰ ਦੁਬਾਰਾ ਟਰਾਈ ਕਰ ਲਓ ਪਲੀਜ਼। ਨੰਬਰ 2 ਕਾਲਰ ਜੀ ਹੈਲੋ ਜੀ ਬੋਲੋ ਜੀ। ਹਾਂ ਜੀ ਮੈਂ ਤੇ ਇਹੀ ਕਹਿਣਾ ਵੀ ਇੱਕ ਉਹਨੇ ਸਿੱਖੀ ਨੂੰ ਸਾਨੂੰ ਦਾਗ ਲਾ ਤਾ ਗਾਤਰਾ ਪਾ ਕੇ ਨਾ, ਇਹ ਲੋਕਾਂ ਨਾਲ ਕੰਮ ਨਹੀਂ ਸੀ ਇਹਨੂੰ ਕਰਨੇ ਚਾਹੀਦੇ, ਬਹੁਤ ਹੀ ਸਾਨੂੰ ਦੁੱਖ ਹੋਇਆ। ਬਾਕੀ ਦਾ ਇਹਦੇ ਵਿੱਚ ਨਾ ਜੇ ਹੁਣ ਤੁਸੀਂ ਕਹੋਗੇ ਅਸੀਂ ਥੋੜੀ ਵਾਲੀ ਸਾਰੇ ਜਣੇ ਦੀ ਹੈਲਪ ਵੀ ਕਰ ਸਕਦੇ ਹਾਂ, ਜੇ ਕਿਤੇ ਫੋਨ ਤੇ ਆ ਜਾਵੇ ਨਾ ਇਹ ਭਾਈ ਸਾਹਿਬ ਬਹੁਤ ਚੰਗਾ ਹੋਊਗਾ, ਕਿਉਂਕਿ ਸਾਡੇ ਵਰਗੇ ਕੁਐਸਚਨ ਨੂੰ ਪੁੱਛ ਸਕਦੇ ਆ। ਮੈਂ ਤੇ ਇਹ ਕਹਿੰਦਾ ਬਹੁਤ ਮਾੜਾ ਹੋਇਆ ਇਹਨਾਂ ਦੁੱਖ ਸਾਂਝਾ ਕਰ ਰਿਹਾ ਸਭ ਦੀ ਗੱਲ ਜੀ। ਬਹੁਤ ਮਾੜੀ ਗੱਲ ਹੈ ਔਰ ਅਸੀਂ ਤੁਹਾਡੇ ਸੇਵ ਵਿੱਚ ਨਾਲ ਨਾਲ ਅਪਡੇਟ ਵੀ ਤੁਹਾਨੂੰ ਕਰ ਰਹੇ ਹਾਂ। ਔਰ ਅਸੀਂ ਨੰਬਰ 1 ਕਾਲਰ ਤੇ ਜਾ ਰਹੇ ਹਾਂ ਔਰ ਅਸੀਂ ਆਮ ਕਨਫਿਊਜ਼ ਐਕਟਿਵ ਸਿਕਿਉਰਿਟੀ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਕਿਸੇ ਵੀ ਸਮਾਗਮ ਲਈ। ਨੰਬਰ ਨੋਟ ਕਰੋ 9587-4700। ਕੀ ਜਾਣਦੇ ਹੋ ਕਿ ਹੈਪੀ ਢਿੱਲੋਂ ਅਤੇ ਰਮਨ ਚਾਹਲ ਦੀ ਇੱਕ ਐਸੀ ਟੀਮ ਹੈ। ਇੱਕ ਮਿੰਟ ਨੰਬਰ ਕਾਲਰ 1 ਕਾਲਰ ਪਲੀਜ਼ ਚਪਤਾ ਦਾਨ ਬਖਸ਼ੋ ਪਲੀਜ਼। ਹੈਪੀ ਢਿੱਲੋਂ ਅਤੇ ਰਮਨ ਚਾਹਲ ਦਾ ਸੰਦੇਸ਼ ਹੈ ਕੈਲਗਰੀ ਦੇ ਵਿੱਚ। ਇਹ ਸਾਡੇ ਮਾਫ ਕਰਨਾ 4 ਬੈਡਰੂਮ ਅਤੇ 4 ਵਾਸ਼ਰੂਮ ਸਾਰੇ ਹੀ ਅਪਲਾਇੰਸਿਸ ਤੁਹਾਨੂੰ 4,80,000 ਦੇ ਵਿੱਚ ਇਹ ਘਰ ਵੇਚ ਰਹੇ ਨੇ। ਤੁਸੀਂ ਕੈਲਗਰੀ ਦੇ ਵਿੱਚ $5,000 ਦੇ ਕੇ ਇਹ ਮਕਾਨ ਲੈ ਸਕਦੇ ਹੋ ਅਤੇ ਇਹਨਾਂ ਕੋਲ 5 ਪਲਾਜ਼ੇ ਮੈਟਵੀਨ ਦਾ ਵੇਅਰ ਹਾਊਸ ਮੈਟਵੀਨ ਦਾ ਬਿਲਡਰ ਹੈ ਉਹਦੇ ਦੁਆਰਾ ਬਣਾਏ ਗਏ ਘਰ ਅਤੇ ਬਣਾਏ ਜਾ ਰਹੇ ਟਾਊਨ ਹਾਊਸ ਅਤੇ ਉਹਨਾਂ ਦੁਆਰਾ ਬਣਾਏ ਗਏ ਵੱਡੇ ਵੱਡੇ ਪਲਾਜ਼ੇ 5 ਪਲਾਜ਼ੇ ਬਣ ਰਹੇ ਨੇ ਜਿਨ੍ਹਾਂ ਵਿੱਚ ਤੁਸੀਂ ਕੋਈ ਵੀ ਬਿਜ਼ਨਸ ਕਰਨਾ ਚਾਹੁੰਦੇ ਹੋ 1000 ਸਕੁਅਰ ਫੀਟ ਦਾ, 1500 ਦਾ, 2000 ਦਾ, 4000 ਦਾ, ਗੋਸੀ ਸਟੋਰ ਦਾ ਕਰਨਾ ਹੈ, ਪੀਜ਼ੇ ਦਾ ਕਰਨਾ ਹੈ, ਰੈਸਟੋਰੈਂਟ ਕਰਨਾ ਹੈ, ਕੱਪੜੇ ਦਾ ਕਰਨਾ ਹੈ, ਤਾਂ ਇਹ 5 ਪਲਾਜ਼ੇ ਨੇ ਕੈਲਗਰੀ ਡਾਊਨ ਟਾਊਨ ਦੇ ਵਿੱਚ ਅਤੇ ਏਅਰਪੋਰਟ ਦੇ ਲਾਗੇ ਇਹ ਘਰ ਬਣ ਰਹੇ ਨੇ, ਪਲਾਜ਼ੇ ਬਣ ਰਹੇ ਨੇ। $5,000 ਦੇਣਾ 4,80,000 ਦੇ ਵਿੱਚ 4 ਬੈਡਰੂਮ, ਡਬਲ ਗਰਾਜ, ਡਬਲ ਡੋਰ ਐਂਟਰੀ, 4 ਕਾਰਾਂ ਦੀ ਪਾਰਕਿੰਗ ਅਤੇ ਬੇਸਮੈਂਟ ਬਿਲਡਿੰਗ ਬਣਾ ਕੇ ਦੇਣੀ ਤੁਹਾਡੀ ਚੋਇਸ ਦੀ। ਸੋ ਤੁਸੀਂ ਕਾਲ ਕਰ ਲਓ 403-667-0012 ਤੇ ਹੈਪੀ ਢਿੱਲੋਂ ਨੂੰ, ਜਾਂ ਤੁਸੀਂ ਰਮਨ ਚਾਹਲ ਨੂੰ ਕਾਲ ਕਰੋ, $5,000 ਦੇ ਕੇ ਬ੍ਰੈਂਡ ਨਿਊ ਘਰ ਬੁੱਕ ਕਰਾਓ। ਨੰਬਰ ਹੈ 403-922-2000 ਤੇ ਰਮਨ ਚਾਹਲ ਨੂੰ ਕਾਲ ਕਰੋ ਜੇ ਤੁਸੀਂ ਟੋਰਾਂਟੋ ਬਰਮਟਨ ਰੀਅਲ ਸਟੇਟ ਵਿੱਚ ਹੋ
वह भी लोग इन्हों ज्वाइन कर इन्हों काम करके पैसे कमा सकते हैं तो इन्हों को जो घर ने बेच सकते हैं अपने क्लाइंट को 4392022000। जी हाँ नंबर वन कॉलर लाइन पर हो देखो बड़ी अपने लिए शर्मनाक गल है मूहरे नहीं आना चाह रहा मैं क्या शो देखता जी बट मूहरे नहीं आना चाह रहा साडे बठिंडे का मैं खुद बठिंडे तो बिलोंग करता जी बठिंडे का कैनेडा लिए उन्हें 27 लाख रुपए की ठगी मरवाई हुई जी कहता के इन्हों के अपने पंजाब विच लिंक बहुत ने जे मैं मूहरे आया मेरे परिवार को थ्रेट आने गई ये वो इस तरह डर रहे हैं काफी लोग इस करके दबे हुए हैं जी मूहरे नहीं आना चाह रहे नहीं नहीं पंजाब दे विच लिंक का की मतलब यही अपने पंजाबियों विच बड़ा डर है जी कानून का डर घट मानते पोलिटिकल लिंक है यह इन्हों को बहुत डरते हैं जी इन्हों के पोलिटिकल लिंक बहुत ने मिनिस्टर खजाना मंत्री इस वेले जेल तो भजे हुए ने जमानत वास्ते एप्लीकेशन दी मंजूर हो गई है और वो भी कोई भी व्यक्ति किन्ने मंत्री अंदर दिते ने भगवंत मान जी ने एक कड़ी बाग दी मूली आ सर तुसी घबराउंदे क्यों दसो बंटी रमणा रहंदा खड़ा बंटी रमणा चढ़ गया जी नहीं जेड़ा व्यक्ति सब चल जाई ने जेड़ा तुहाडा व्यक्ति आ 25 लाख वाला की ये सच है 27 लाख दा जी 27 लाख किथे सच है जी प्रूफ भी हैगा मेरे कोल भाजी बस सा मेरे कोले 6 महीने पहला मेरे को गल आई सी मेनू पता सी उन्हें मेनू खुद दस्या कि मेरे नाल इस तरह ठगी वजी हुई है जी नहीं बंदा किथे दा आ साडे खुद बठिंडे दा जी लोकल बठिंडे दा मेरे नाल खुद पढ़िया होया जी रमनीत नाम है मुंडे दा मेरे नाल खुद पढ़िया होया नहीं ओने दे किद्दा दित्ते उन्होंने 27 लाख 27 लाख जी इस तरह मैनूं बस नहीं उन्हें दस्सिया कि 27 लाख किस तरह दित्ता बट उन्हें जरूर कैनेडा लई जरूर दित्ते सी 27 लाख रुपए LMI लई दित्ते सी जी उन्हें इस बंदे नूं हां जी इस बंदे नूं ओ फिर उन्हें पुलिस को रिपोर्ट नहीं कीती बस साहब यह मैं इन्ना भी पता मैनू कि संगरूर विच दित्ते सी इस बंदे नूं संगरूर विच इहदा कोई घर है संगरूर विच जाके दित्ते सीगे जी इन्ना कि जित्तक मैनू शायद अंदाजा है कि उन्हूं संगरूर इहदा घर तां जलंधर दे विच है यार घर तां जलंधर विच है इहदा पुरानियां गल्लां दे विच इह गल खुली सी कि संगरूर विच जाके पैसे दित्ते गए सीगे इहनूं इहदा घर तां भाई साहब जलंधर दे विच है मेहरबानी जी अगली कॉल नैक्सट कॉल प्लीज सुखमिंदर जी की कहना चाहते बोलो ਬਸ ਤਾਂ ਮੈਂ ਲਿਸਟ ਭੇਜਤੀ ਹੈ ਤੇ ਪੜ ਲਿਓ ਤੁਹਾਡੇ ਲੰਡਨ ਦੇ ਤੇ ਵਿੰਸਰ ਦੇ ਟ੍ਰਾਂਟੋ ਕਿੰਨੇ ਬੰਦੇ ਆ ਜੀ ਅੱਛਾ ਜੀ ਮਿਹਰਬਾਨੀ ਜੀ ਔਰ ਅਸੀਂ ਨੈਕਸਟ ਕਾਲ ਜਾਂਦੇ ਆ ਆਪਣੇ ਹਾਂਜੀ ਕਮਰ ਸਾਹਿਬ ਬੋਲੋ ਜੀ ਇਹ ਬਸ ਜੀ ਸਾਹਿਬ ਮੇਰੀ ਪਹਿਲਾਂ ਕਾਲ ਕੱਟੀ ਗਈ ਮੈਂ ਭੈਣ ਦੀ ਉਹਨਾਂ ਨੂੰ ਇਹੀ ਬੇਨਤੀ ਕਰਦਾ ਸਾਨੂੰ ਹਮਦਰਦੀ ਲਿਖਣੀ ਇਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਜਿਹਦੇ ਅਕਾਊਂਟ ਦੇ ਵਿੱਚ 10-15 ਲੱਖ ਰੁਪਏ ਕੈਨੇਡੀਅਨ ਉਦਾਂ ਹੀ ਵੀਜ਼ਾ ਕੈਨੇਡੀਅਨ ਨੂੰ ਵੈਸੇ ਦੇਈ ਜਾਂਦੇ ਆ ਇਹਨਾਂ ਨੂੰ 2 ਨੰਬਰ ਦੇ ਕੰਮ ਕਰਨ ਦੀ ਲੋੜ ਹੀ ਨਹੀਂ ਸੀ ਇਹਨਾਂ ਕੋਲ ਐਫਡੀਆਂ ਪਈਆਂ ਇਹਨਾਂ ਕੋਲ ਕੈਸ਼ ਆ ਥੋੜਾ ਬਹੁਤਾ ਸ਼ੋਅ ਕਰ ਦਿੰਦੇ ਵੀਜ਼ਾ ਮਿਲ ਜਾਣਾ ਸੀ ਹੁਣ ਤਾਂ ਰਿਕਸ਼ੇ ਵਾਲਿਆਂ ਨੇ ਵੀ ਲਈ ਜਾਂਦੇ ਇਹਨਾਂ ਦੀ ਤਾਂ ਸ਼ੋਪ ਸੀ ਵਧੀਆ ਇਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਕੋਈ ਪ੍ਰੋਗਰਾਮ ਇਦਾਂ ਦਾ ਲਿਆਓ ਇਹ ਜਾਗਰੂਕ ਹੋਣ ਸਾਰੇ ਵੀ ਇੰਨੀ ਕੁ ਤੁਹਾਡੇ ਕੋਲ ਪੇਮੈਂਟ ਹੋਵੇ ਤੁਹਾਨੂੰ ਵੀਜ਼ਾ ਮਿਲਦਾ ਏਜੰਟਾਂ ਦੇ ਚੱਕਰ 'ਚ ਨਾ ਮਿਲੇ ਥੈਂਕ ਯੂ ਧੰਨਵਾਦ ਜੀ ਨਹੀਂ ਇਹ ਤਾਂ ਕਰਦੇ ਲਾਈਨ ਤੇ ਰਹੋ ਇੱਕ ਮਿੰਟ ਹੋਲਡ ਔਨ ਦਲਜੀ ਆਪਣੇ ਗੁਰਜੀਤ ਤੁਸੀਂ ਕਿਸੇ ਨੂੰ ਪੁੱਛਿਆ ਨਹੀਂ ਪ੍ਰੈਜ਼ੀਡੈਂਟ ਤੋਂ ਪਹਿਲਾਂ ਤੁਸੀਂ ਬੰਦੇ ਨੂੰ ਜਾਣਦੇ ਹੈ ਨਹੀਂਗੇ ਜਿਹੜਾ ਗੁਰਜੀਤ ਜਿਸ ਨੇ ਤੁਹਾਨੂੰ ਫਸਾਇਆ ਹੈ ਤੁਸੀਂ ਉਹਦਾ ਆਨ ਦਿੱਤਾ ਆਪਣੀ ਪੁਲਿਸ ਨੂੰ ਕਿ ਇਸ ਬੰਦੇ ਨੇ ਸਾਨੂੰ ਰੈਫਰ ਕੀਤਾ ਸੀਗਾ ਹਾਂਜੀ ਸਰ ਉਹਦਾ ਵੀ ਨਾਂ ਦਿੱਤਾ ਆ ਵਿੱਚ ਉਹ ਹੁਣ ਕਿੱਥੇ ਉਹ ਵੀ ਫਰਾਰ ਆ ਉਹ ਨਹੀਂ ਨਹੀਂ ਸਰ ਉਹ ਨਹੀਂ ਫਰਾਰ ਉਹ ਆਪਣੇ ਉੱਥੇ ਹੀ ਆ ਵਰਪਾਲਾਂ ਦਾ ਆ ਉਹ ਕਿੱਥੋਂ ਦਾ ਵਰਪਾਲ ਪਿੰਡ ਆ ਲਾਗੇ ਜਿੱਥੇ ਮੇਰੇ ਘਰ ਵਾਲੇ ਦੀ ਨੌਕਰੀ ਹੈ ਨਾ ਗੈਸ ਏਜੰਸੀ ਚ ਕਰਦੇ ਆ ਨੌਕਰੀ ਤੇ ਉੱਥੇ ਲਾਗੇ ਪਿੰਡ ਆ ਵਰਪਾਲ ਉਹ ਕੀ ਕਹਿੰਦਾ ਆ ਉੱਥੋਂ ਹਾਂਜੀ ਉੱਥੇ ਰਹਿੰਦਾ ਉਹ ਪਰਮਜੀਤ ਸਿੰਘ ਨਹੀਂ ਤੁਸੀਂ ਉਹਨੂੰ ਪੁੱਛਿਆ ਨਹੀਂ ਕਿੱਥੇ ਆ ਬੰਦਾ ਨਹੀਂ ਉਹ ਮਤਲਬ ਉਹ ਹੁਣ ਕੁਛ ਵੀ ਨਹੀਂ ਉਹਨੂੰ ਵੀ ਪੁਲਿਸ ਵਾਲੇ ਭੇਜਦੇ ਆ ਉਹ ਜਿਹੜੇ ਸੰਮਣ ਤੇ ਉਹ ਵੀ ਜਾਂਦਾ ਆ ਉੱਥੇ ਪਤਾ ਨਹੀਂ ਹੁਣ ਉਹ ਆਪਣਾ ਕੀ ਸਪਸ਼ਟੀਕਰਨ ਉੱਥੇ ਦਿੰਦਾ ਆ ਅਸੀਂ ਉਸ ਤੋਂ ਬਾਅਦ ਉਹਦੇ ਨਾਲ ਲਿੰਕ ਨਹੀਂ ਰੱਖੇ ਨਹੀਂ ਤੁਸੀਂ ਤੁਸੀਂ ਮੁੜ ਕੇ ਗਏ ਨਹੀਂ ਉਹਦੇ ਪਿੰਡ ਉਹਦੇ ਘਰ ਨਹੀਂ ਗਏ ਨਹੀਂ ਸਰ ਉਹਦੇ ਘਰ ਨਹੀਂ ਗਏ ਕਿਉਂਕਿ ਅਸੀਂ ਕੰਪਲੇਂਟ ਕਰ ਦਿੱਤੀ ਹੋਈ ਸੀ ਉਹਦੇ ਖਿਲਾਫ ਨਹੀਂ ਤੁਸੀਂ ਘਰ ਕਿਉਂ ਨਹੀਂ ਗਏ ਤੁਸੀਂ 10-15-20 ਬੰਦੇ ਲੈ ਕੇ ਘਰ ਇਹ ਨਹੀਂ ਕਿ ਘਰ ਜਾ ਕੇ ਕੋਈ ਧਾਵਾ ਬੋਲੋ ਘਰ ਨੂੰ ਤੋੜੋ ਭੰਨੋ ਤੁਸੀਂ ਜਾ ਕੇ 15-20 ਪੰਚਾਇਤ ਨੂੰ ਲੈ ਕੇ ਗੱਲ ਕਰੋ ਤੇ ਨਹੀਂ ਸਰ ਫਿਰ ਅੱਜ ਕੱਲ ਉੱਤੇ ਉਲਟਾ ਐਕਸ਼ਨ ਵੀ ਆ ਜਾਂਦਾ ਹੈ ਨਾ ਕਿ ਮੈਨੂੰ ਮਾਰਨ ਪਏ ਜਾਂ ਨਾ 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 ਇੱਕ ਤਰੀਕਾ ਚਾਹੀਦਾ ਨਾ ਤੁਸੀਂ ਲੇਡੀਜ਼ 10-5-7 ਲੇਡੀਜ਼ 5-7 ਮਰਦ ਜਾ ਕੇ ਪੰਚਾਇਤ ਦੇ ਘਰ ਜਾਓ ਪਹਿਲਾਂ ਪੰਚਾਇਤ ਨੂੰ ਕਹੋ ਕਿ ਆਹ ਬੰਦਾ ਤੁਹਾਡੇ ਪਿੰਡ ਦਾ ਆ
एक तरीका सीखो ना, मैं हैरान है कि तुहाडे कोल तरीका भी है नहीं गा, तुहाडे कोल सेंस भी नहीं है नहीं गी, दिमाग भी तुहाडा काम नहीं करदा, 95 लाख रुपया रोड़ के सड़ दिता, जिंदगी बर्बाद करती, साडा टाइम वेस्ट किया, थानू इन्नी भी तुसीं बच्चों दोनों जन्म दिता भैन जी सत्कार योग हो सिर दे ताज हो, थानू इन्ना भी नहीं पता किवें तुहाडे कोल परचा पा दूगा, तुसीं जे 5 औरतां होणगीआं 4 मर्द होणगे और तुसीं सत्कार नाल पंचायत कोल जाओ, सीधे पंचायत नूं दसो जी अज नहीं टाइम जो कल उन्हें नंबर लाया, फिर दोबारा जाओ, फिर जाओ, फिर जाओ पिंड दसो जाके कि आ बंदा जिन्हें साढ़े ना जी ठगी हुई है, तो यह बंदे की इनवॉल्वमेंट आ, तुसी क्यों नहीं जानते? मेरे हसबेंड बहुत डरते हैं, वह कहें भी मेरा मतलब उथे आके तो मैं बंदे लैके आके तो धमकिया ना दे, बस ओ डरते हैं, इस करके मैं कोई स्टैप नहीं चुकया। नहीं डर, यह मतलब है कि समथिंग रोंग है, डरते क्यों आ? सर वो काम ही उधर कर दे आते, वो कह दें दे कि मेरी ये ना मेरी नौकरी, मैं नौकरी तो हाथ धोने पहनते हो ता करके डरते हैं। 15,000 बदले से डरते हो, 95 लाख दे चुके हो, कमाल दे लोग तुसी, मैं हैरान थोड़ी छड़े ब्रेन तो छड़े दिमाग है कि नहीं? सर वो पंच है गया उधर को, मतलब वो भी चल दी ता करके ही डरते हैं कि जरा वो पंच है सारे उधर नाल उधर। भैन जी पंच हो सरपंच हो खड़पंच हो पंच सरपंच खड़पंच हू केयर मंत्री हो कानून सारे इको जिहा आ। तुसीं जानदे हो कि जिहड़े नवें इस वेले 2 साल नहीं होए भगवंत मान जी नूं, तुसीं उन्होंने दफ्तर जां उन्होंने स्टाफ दे नाल गलबात करो, साडे इस बंदे ने फ्रॉड किया, उन्होंने एक मिनट का काम चुके नहीं अंदर दे लैणा फड़ के, तुसीं कार्रवाई करो ना, तुसीं जानदे नहीं जे तुसीं घर बैठे चाहुंदे हो? नहीं सर मैं तो धक्के खा खा के मेरा तो एक्सीडेंट भी एक बार होया, मेरे तो इलाके इलाके का एमएलए कौन है? इलाके का ਸੰਧੂ ਜਿਹੜੇ ਵੀ ਐਮਐਲਏ ਸਾਹਿਬ ਨੇ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਆ ਬੰਦਾ ਆ ਆ ਗੱਲ ਹੋਈ ਆ ਅਸੀਂ ਤੁਹਾਡੀ ਮਦਦ ਚਾਹੁੰਦੇ ਹਾਂ 100% ਤੁਹਾਡੀ ਮਦਦ ਕਰਨਗੇ ਐਮਐਲਏ ਸਾਹਿਬ ਤੁਸੀਂ ਗਏ ਹੋ ਨਾ ਕੋਲ ਨਹੀਂ ਮੈਂ ਗਈ ਕਿਉਂ ਨਹੀਂ ਗਏ ਕਿੰਨੇ ਸਾਲ
ਟੈਸਟ ਕੱਢ ਕੇ ਤੁਹਾਨੂੰ ਦੱਸਿਆ ਕਿ ਮੈਂ ਡੇਢ ਮਹੀਨਾ ਇੱਕ ਹਸਪੀਟਲ ਰਹੀ ਆ ਤੇ ਮਹੀਨਾ ਮੁੜ ਕੇ ਮੈਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਹੀ ਕਿਉਂਕਿ ਮੇਰੇ ਚੂੜੇ ਤੇ ਮੈਂ ਬੈੱਡ ਤੇ ਪੈ ਗਈ ਸੀ ਮੇਰੇ ਚੂੜੇ ਦਾ ਆਪਰੇਸ਼ਨ ਹੋਇਆ ਨਹੀਂ ਤੁਹਾਡੇ ਚੂੜੇ ਦਾ ਆਪਰੇਸ਼ਨ ਹੋਇਆ ਤੁਹਾਡਾ ਆਦਮੀ ਕੰਮ ਛੱਡ ਕੇ ਮਹੀਨਾ ਛੁੱਟੀ ਲੈ ਕੇ ਕੰਮ ਕਰਨ ਵਾਲਾ ਇਹਨੂੰ ਤਰਜੀਹ ਦੇਵੇ ਚਾਰ ਬੰਦੇ ਇਕੱਠੇ ਕਰਕੇ ਜਾਵੇ ਮਗਰ ਉਹਦੇ ਜੇ ਪਿੰਡ ਦਾ ਸਰਪੰਚ ਖਰਪੰਚ ਦਾ ਨੰਬਰ ਕੀ ਹੈ ਉਹਦਾ ਨੰਬਰ ਹੈ ਉਹਦਾ ਤੁਹਾਡੇ ਕੋਲ ਤੁਹਾਨੂੰ ਫਰੈਂਡਸ ਫਰਨੀਚਰ ਨੇ ਪਿਛਲੇ ਵੀਕਐਂਡ ਤੇ 50,000 ਦੀ ਗੱਡੀ ਜਿਹੜੀ ਹੈ ਉਹ ਲਾਈਨ ਹੋਲਡ ਰੱਖਣਾ ਮੈਡਮ ਗੁਰਪ੍ਰੀਤ ਜੀ ਦਾ ਨੰਬਰ ਲੈ ਲਓ ਪਲੀਜ਼ ਜਿਹੜਾ ਬੰਦਾ ਪਰਮਜੀਤ ਆ ਜਿਹਦੇ ਰਾਹੀਂ ਤੁਸੀਂ ਪੈਸੇ ਦਿੱਤੇ ਆ ਪਰਮਜੀਤ ਤੁਹਾਡੇ ਹਸਬੈਂਡ ਨੂੰ ਕਿੰਨੇ ਸਾਲੋਂ ਜਾਣਦਾ ਸੀ ਤੇ ਕਿਵੇਂ ਜਾਣਦਾ ਸੀ ਸਰ ਇਹ ਕਾਫੀ ਦੇਰ ਤੋਂ ਜਾਣਦਾ ਸੀ ਮੈਨੂੰ ਲੱਗਦਾ ਕੋਈ ਹੋ ਹੀ ਗਏ ਹੋਣੇ ਆ ਜਦੋਂ ਦੇ ਕੰਮ ਕਰਦੇ ਉਦੋਂ ਦਾ ਕਿਉਂਕਿ ਉਹਦਾ ਪਿੰਡ ਲਾਗੇ ਉਹ ਵੀ ਸਿਲੰਡਰ ਉੱਥੋਂ ਹੀ ਖੜਦਾ ਹੈ ਜਾਣਦਾ ਹੈ ਨਹੀਂ ਉਹ ਤੁਹਾਡੇ ਨਾਲ ਨੀ ਗਏ 95 ਠੱਗੀ ਹੋਈ ਆ ਉਹ ਤੁਹਾਡੇ ਨਾਲ ਲੱਭਦਾ ਨੀ ਉਹ ਬੰਦਾ ਤੁਹਾਡੇ ਨਾਲ ਨੀ ਜਾਂਦਾ ਉਹ ਤੁਹਾਡੇ ਨਾਲ ਨੀ ਖੜਾ ਨਹੀਂ ਸਰ ਉਹ ਨਾਲ ਨੀ ਖੜਾ ਕਿਉਂ ਕਾਰਨ ਕੀ ਆ ਇਹਦੇ ਪਿੱਛੇ ਕੋਈ ਰਾਜ ਮਤਲਬ ਇਹ ਆ ਕਿ ਉਹਨੇ ਉਹ ਬੰਦੇ ਲਿਆ ਕੇ ਦਿੰਦਾ ਹੋਣਾ ਤੇ ਇਹ ਪੈਸੇ ਕਮਾਉਂਦਾ ਹੋਣਾ ਉਹਨੂੰ ਵਿੱਚੋਂ ਕਮਿਸ਼ਨ ਦਿੰਦਾ ਹੋਣਾ ਹਾਂਜੀ ਸਰ ਸਾਨੂੰ ਵੀ ਇਹੀ ਸ਼ੱਕ ਆ ਤੇ ਬਸ ਮੇਰੇ ਹਸਬੈਂਡ ਨਾ ਥੋੜੇ ਜਿਹੇ ਜਿਸ ਤਰ੍ਹਾਂ ਮੈਂਟਲੀ ਤੌਰ ਤੇ ਨਾ ਥੋੜੇ ਜਿਹੇ ਜਿਸ ਤਰ੍ਹਾਂ ਡਿਸਟਰਬ ਜੇ ਹੋਏ ਆ ਤੇ ਉਹ ਗੱਲ ਨਹੀਂ ਮਤਲਬ ਕਰਦੇ ਨਹੀਂ ਆ ਡਰਦੇ ਬਹੁਤ ਆ ਭੈਣ ਜੀ ਡਿਸਟਰਬ ਹੋਣਾ ਤਾਂ ਸੁਭਾਵਿਕ ਆ ਜਿਹਦਾ 95 ਲੱਖ ਰੁਪਈਆ 95 ਲੱਖ ਤੁਹਾਡੇ ਪਿੰਡ ਦੇ ਦਰਖਤਾਂ ਦੇ ਪੱਤੇ ਨਹੀਂ ਹੋਣੇ ਜਿਹੜਾ ਤੁਹਾਡਾ ਪਿੰਡ ਹੈ ਤਾਂ ਨਾ ਇਸ ਭਾਈ ਦੇ ਹੋਣੇ ਆ ਦਲਜੀਤ ਸਿੰਘ ਦੇ ਕਿਉਂਕਿ ਇਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਮੈਂ ਸ਼ਬਦ ਐਸਾ ਨਹੀਂ ਲਿਆਉਣਾ ਚਾਹੁੰਦਾ ਕਿਉਂਕਿ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਕਿਉਂਕਿ ਮੈਂ ਇੱਕ ਸਿੱਖ ਹੈ ਪਰ ਅਫਸੋਸ ਹੈ ਕਿ ਮੇਰੇ ਤੇ ਵਾਹਿਗੁਰੂ ਦੀ ਕਿਰਪਾ ਨਹੀਂ ਹੈ ਬਟ ਸਾਡੇ ਪਰਿਵਾਰ ਤੇ ਵਾਹਿਗੁਰੂ ਦੀ ਕਿਰਪਾ ਆ ਅੰਮ੍ਰਿਤ ਪਾਨ ਹੈ ਔਰ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਪਰ ਅੰਮ੍ਰਿਤ ਛਕ ਕੇ ਆਹ ਕੰਮ ਕਰਨਾ ਜਿੰਨੇ ਵੀ ਸਾਡੀ ਸਿੱਖ ਫੈਮਿਲੀ ਸਵਰੀਆਂ ਆ ਸਾਰੀਆਂ ਇਸ ਵੇਲੇ ਭੁੱਬਾਂ ਮਾਰ ਕੇ ਰੋ ਰਹੀਆਂ ਅਤੇ ਉਹ ਸੋਚ ਰਹੀਆਂ ਕਿ ਇੱਕ ਸਿੱਖ ਨੇ ਦੇ ਲਓ ਕਿ ਕਿੰਨੇ ਸਿੱਖਾਂ ਦੇ ਹਿਰਦੇ ਜਿਹੜੇ ਨੇ ਬਲੂੰਦ ਕੇ ਰੱਖ ਦਿੱਤੇ ਨੇ ਇਹ ਹਰ ਸਿੱਖ ਦਾ ਹਿਰਦਾ ਸਿਰ ਰੋਂਦਾ ਆ ਹਰ ਸਿੱਖ ਦਾ ਹਰ ਛੋਟਾ ਬੱਚਾ ਵੀ ਰੋਂਦਾ ਹੋਊਗਾ ਕਿ ਸਾਡੇ ਧਰਮ ਵਿੱਚ ਹੈ ਕਿਰਤ ਕਰੋ ਵੰਡ ਕੇ ਛਕੋ ਦਸਵੰਧ ਕੱਢੋ ਗੁਰੂ ਦੀ ਬਾਣੀ ਮਿੱਠੀ ਬਾਣੀ ਤੁਰਕੀ ਬਾਣੀ
कमाल का बंदा अमृत छक के कमाल है इस बंदे दी पहरावा पहन के मैं हैरान इस बंदे तो एक किमें जाके गुरु साहिबान अज गुरपुरब है गुरु रामदास जी का आप सब नूं गुरपुरब दी बहुत बहुत बधाइया एक किमें गुरु महाराज की हजूरी में जाके नतमस्तक हुंदे जाऊंगा इन्ने पाप कमाए ने उन्होंने लोगों ने जिन्हें मेहनत की आ मेहनत करने वाले बंदे नूं लुटदा तू सो आओ असीं 5 मिनट बाद टैलीफोन हुण असीं थोड़े विच कोई भी सानू कैनेडा विच दुनिया विच किसी का एक बंदे का कॉल आया कि साढ़े एक परिवार तो इन्ने लाख की ठगी मारी सी मेरे दोस्तों होर किसी सानू कॉल नहीं आया गुरपेज जी इन्होंने एक नंबर तक कैनेडा का चाल फैमिली तुसीं कॉल कीता उन्होंने वो की कहंदे सर एक नंबर हो वो भी नहीं चकदे जी नंबर वो भी नहीं चकदे गुरबचन सिंह टोरंटो तो आ उन्हां दा नंबर ले लो जे ओ दूजे नहीं चकदे ते वो गुरबचन सिंह कौन ने गुरबचन सिंह टोरंटो तो आ उन्हां नाल भी ठगी होई आ नहीं नहीं गुरबचन सिंह कौन ने सर वो भी इस तरह ही जिस तरह वो तानू पहला नंबर दिता ना जिहड़ा असीं नेट तो पर तानू असीं इक भैन जी बेनती करांगे हैना जो भी तुसीं नाम लै रहे हो जां किसे दा भी कुछ कर रहे हो मेक श्योर करो कि जिदे नाल तुहाडी परसनली गल होई ते अगला चाहुंदा है कि तुसीं उहनां दा नाम लओ उहदा ही नाम लओ क्योंकि असीं कल नूं गधी गेट च फसे रहीए नहीं नहीं सर इहनां सारिआं नाल गल होई उहनां ने मतलब सानूं इह दस्सिआ कि इधरों इस तरह प्रॉब्लम नहीं थानूं थानूं किद्दां मिले गुरबचन सिंह सर इह जिहड़ी लिस्ट कढ़ी आ ना उहनां ते नां इहनां दे ते असीं फिर कॉल कीतीआं आ तां सानूं पता लग्गा आ उहनां ने साडे नाल गल कीती उह गुरबचन सिंह ने की गुरबचन सिंह ने की कहा इहनां बारे कि उहनां तों उहनां दे नाल ठगी कहड़ी मारी आ किद्दां मारी किन्ने पैसे दी मारी आ सर उहनां नाल ट्रक दे नां ते ठगी मारी बस उधर गड्डियां कारां दे नां ते इहने ठगी मारी आ ते उहनां ने की एक्शन लिया उहनां ने पुलिस नूं दस्सिआ हांजी सर उहनां सारिआं ने इहदे ते मतलब केस दर्ज कराए होए उधर जेल हुई जेल तो बाद फिर डिपोर्ट करता इंडिया हाँ जी गुरबचन सिंह एक तस्वीर है काइंडली दिखाओ सीधा फेस जो पता लग सके असी ताकि एक बार साढ़े परिवार जेडे तस्वीर असि दिखा रहे हैं ये तस्वीर दलजीत सिंह बैंस से सो थी गल है मई महीने हुई है मई महीने 2023 उस तो बाद गल नहीं हुई नहीं सर आई सी गुरपीत जी ने तस्वीर है थोड़े कोई होर नहीं सर यही तस्वीर ने आ भी तस्वीर है ट्रैक सूट पाया हुआ है ये भी इन्हों की है जी जो पीड़ा पटका बनया हुआ मल्ली नंगल का कोई सानू प्रोम सुने केड़े पिंड लागे ने जलंधर नहीं पता हुण मैनू आई डोंट नो सर आदमपुर दे कोल जे अच्छा आदमपुर दे कोल आ है पिंड हां जी ਤੁਸੀਂ ਇਹ ਪਿੰਡ ਵਿੱਚ ਇੱਕ ਵਾਰੀ ਗਏ ਹੋ ਸਿਰਫ ਹਾਂ ਜੀ ਸਰ ਮੈਂ ਕੱਲ ਹੀ ਜਾ ਕੇ ਆਈ ਇਹਦੇ ਪਿੰਡ ਅੱਜ ਕੱਲ ਜਾ ਕੇ ਪਹਿਲੀ ਵਾਰੀ ਗਏ ਤਾਂ ਇਕੱਲੇ ਗਏ ਹੋ ਹਾਂ ਜੀ ਮੈਂ ਤੇ ਮੇਰਾ ਬੇਟਾ ਨਾਲ ਗਿਆ ਸੀਗਾ ਤੇ ਜਦੋਂ 7 ਲੱਖ ਰੁਪਏ ਦਿੱਤਾ ਉਦੋਂ ਫਿਰ ਜਲੰਧਰ ਰੱਖ ਦਿੱਤਾ ਤੁਹਾਨੂੰ ਤੁਸੀਂ ਹਾਂ ਜੀ ਸਰ ਉਦੋਂ ਇਹਨੇ ਜਲੰਧਰ ਆਪਣੀ ਕੋਠੀ 'ਚ ਆਫਿਸ ਬਣਾਇਆ ਸੀ ਨਾ ਉੱਥੇ ਦਿੱਤਾ ਇਹਨੂੰ ਇਹਦੀ ਕੋਠੀ ਜਲੰਧਰ ਆ ਹਾਂਜੀ ਕੋਠੀ ਜਲੰਧਰ ਉਹ ਹੁਣ ਅਸੀਂ ਬਾਅਦ ਚ ਪਤਾ ਕੀਤਾ ਤੇ ਕਹਿੰਦੇ ਮਤਲਬ ਹੈ ਨੀ ਉੱਥੇ ਕੋਈ ਵੀ ਕਿਰਾਏ ਤੇ ਲਈ ਇਹਨੇ ਕਿਰਾਏ ਤੇ ਕਮਰਾ ਲਿਆ ਉਹਨੇ ਕੋਠੀ ਦੇ ਵਿੱਚ ਕੋਈ ਨਹੀਂ ਸਰ ਸਾਰੀ ਕੋਠੀ ਹੀ ਸਾਰੀ ਕੋਠੀ ਕਿਰਾਏ ਤੇ ਲਈ ਸੀ ਹਾਂਜੀ ਕੋਈ ਬਾਹਰ ਸਾਈਨ ਲੱਗਿਆ ਹੋਇਆ ਸੀ ਕੋਠੀ ਦੇ ਮੋਰੇ ਕੋ ਸਾਈਨ ਲਾਇਆ ਹੋਇਆ ਸੀ ਨਹੀਂ ਸਰ ਸਾਈਨ ਕੋਈ ਨਹੀਂ ਆਈ ਸੀ ਸੋ ਆਓ ਸਾਡੀ ਇਹ 95 ਲੱਖ ਦੇ ਵਿੱਚ ਦੇਖਿਆ ਜਾਵੇ ਕਿ ਇਸ ਵੇਲੇ मैं की कहां अपनी जिंदगी तबाह कर चुकी है बच्चों की जिंदगी खराब कर चुकी है बच्चे एजुकेशन तो देखा जाए कि दूर हो चुके हैं कपड़े तेरे नवे सिला के टच में बंद कर चुके हैं पुराने कपड़े जोड़े इन्होंने पहनने से वो कपड़े ये दान कर चुके कि इस तरह जहाज में बैठने की तैयारी है तो कार और वैन दिल्लियों आ रही है जिस इन्होंने चढ़ के जाने का सुपना इन्हों का चकना चूर हो गया कच्च के गिलास वांग टुट गया सो ये हुण साडे स्रोते दर्शक है असी मैं 2-3 मिनट लई कमर्शियल लेने चाहांगा
और उस तो बाद मैं जानना चाहांगा साडा कोई ऐसा परिवार का मैंबर है जिन्हों दलजीत सिंह बैंस बारे जानकारी है सानू कॉल करे। और ये परिवार 95 लाख पुलिस ने एफ आई आर तक कर दिती है पर भगौड़ा करार होने तो बाद किमें किस तरह ये रैसट होंगी है जे तुसी पंजाब विच साडा नाल तालमेल करो 437-7713-13 अपनी पुलिस नूं इनफॉर्म करो ताकि एक गरीब जिहड़ा परिवार है एक मेहनती परिवार एक सरड़ी परिवार है और एक मेहनत करने वाली साडे सिर ते दस्तार जिहड़ी है जिथे सजाई हुई उत्थे साडी भैण ने सिर ते जिहड़ा है वह दुपट्टा जिहड़ा है वह अपने सिर नूं पूरा ढकिया होया है इन्नी मेहनत करने वाली यह भोला भाला चेहरा साडी भैण दा है। मैं दुख बढ़ाउंदा आ दुख सांझा करदा आ पर इहो जिहे दिन माड़े जदों आउंदे किसी इंसान दे किसी नूं पुछ के नहीं आउंदे वड्डे तो वड्डे लोग पढ़े तो पढ़े लोग कई वारी वह लुट हो जाते हैं जिहड़े लुट्टण वाले ने हाले भी जिहड़े ने वह घट ने अते लुटाउण वाले जिहड़े ने वह बहुत ज़्यादा ने लुटाउण वाले जिहड़े ने हर पिंड हर शहर विच ने आओ सानूं लुट लाओ लोगों नूं लालच दे के हिपनोटाइज़ कर लेंदे ने इन्हां कोल इन्नी कला हुंदी आ ये अपनी कला दे इन्ने एक्सपर्ट हुंदे आ अज तुहानूं इह मोहित कर लेंदे आ ਤੁਹਾਨੂੰ ਆਪਣੀ ਮਗਰ ਲਾ ਲੈਂਦੇ ਆ ਔਰ ਹੈਰਾਨੀ ਵਾਲੀ ਗੱਲ ਹੈ ਕਿ ਰਹਿੰਦਾ ਜਲੰਧਰ ਹੋਵੇ ਤਾਂ ਸਿਲੰਡਰ ਗੈਸ 'ਤੇ ਭਰਾਉਂਦਾ ਹੋਵੇ ਅੰਮ੍ਰਿਤਸਰ ਤੋਂ ਔਰ ਕਿਵੇਂ ਕਿਸ ਤਰ੍ਹਾਂ ਗਰੀਬ ਨੂੰ ਲੁੱਟਿਆ ਹੋਵੇ ਤਾਂ ਆਈ ਡੋਂਟ ਨੋ ਕਿ ਤੁਹਾਡੇ ਹਸਬੈਂਡ ਨੇ ਕਿਵੇਂ ਕਹਿਤਾ ਕਿ ਹਾਂ ਸਾਡੇ ਕੋਲ 40-50 ਲੱਖ ਰੁਪਈਆ ਇਹਨੇ ਕਿਹਾ ਹੋਣਾ ਕਿ ਤੁਹਾਡੇ ਕੋਲ 30-40 ਲੱਖ ਹੈਗਾ ਆ ਤੁਹਾਡੇ ਹਸਬੈਂਡ ਕਹਿਤਾ ਹੋਣਾ ਹਾਂ ਸਾਕੂ ਹੈਗਾ ਆ ਇੱਥੋਂ ਗੱਲ ਸ਼ੁਰੂ ਹੋਣੀ ਆ ਕੀ ਪੁੱਛਿਆ ਸੀ ਸਭ ਤੋਂ ਪਹਿਲਾਂ ਗੱਲ ਕੀ ਕੀਤੀ ਸੀ ਕਿੰਨੇ ਪੈਸੇ ਤੁਹਾਡੇ ਕੋਲ ਹੈ ਬੋਲੋ ਮੈਨੂੰ ਦੱਸੋ ਗੁਰਜੀਤ ਤੁਹਾਨੂੰ ਇਹਨੇ ਕੀ ਕਿਹਾ ਸੀਗਾ ਕਿ ਕਿੰਨੇ ਕੁ ਪੈਸੇ ਤੁਹਾਡੇ ਕੋਲ ਸਰ ਇਹਨੇ ਮੇਰੇ ਹਸਬੈਂਡ ਨਾਲ ਉੱਥੇ ਗੱਲ ਕੀਤੀ ਹੈ ਤੇ ਆਪਾਂ ਥੋੜੀ ਪ੍ਰੋਪਰਟੀ ਲੈਣੀ ਸੀ ਬੱਚਿਆਂ ਵਾਸਤੇ ਸੈੱਟ ਕਰਨ ਵਾਸਤੇ ਤੇ ਇੱਕ ਮੇਰੇ ਬੇਟੇ ਨੇ ਨਾ ਪੜ੍ਹਾਈ ਕਰਨੀ ਸੀਗੀ ਅਜੇ ਡਿਗਰੀ ਕੋਈ ਕਰਨੀ ਸੀ ਤੇ ਇਹਨਾਂ ਨੇ ਪਤਾ ਨੀ ਹੁਣ ਗੱਲ ਕੀਤੀ ਕਿ ਅਸੀਂ ਪ੍ਰੋਪਰਟੀ ਲੈਣੀ ਆ ਤੇ ਇਹਨੇ ਸਾਰਾ ਕੁਛ ਹੀ ਸਾਡੇ ਕੋਲੋਂ ਮੰਗਾ ਲਿਆ ਸਾਡੇ ਘਰ ਦੀ ਰਜਿਸਟਰੀ ਕਹਿੰਦਾ ਪਾਓ ਜੇ ਲੋਨ ਕਰਾਉਣਾ ਆ ਮੈਂ ਪਹਿਲਾਂ ਬੌਂਡ ਸ਼ੋਅ ਕਰਾ ਦਿੰਦਾ ਤੁਹਾਡੇ ਘਰ ਦੀ ਰਜਿਸਟਰੀ ਤੇ ਤੁਹਾਡੀ ਪ੍ਰੋਪਰਟੀ ਤੇ ਬਸ ਇਸ ਤਰ੍ਹਾਂ ਹੀ ਇਹ ਸਾਡੇ ਕੋਲ ਆਰਟੀਆਈਆਂ ਵੀ ਮੰਗਾ ਲਈਆਂ ਘਰ ਦੀ ਪ੍ਰੋਪਰਟੀ ਦੇ ਕਾਗਜ਼ ਵੀ ਮੰਗਵਾ ਲਏ ਮੇਰੀ ਦੁਕਾਨ ਬੁਟੀਕ ਦੇ ਕਾਗਜ਼ ਵੀ ਮੰਗਾ ਲਏ ਸਾਰੇ ਇਸੇ ਤਰ੍ਹਾਂ ਇਹਨੇ ਕਾਗਜ਼ ਪੱਤਰ ਲੈ ਕੇ ਤੇ ਅਕਾਊਂਟ ਦੀਆਂ ਸਟੇਟਮੈਂਟਾਂ ਵੀ ਮੰਗਾ ਲਈਆਂ ਤੇ ਬਸ ਇਹਨੇ ਉੱਥੋਂ ਹੀ ਆਈਡੀਆ ਲਾ ਲਿਆ ਉਹ ਆਈ ਸੀ ਸੋ ਇਹਦਾ ਮਤਲਬ ਘਰ ਵੀ ਆਇਆ ਤੁਹਾਡੇ ਘਰ ਵੀ ਆਇਆ ਹਾਂਜੀ ਘਰ ਵੀ ਇਹਨੇ ਤੁਹਾਡੀ ਇਹਨੇ ਆਪਣੀ ਵਾਈਫ ਨੇ ਗੱਲ ਵੀ ਕਰਾਈ ਤੁਹਾਡੀ ਨਹੀਂ ਵਾਈਫ ਨਾਲ ਵੀ ਇਹਨੇ ਗੱਲ ਕਰਾਈ ਮੈਂ ਇਹਨੂੰ ਕਹਿੰਦੀ ਰਹੀ ਕਿ ਮਤਲਬ ਸਾਨੂੰ ਉਹਨਾਂ ਨਾਲ ਆਪਣੀ ਮਿਸਿਜ ਨਾਲ ਮਿਲਾਓ ਜਿਨ੍ਹਾਂ ਨੇ ਉੱਧਰ ਕਹਿੰਦਾ ਸੀ ਮੇਰੀ ਮਿਸਿਜ ਉੱਧਰ ਵੇਂਦੀ ਇਮੀਗ੍ਰੇਸ਼ਨ ਦਾ ਕੰਮ ਤੇ ਬਸ ਜਦੋਂ ਅਸੀਂ ਇਹਦੀ ਕੋਠੀ 'ਚ ਗਏ ਆ ਨਾ ਉਦੋਂ ਹੀ ਉਹਦੇ ਨਾਲ ਗੱਲ ਹੋਈ ਆ ਕਿਹਦੇ ਨਾਲ ਉਹਦੀ ਵਾਈਫ ਨਾਲ ਹਾਂਜੀ ਵਾਈਫ ਵੀ ਉੱਥੇ ਹੀ ਸੀ ਇਹਦੀ ਅੱਛਾ ਵਾਈਫ ਉੱਥੇ ਸੀਗੀ ਉਸ ਵੇਲੇ ਹਾਂਜੀ ਉਸ ਵੇਲੇ ਉੱਥੇ ਸੀਗੇ ਤੇ ਹੁਣ ਵਾਈਫ ਇੰਡੀਆ ਨਹੀਂ ਹੈ ਕੈਨੇਡਾ ਆਇਆ ਉਹ ਹਾਂਜੀ ਤੇ ਉਹਦੀ ਵਾਈਫ ਨੇ ਦੱਸਿਆ ਕਿ ਹਸਬੰਡ ਮੇਰੇ ਜਾ ਨਹੀਂ ਸਕਦਾ ਕੈਨੇਡਾ ਨਹੀਂ ਸਰ ਉਹਨੇ ਕੁਛ ਨਹੀਂ ਦੱਸਿਆ ਤੁਹਾਨੂੰ ਉਦੋਂ ਪਤਾ ਹੀ ਨਹੀਂ ਸੀਗਾ ਕਿ ਮਤਲਬ ਇਹ ਭਗੌੜਾ ਆਇਆ ਉੱਥੋਂ ਮਤਲਬ ਇਹ ਉੱਥੇ ਭੱਜੇ ਮਤਲਬ ਗਵਰਨਮੈਂਟ ਨੇ ਰਿਪੋਰਟ ਕੀਤਾ ਹੋਇਆ ਹਾਂਜੀ ਤੁਹਾਨੂੰ ਨਹੀਂ ਸੀ ਪਤਾ ਉਸ ਵੇਲੇ ਤੇ ਹੁਣ ਸਾਨੂੰ ਹੁਣ ਪਤਾ ਲੱਗਾ ਸਾਰਾ ਕੁਝ ਜੇ ਤੁਸੀਂ ਉਸ ਘਰ ਦੇ ਵਿੱਚ ਗਏ ਆ ਤੁਹਾਨੂੰ ਲੱਗਦਾ ਸੀ ਕਿ ਘਰ ਇਹ ਕਿਰਾਏ ਤੇ ਲਿਆ ਹੋਇਆ ਜਾਂ ਤੁਹਾਨੂੰ ਲੱਗਦਾ ਸੀ ਘਰ ਜਿਹੜਾ ਆ ਇਹ ਇਹਨਾਂ ਨੂੰ ਲੱਗਦਾ ਆ ਕੋਈ ਸਮਾਨ ਟਕਾਇਆ ਆ ਔਰ ਕਈ ਵਾਰ ਲੱਗਦਾ ਘਰ ਕਿਰਾਏ ਤੇ ਰਹਿੰਦੇ ਆ ਜਾਂ ਫਿਰ ਘਰ ਭਰਿਆ ਭਰੇ ਲੱਗਦਾ ਘਰ ਖਾਲੀ ਖਾਲੀ ਸੀ ਕਿੱਦਾਂ ਲੱਗਦਾ ਸੀ ਘਰ ਨਹੀਂ ਸਰ ਉੱਥੋਂ ਬਿਲਕੁਲ ਸ਼ੋ ਨਹੀਂ ਹੁੰਦਾ ਕਿ ਕਿਰਾਏ ਤੇ ਹੋਊਗਾ ਤਾਂ ਹੀ ਤੇ ਨਹੀਂ ਤੇ ਅਸੀਂ ਆਸੇ ਪਾਸੋਂ ਪੁੱਛ ਗਿੱਛ ਨਾ ਕਰਦੇ ਕਿ ਇਹ ਮਤਲਬ ਕੌਣ ਆ ਇਹ ਕਿਤਰਾ ਆਏ ਆ ਬਸ ਉਹਨੇ ਕੋਈ ਉੱਥੇ ਤਾਂ ਉੱਥੇ ਪਤਾ ਹੀ ਨਹੀਂ ਲੱਗਦਾ ਕਿ ਕਿਰਾਏ ਤੇ ਪੂਰਾ ਜਿਹੜੀਆਂ ਬਾਹਰ ਕੋਠੀਆਂ ਆ ਕੋਠੀਆਂ ਦੇ ਉੱਪਰ ਬਾਹਰ ਨੰਬਰ ਦੇ ਨਾਲ ਨਾਂ ਲਿਖਿਆ ਹੁੰਦਾ ਕਿ ਆਹ ਕੋਠੀ ਤੇ ਆਹ ਨਾਂ ਆ ਘਰ ਦਾ ਹਰ ਕੋਠੀ ਦੇ ਵਿੱਚ ਇਹ ਪੰਜਾਬ ਦੇ ਵਿੱਚ ਜਿਹੜੀ ਕੋਠੀਆਂ ਬਣਦੀਆਂ ਸ਼ਹਿਰਾਂ ਦੇ ਵਿੱਚ ਉਹਨਾਂ ਉੱਪਰ ਨੰਬਰ ਵਗੈਰਾ ਅਤੇ ਨਾਲ ਨਾਂ ਲਿਖਿਆ ਹੁੰਦਾ ਤੁਸੀਂ ਨਾਂ ਪੜਿਆ ਨਹੀਂ ਪੜਿਆ ਸਰ ਉਦੋਂ ਤੇ ਇਹਦਾ ਨਾਂ ਹੈਗਾ ਸੀਗਾ ਬਾਹਰ ਲੱਗਾ ਪਰ ਹੁਣ ਜਦੋਂ ਅਸੀਂ ਵੇਖ ਕੇ ਆਏ ਆ ਤੇ ਹੁਣ ਨਾਂ ਨਹੀਂ ਹੈਗਾ ਇਹਦਾ ਬਾਹਰ ਜਿਹੜਾ ਬਾਹਰ ਨਾਂ ਲੱਗਾ ਸੀਗਾ ਉਹ ਟੈਂਪਰੇਰੀ ਸੀ ਜਾਂ ਉਹ ਪਲੇਟ ਲਾਈ ਹੋਈ ਸੀਗੀ ਫਿਕਸ ਸੀਗੀ ਮਤਲਬ ਪੱਥਰ ਦਾ ਸਟੋਨ ਸੀ ਲੱਗਾ ਹੋਇਆ ਨਹੀਂ ਸਰ ਪੱਥਰ ਦਾ ਸਟੋਨ ਨਹੀਂ ਸੀਗਾ ਬਸ ਉਹ ਜਿਵੇਂ ਆਮ ਪਲੇਟ ਲੋਹੇ ਦੀ ਹੁੰਦੀ ਤੇ ਉਹਦੇ ਤੇ ਲਿਖਿਆ ਹੋਇਆ ਸੀਗਾ ਅੱਛਾ ਲਿਖ ਕੇ ਟੰਗਿਆ ਹੋਇਆ ਸੀਗਾ ਹਾਂਜੀ ਹਾਂਜੀ ਤੇ ਇਹਦਾ ਮਤਲਬ ਇਹ ਇੱਕ ਟੈਂਪਰੇਰੀ ਸੀ ਉੱਥੇ ਹੋਈ ਹਾਂਜੀ ਸਰ ਇੱਥੋਂ ਤੇ ਕੋਈ ਆਈਡੀਆ ਲਾ ਗੱਡੀ ਕਿਹੜੀ ਚਲਾਉਣਾ ਸੀ ਇਹ ਸਰ
ਗੱਡੀ ਦਾ ਤਾਂ ਨਹੀਂ ਮੈਨੂੰ ਪਤਾ ਕਿਹੜੀ ਚਲਾਉਂਦਾ ਸੀ ਇਹ, ਬਸ ਆਪਾਂ ਉੱਥੇ ਕੋਠੀ ਗਏ ਆ ਤੇ ਉੱਥੇ ਮਿਲੇ ਇਹਨਾਂ ਨੂੰ। ਨਹੀਂ 7 ਲੱਖ ਤਾਂ ਤੁਸੀਂ ਦੇ ਕੇ ਆਏ ਕੋਠੀ, ਤੇ ਬਾਕੀ ਦੀ ਰਕਮ ਜਿਹੜੀ ਆ ਇਹ ਆਪ ਆਉਂਦਾ ਸੀ ਲੈਣ ਜਾਂ ਤੁਸੀਂ ਬੈਂਕ ਦੇ ਬੈਂਕ ਭੇਜ ਜਾਂਦੇ ਸੀ? ਨਹੀਂ ਇਹ 2 ਵਾਰੀ ਜਦੋਂ ਸਾਡੇ ਘਰ ਆਇਆ ਨਾ ਉਦੋਂ ਸਾਡੇ ਕੋਲੋਂ ਲੈ ਕੇ ਗਿਆ ਪੈਸੇ, ਤੇ ਇਹ ਆਪਣੀ ਗੱਡੀ ਤੇ ਆਇਆ ਸੀਗਾ ਬਾਹਰ, ਤੇ ਉੱਥੋਂ ਫਿਰ ਮੇਰੇ ਹਸਬੈਂਡ ਨੂੰ ਕਹਿੰਦਾ ਕਿ ਮੈਨੂੰ ਤੁਹਾਡਾ ਘਰ ਨਹੀਂ ਲੱਭਣਾ ਤੇ ਤੁਸੀਂ ਮੈਨੂੰ ਲੈ ਜਾਓ ਮੋਟਰਸਾਈਕਲ ਤੇ ਬਿਠਾ ਕੇ। ਅੱਛਾ, ਮੋਟਰਸਾਈਕਲ ਤੇ ਬਿਠਾ ਕੇ ਤੁਹਾਡੇ ਰਹਿ ਗਿਆ, ਇਹ ਮਤਲਬ ਇਹ ਫਿਰ ਇਹ ਗੱਡੀ ਨਹੀਂ ਸੀ ਇਹਦੇ ਕੋਲ? ਸਰ ਗੱਡੀ ਕਿਸੇ ਤੇ ਹੀ ਆਇਆ ਉਹ, ਮੈਨੂੰ ਤੇ ਪਤਾ ਨਹੀਂ ਆ, ਇਹ ਉਹਨੂੰ ਬਿਠਾ ਉੱਥੇ ਖਲੋਤਾ ਸੀਗਾ ਖੰਡ ਵਾਲਾ ਲਾਗੇ ਪੈਂਦਾ ਤੇ ਉੱਥੋਂ ਇਹਨੂੰ ਬਿਠਾ ਲਿਆ ਇਹ ਘਰ। ਨਹੀਂ ਜਦੋਂ ਤੁਹਾਡੇ ਹਸਬੈਂਡ ਨੇ ਬਿਠਾਇਆ ਤੇ ਗੱਡੀ ਵਿੱਚ ਸੀ ਬੈਠਾ ਜਾਂ ਇਹ ਗੱਡੀ ਤੋਂ ਬਾਹਰ ਖੜਾ ਸੀ ਇਹ? ਨਹੀਂ ਨਹੀਂ ਚੌਂਕ 'ਚ ਹੀ ਖਲੋਤਾ ਸੀਗਾ ਇਹ। ਗੱਡੀ ਹੈ ਨਹੀਂ ਸੀ ਕੋਈ? ਹਾਂਜੀ। ਓ ਮਾਈ ਗੋਡ, ਤੁਹਾਨੂੰ ਸਮਝ ਨਹੀਂ ਆਈ, ਤੁਹਾਡੇ ਲੋਕਾਂ ਦਾ ਦਿਮਾਗ ਨਹੀਂ ਇਹ ਕੰਮ ਕਰਦਾ ਕਿ ਇੱਕ ਬੰਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੀ ਜਿਹੜਾ 95 ਲੱਖ ਮੰਗ ਰਿਹਾ ਆ ਔਰ ਇਹ ਉਹਦਾ ਖੜਾ ਆ ਅੱਡੇ ਤੇ ਖੜਾ ਆ, ਉਹ ਕਿਹੋ ਜਿਹਾ ਦਫ਼ਤਰ ਹੋਊਗਾ, ਕਿਹੋ ਜਿਹੀ ਸਰਵਿਸ ਹੋਊਗੀ? ਤੁਹਾਨੂੰ ਫੇਰ ਵੀ ਨਹੀਂ ਸਮਝ ਆਈ ਭੈਣ ਜੀ? ਇਹ ਬਸ ਇਹਨੇ ਧਰਮ ਦੇ ਨਾਂ ਤੇ ਹੀ ਸਾਡੇ ਨਾਲ ਠੱਗੀ ਮਾਰੀ ਆ, ਇਹੋ ਹੀ ਸਾਨੂੰ ਕਹਿੰਦਾ ਰਿਹਾ। ਗੁਰੂ ਰਾਮਦਾਸ ਜੀ ਨੇ ਮੇਰੀ ਡਿਊਟੀ ਲਾਈ ਆ ਕਿ ਜਿਹੜੇ ਅੰਮ੍ਰਿਤਧਾਰੀ ਪਰਿਵਾਰ ਆ ਉਹਨਾਂ ਨੂੰ ਮੈਂ ਖੜਦਾ ਆ। ਗੁਰੂ ਰਾਮਦਾਸ ਜੀ ਮਹਾਰਾਜ ਦਾ ਅੱਜ ਗੁਰਪੁਰਬ ਆ, ਆਓ ਆਪਾਂ ਅਰਦਾਸ ਇਕੱਠੇ ਹੋ ਗਏ, ਤੁਸੀਂ ਤਾਂ ਆਪਾਂ ਦੋਨੇ ਕਰ ਗਈ ਕਿ ਤੁਹਾਡਾ ਜਿਹੜਾ 10 ਨੌ ਦੀ ਕਿਰਤ ਕਮਾਈ ਆ ਉਹ ਤੁਹਾਡੀ ਝੋਲੀ ਵਿੱਚ ਵਾਪਸ ਆਵੇ, ਅੱਧੀ ਪਚੱਧੀ ਆਵੇ, ਕੁਛ ਨਾ ਕੁਛ ਆਵੇ, ਤਾਂ ਉਹ ਜਿਹੜਾ ਪਾਪੀ ਆ, ਜ਼ੁਲਮ ਆ, ਪਾਪ ਕਰਨ ਵਾਲਾ ਹੈ ਉਹਨੂੰ ਵਾਹਿਗੁਰੂ ਸੱਚੇ ਪਾਤਸ਼ਾਹ, ਹੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨੂੰ ਸਮਤ ਬਖਸ਼ ਕਿ ਇਹੋ ਜਿਹਾ ਇੱਕ ਕਰਮ ਨਾ ਕਰੇ। ਕਰਨ ਨੂੰ ਹਟਦਾ ਨਹੀਂ ਆ, 127 ਬੰਦੇ ਲਿਸਟ ਸਾਡੇ ਕੋਲ ਆ, ਪਤਾ ਨਹੀਂ ਹੋਰ ਕਿੰਨੇ ਕੁ ਲੋਕ ਹੋਣਗੇ, ਕਿੰਨੇ ਕੁ ਵਿਕਟਮ ਹੋਣਗੇ। ਮੈਨੂੰ ਲੱਗਦਾ ਕਿ ਕੱਲ੍ਹ ਦੇ ਪ੍ਰੋਗਰਾਮ ਵਿੱਚ ਕੁਛ ਨਾ ਕੁਛ ਵਿਕਟਮ ਬਾਹਰ ਆਉਣਗੇ ਫੋਰ ਸ਼ੋਰ। ਅਗਰਪੇ ਜੀ ਉਹ ਕਹਿੰਦੇ ਕਿ ਪ੍ਰੋਫੈਸਰ ਹੋ ਸਕਦਾ ਕਿ ਉਹ ਕਿਸੇ ਕਾਲਜ ਪੜ੍ਹਾਉਣ ਗਏ ਹੋਣਗੇ, ਜਿਸ ਕਰਕੇ ਪੋਸੀਬਿਲਿਟੀ ਲੱਗਦੀ ਤੁਹਾਨੂੰ ਬਾਈਕ ਤੇ ਆਉਂਗੇ? ਜੀ ਬਿਲਕੁਲ ਜੀ, ਹੋ ਸਕਦਾ ਆਸੇ ਪਾਸੇ ਹੋਣ। ਗੁਰਜੀਤ ਇਹਨਾਂ ਕੋਲੇ ਵੀ ਲਿਸਟ ਆ, ਇਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਤੁਸੀਂ ਟਰਾਈ ਕਰਿਓ ਕਿ ਸਾਰਿਆਂ ਨੂੰ ਲਾਈਨ ਬੰਦ ਕਰ ਲਓ ਤੁਸੀਂ। ਕੋਈ ਬੰਦਾ ਹੈ ਸਰ ਨਾਲ ਗੱਲਬਾਤ ਕਰਨ ਨੂੰ? ਗੁਰਜੀਤ ਤੁਹਾਡੇ ਨਾਲ ਕੋਈ ਤਿਆਰ ਹੈ ਹੋਰ ਦੱਸਣ ਨੂੰ? ਹਾਂਜੀ ਸਰ, ਗੁਰਬਚਨ ਸਿੰਘ ਨੇ ਟੋਰਾਂਟੋ ਤੋਂ, ਉਹਨਾਂ ਨਾਲ ਵੀ ਅਸੀਂ ਪਹਿਲਾਂ ਗੱਲ ਕੀਤੀ, ਉਹ ਕਹਿੰਦੇ ਸੀ ਮੇਰਾ ਨੰਬਰ ਜ਼ਰੂਰ ਦਿਓ ਮੈਂ ਗੱਲ ਕਰੂੰਗਾ ਉਹਨਾਂ ਨਾਲ। ਆਪਣੇ ਕਰੋ ਤਾਂ ਗੱਲ ਜੀ, ਫਿਰ ਉਹਨਾਂ ਨਾਲ ਫੋਨ ਕਰੋ, ਗੁਰਬੇ ਜੀ ਰਿੰਗ ਕਰੋ ਉਹਨਾਂ ਨੂੰ, ਇੱਕ ਮਿੰਟ ਹੋਲਡ ਕਰੋ, ਨੰਬਰ ਦਿਓ ਆਪਣਾ। ਫਿਰ ਆਓ ਅਸੀਂ ਦੱਸੀਏ ਕਿ ਥਰਡ ਸੀ ਵਿੱਚ ਮਾਈ ਰੇਡੀਓ 580 ਇੱਕ ਬਹੁਤ ਵਧੀਆ ਫ੍ਰੀਕੁਐਂਸੀ ਹੈ, ਪੰਜਾਬੀਆਂ ਦੀ ਰੇਡੀਓ ਸਟੇਸ਼ਨ ਹੈ ਵਿਨੀਪੈਗ ਦੇ ਵਿੱਚ। ਇਹਨਾਂ ਦੀ ਰੇਡੀਓ ਸਟੇਟ ਦੀ ਟੀਮ ਜਿਹੜੀ ਹੈ ਉਹ ਬ੍ਰਹਮਟਨ ਸ਼ਹਿਰ ਵਿੱਚ ਆਣ ਕੇ ਬਹੁਤ ਵੱਡੇ ਪ੍ਰੋਜੈਕਟ ਲੈ ਕੇ ਆ ਰਹੀ ਹੈ। ਟੋਰਾਂਟੋ ਵਾਲੇ ਗੁਰਬਚਨ ਜੀ ਦਾ ਨੰਬਰ ਦਿੱਤਾ ਸੀਗਾ ਜੀ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ, ਉਹ ਕਹਿੰਦੇ ਮੈਨੂੰ ਉਹ ਪੈਸੇ ਮੇਰੇ ਦੇ ਗਿਆ ਸੀ, ਸੋ ਮੇਰੀ ਕੋਈ ਤੁੱਕ ਨਹੀਂ ਬਣਦੀ ਕਿ ਮੈਂ ਗੱਲ ਕਰਾਂ। ਆਏ ਸੀ ਸੋ ਆਪਣੇ ਗੁਰਜੀਤ, ਤੁਸੀਂ ਸਾਨੂੰ ਗਲਤ ਸਟੇਟਮੈਂਟ ਦੇ, ਤੁਹਾਡੀ ਕਦੋਂ ਹੋਈ ਸੀ ਆਪਣੇ ਗੁਰਬਚਨ ਸਿੰਘ ਨਾਲ ਗੱਲ? ਸਰ ਇਹ ਜਦੋਂ ਤੁਸੀਂ ਕਿਹਾ ਸੀ ਨਾ ਫੋਨ ਆਉਣਾ, ਤਾਂ ਉਸ ਤੋਂ ਪਹਿਲਾਂ ਹੀ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ। ਮੈਂ ਪੁੱਛਿਆ ਕਦੋਂ ਹੋਈ ਸੀ, ਮਤਲਬ ਕਦੋਂ ਮਤਲਬ ਕਦੋਂ ਹੋਈ ਸੀ? ਅੱਜ ਹੀ ਹੋਈ ਆ, ਦੋ ਕੁ ਘੰਟੇ ਪਹਿਲਾਂ ਹੋਈ ਸੀ ਉਹਨਾਂ ਨਾਲ ਗੱਲ, ਤੇ ਮੈਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਤੁਹਾਡਾ ਦੇ ਦਈਏ ਨੰਬਰ, ਤੁਸੀਂ ਗੱਲ ਕਰੋਗੇ, ਤੇ ਕਹਿੰਦੇ ਸੀ ਮੈਂ ਕਰ ਲੂੰਗਾ। ਉਹ ਹੁਣ ਕਹਿੰਦੇ ਸਾਨੂੰ ਤਾਂ ਦੇ, ਐਡੀ ਛੇਤੀ ਕਿੱਦਾਂ ਦੇ ਗਏ ਪੈਸੇ? ਅੱਗੇ ਭੇਜ ਜੀ, ਦੱਸੋ ਉਹਨਾਂ ਨੂੰ ਕੀ ਕਹਿੰਦੇ ਸਾਨੂੰ ਪੈਸੇ ਕਦੋਂ ਦੇ ਗਏ? ਉਹ ਤਾਂ ਕਹਿੰਦੇ ਬਹੁਤ ਜ਼ਿਆਦਾ ਟਾਈਮ ਹੋ ਗਿਆ, ਕੋਰਟ 'ਚ ਜਾ ਕੇ ਮੈਨੂੰ ਪੈਸੇ ਦਿੱਤੇ ਉਹਨੇ ਮੇਰੇ। ਭੈਣ ਜੀ ਇਹ ਸਟੇਟਮੈਂਟ ਤੁਸੀਂ ਗੱਲ ਦੇ ਰਹੇ ਹੋ ਜਾਂ ਫਿਰ ਸਰਦਾਰ ਗੁਰਬਚਨ ਸਿੰਘ? ਆਈ ਡੋਂਟ ਨੋ। ਨਹੀਂ ਸਰ ਵੇਖੋ, ਠੱਗੀ ਤੇ ਉਹਨਾਂ ਨਾਲ ਹੋਈ ਆ, ਤੇ ਉਹ ਉਹਨਾਂ ਨੇ ਕੋਰਟ ਰਾਹੀਂ ਪੈਸੇ ਲਏ ਆ, ਬਸ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਕਿ ਠੱਗੀ ਵਾਲੇ ਸਾਰੇ ਜਿਹੜੇ ਤੁਹਾਨੂੰ ਨੰਬਰ ਦੇਣ ਡਏ ਆ। ਆਈ ਨੋ, ਬਟ ਉਹ ਕਹਿੰਦੇ ਕਿ ਸਾਡੇ ਨਾਲ ਬੱਜੀ ਠੱਗੀ, ਸਾਨੂੰ ਪੈਸੇ ਉਹਨਾਂ ਨੂੰ ਦਿੱਤੇ ਅਸੀਂ ਜਾਂ ਲੈ ਲੈ, ਪਰ ਤੁਸੀਂ ਕਿਹਾ ਕਿ ਹਾਂ ਉਹ ਕਹਿੰਦੇ ਸਾਡੇ ਨੰਬਰ ਦੇ ਅਸੀਂ ਗੱਲ ਕਰਨ ਤਿਆਰ ਆ, ਤੇ ਉਹ ਕਹਿੰਦੇ ਅਸੀਂ ਨਹੀਂ ਗੱਲ ਕਰਨੀ। ਹੁਣ ਦੋ ਚੀਜ਼ਾਂ ਵਿੱਚ ਫਰਕ ਹੈ ਸਰ, ਇਹਨਾਂ ਨੂੰ ਪੁੱਛ ਕੇ ਤੇ ਫੇਰ ਹੀ ਤੁਹਾਨੂੰ ਦਿੱਤਾ ਹੈ ਨੰਬਰ, ਇਹਨਾਂ ਨਾਲ ਅਸੀਂ ਪਹਿਲਾਂ ਗੱਲਬਾਤ ਸਾਰੀ ਕੀਤੀ ਆ, ਜਿਵੇਂ ਇੱਕ ਹੋਰ ਨੇ ਪ੍ਰਗਟ ਸਿੰਘ ਆ, ਉਹ ਜਿਹੜੇ ਹਰਕਿੰਦਰ ਸਿੰਘ ਚਾਹ। ਆਈ ਏਮ ਸੌਰੀ, ਆਈ ਕਾਂਟ ਪ੍ਰੋਸੀਡ ਫਿਊਚਰ, ਜਿਹਦੇ ਚ ਅਸੀਂ ਆਪਣੇ ਲੈਵਲ ਤੇ ਗੱਲਬਾਤ ਨਹੀਂ ਕਰਦੇ, ਉਹਨਾਂ ਚ ਤੁਹਾਡੀ ਸਟੇਟਮੈਂਟ ਨੂੰ ਅਸੀਂ ਫੋਲੋ ਨਹੀਂ ਕਰ ਸਕਦੇ, ਕਿਉਂਕਿ ਅਸੀਂ ਜਿੰਨੇ ਨੰਬਰ ਦਿੱਤੇ ਆ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ, ਤੇ ਕੋਈ ਵੀ ਨੰਬਰ ਨਹੀਂ ਚੁੱਕਣਾ, ਵੱਖਰੀ ਗੱਲ ਹੈ, ਔਰ ਫੋਨ ਚੁੱਕ ਕੇ ਕਹਿਣਾ ਕਿ ਆਈ ਏਮ ਸੌਰੀ ਉਹ ਇੱਕ ਵੱਖਰੀ ਗੱਲ ਹੈ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ, ਬ੍ਰੌਡਕਾਸਟਿੰਗ ਖੇਤਰ ਦਾ ਲੰਬਾ ਐਕਸਪੀਰੀਅੰਸ ਹੈ, ਆਈ ਐਮ ਸੌਰੀ ਮੈਂ ਇਹਨੂੰ ਹੋਲਡ ਕਰਦਾ ਤੁਹਾਡੀ ਸਟੋਰੀ ਨੂੰ। ਮੈਂ ਇੱਕੋ ਤੁਹਾਨੂੰ ਬੇਨਤੀ ਕਰਾਂਗਾ ਕਿ ਦੋ ਚੀਜ਼ਾਂ ਨੇ ਕਿ ਤੁਸੀਂ ਐਡੇ ਵੱਡੇ ਫਰੌਡ ਦੀ ਰਕਮ ਨੂੰ ਪੰਜਾਬ ਦੇ CM ਸਾਹਿਬ ਦੇ ਆਫਿਸ ਵਿੱਚ ਪਹਿਲਾਂ ਤੁਸੀਂ ਮਿਲੋ। ਸਭ ਤੋਂ ਪਹਿਲਾਂ ਬਹੁਤ ਈਜ਼ੀ ਤਰੀਕਾ ਹੈ ਪੈਸੇ ਲੈਣ ਦਾ, ਤੁਸੀਂ ਜਿਹੜੇ ਲੋਕਲ ਤੁਹਾਡੇ MLA ਸਾਹਿਬ ਨੇ ਉਹਨਾਂ ਕੋਲ ਨਹੀਂ ਗਏ, ਤੁਹਾਡੀ ਗਲਤੀ ਹੈ, ਚਲੋ ਹਾਲੇ ਵੀ ਟਾਈਮ ਹੈ, ਤੁਸੀਂ ਉਹਨਾਂ ਨੂੰ ਜਾ ਕੇ ਮਿਲੋ,
चार पांच बंदे जाके उन्होंने रिक्वेस्ट करो वो थोड़ी गल बन गए तो भगवंत मान जी की निगाह विच गल आ गई तो वह चुक के अंदर डजन मैटर कोई कौन है कौन नहीं है उन्होंने वड्डे वड्डे पुलिस अफसर वड्डे वड्डे जिहड़े लोग सीगे पॉलिटिशियन सीगे उन्होंने चुक के देता फ्रॉड करने अंदर जीरो टॉलरेंस उन्हों की इस चीज़ की मैं उन्होंने शलाघा करदा तो मैं उन्होंने सल्यूट करदा सो जी गल सच है ये ट्रू एंड फैक्ट है तो तुम अपने लोकल तुम लक्की हो थोड़े एम एल ए भी वो थोड़े की अपने आम पार्टी के ने तो उन्होंने को हल तो गए नहीं जबकि जाना जरूर थानू चाहिए आ सो ये जो थानू डर पाया मन के वो जो सरपंच खड़पंच की ना परमजीत वो बहुत चलती है तो दूजे पास यदि चलती है की ना यदा बंदे का दलजीत सिंह कहना मेरी बहुत चलती है मैं बहुत लोग जानते हैं मैं आ कर दू इस तरह कहता हाँ जी सर की कहना दसो मैं खोल के दसो की तुम थ्रेट कर जल्दी करो समा घट है मेरे को सर ਅਸੀਂ ਉਹਨੂੰ ਕਿਹਾ ਸੀ ਕਿ ਮਤਲਬ ਸਾਡੇ ਕੋਲ ਏਜੰਟ ਬਹੁਤ ਹੁੰਦੇ ਆ ਜਿਨ੍ਹਾਂ ਕੋਲੋਂ ਅਸੀਂ ਕਰਜ਼ਾ ਲਿਆ ਆ ਤੇ ਅਸੀਂ ਛੇਤੀ ਜਾਣਾ ਚਾਹੁੰਦੇ ਆ ਤੇ ਕਹਿੰਦਾ ਸੀ ਕਿ ਮਤਲਬ ਮੇਰੀ ਤੇ ਇੰਨੀ ਚੱਲਦੀ ਕਿ ਮੈਂ ਤੁਹਾਡੇ ਗੇਟ ਦੇ ਅੱਗੇ ਪੁਲਿਸ ਵਾਲਾ ਸਾਰਾ ਦਿਨ ਖਿਲਾਰ ਦਵਾਂ ਤੇ ਉਹ ਤੁਹਾਡੇ ਕੋਈ ਹਿੰਮਤ ਨਹੀਂ ਕਰ ਸਕਦਾ ਘਰ ਆਉਣ ਦੀ ਤੇ ਮੇਰੇ ਪੁਲਿਸ ਵਾਲਿਆਂ ਨਾਲ ਬਹੁਤ ਗੂੜੇ ਸੰਬੰਧ ਆ ਅੱਛਾ ਜੇ ਪੁਲਿਸ ਨਾਲ ਗੂੜੇ ਸੰਬੰਧ ਆ ਤੇ ਮਾਮੇ ਨੂੰ ਪੁੱਛੇ ਤੂੰ ਮਾਮਾ ਖੜਾ ਇੱਥੇ ਬੱਸ ਸਟੈਂਡ ਤੇ ਤਾਂ ਮੈਨੂੰ ਘਰ ਲੈ ਜਾਓ ਆਪਣੇ ਮੋਟਰਸਾਈਕਲ ਤੇ ਇਹੋ ਜਿਹੇ ਤੁਸੀਂ ਆ ਜਿਹਨੂੰ ਬੰਦੇ ਨੂੰ ਜੇ ਮੋਟਰਸਾਈਕਲ ਤੇ ਹੱਥ ਕਿੰਨੇ ਪੈਸੇ ਦਿੱਤੇ ਉਦਣ ਉਹਨੂੰ ਤੁਸੀਂ ਸਰ ਉਦਣ ਇਹਨੂੰ ਅਸੀਂ 11 ਲੱਖ ਦਿੱਤਾ ਓ ਮਾਈ ਗੋਡ ਇਹ ਹੁਣ ਮੈਂ ਕੀ ਕਮਾ ਕਮਲੇ ਟੱਬਰ ਕਮਾ ਉਹੋ ਜਿਹੇ ਕਮਲਾ ਮੈਂ ਤੇ ਉਹੋ ਜਿਹੇ ਕਮਲੇ ਤੁਸੀਂ ਸੁਣ ਲਓ ਗੱਲ ਉਹ ਕਰ ਪਲੀਜ਼ ਸਟਾਪ ਇਟ किन्ने कमले साढ़े भोले पाली मेरी भैन है भैने मैं बहुत दुख तेरा सर गुरु दे नाम दी चक्की मार के लाए तू पुट्टी गई है तू सारा घर बर्बाद कर लिया तीवी आदमी ने मैं बहुत दुख है पर आई एम हेल्पलैस मैं तेन गाइड करांगा दूर बैठा कि प्लीज तुसी कल नू एमएलए नू मिलो सारे काम छड के अपने हसबेंड को छुट्टियां ला ले एक हफ्ते दियां 95 लाख डुबिया होया ए मोड़ना इदियां पॉलिटिकल होया तुसी प्रेशर पाओ ते इनू अंदर कराओ ठीक है सर हां तुसी दसो जेड़ा बंदा जे पैसे 95 लाख तुसी 11 लाख दित्ता ओ को गड्डी भी है नहीं की मोटरसाइकिल ते आया है ओ कहंदा ठीक है मोटरसाइकिल मोरे ला मैं गड्डी पिछे लेके आंदा की थवाडी जिथे घर आ उथे गड्डियां आउंदियां घर तक नहीं अंदर बैठा भी बाहर वाली लेके आ गया हां जी नहीं अंदर बैठा है साडे घरों गर्मिया दे देन ही ते ओ पी के गया मैंगो शेक पिलाता ओ माई गॉड मैंगो शेक और तुसी दिल विच शेक कर दे मैंगो शेक पींदे नूं शर्म नहीं आई और थानू पलाउंदिआं नूं कुछ आया नहीं मन दे विच तुसी इन्ने साल खज्जल खराब होए थानू उहने दिखा लिया नहीं कुछ भी आ कोई डाकूमेंट है कोई साइन किसी पेपर दे कराए नहीं थोड़े पासपोर्ट भी लग गया थोड़े पासपोर्ट कित्थे ने गुरजीत इज गॉन ओ माई गॉड ਤੂੰ ਦੇਖ ਲਓ ਹੁਣ ਭੋਲੇ ਪਾਲੇ ਲੋਕ ਨੇ ਆਈ ਡੋਂਟ ਨੋ ਗੁਰਜੀਤ ਤੁਹਾਡੇ ਕੋਲੋਂ ਉਹਨੇ ਪਾਸਪੋਰਟ ਵੀ ਮੰਗੇ ਤੁਹਾਡੇ ਕੋਲ ਨਹੀਂ ਹਾਲੇ ਤਾਈ ਸਰ ਹਾਂਜੀ ਪਾਸਪੋਰਟ ਭੇਜੇ ਉਹਦੇ ਤੇ ਆਪਾਂ ਫੋਨ ਤੇ ਸਕੈਨ ਕਰਕੇ ਭੇਜੇ ਅੱਜ ਕਾਪੀ ਭੇਜੀ ਆ ਤੂੰ ਪਾਸਪੋਰਟ ਤੁਹਾਡੇ ਕੋਲ ਹੈ ਤੁਹਾਨੂੰ ਕੋਈ ਐਸਾ ਡਾਕੂਮੈਂਟ ਇੰਡੀਆ ਗਵਰਨਮੈਂਟ ਕੈਨੇਡਾ ਗਵਰਨਮੈਂਟ ਦਾ ਦਿਖਾਇਆ ਉਹਨੇ ਨਹੀਂ ਹਾਂਜੀ ਸਰ ਕੈਨੇਡਾ ਗਵਰਨਮੈਂਟ ਦਾ ਕੋਈ ਡਾਕੂਮੈਂਟ ਕੋਈ ਪੇਪਰ ਐਸਾ ਕੈਨੇਡਾ ਗਵਰਨਮੈਂਟ ਦਾ ਦਿਖਾਇਆ ਤੁਹਾਨੂੰ बायोमैट्रिक ਦਿੱਲੀ ਏਅਰਪੋਰਟ ਤੇ ਹੋਣੇ ਤੁਹਾਡੇ ਦਿੱਲੀ ਏਅਰਪੋਰਟ ਤੇ ਕਿੰਨਾ ਉਹ ਬੰਦਾ ਪਾਗਲ ਬਣਾ ਕੇ ਤੁਹਾਨੂੰ ਦਿੱਲੀ ਏਅਰਪੋਰਟ ਤੇ ਕਿਵੇਂ ਹੋਣਗੇ ਬਾਇਓਮੈਟ੍ਰਿਕ ਮੈਨੂੰ ਦੱਸੋ ਪਹਿਲਾਂ ਭੈਣ
ਵੈਰੀ ਸੈਡ ਪਾਰਟ ਸਰ ਨੌਲੇਜ ਨਹੀਂ ਨਾ ਹੈਗੀ ਤੇ ਤਾਂ ਕਰਕੇ ਸਾਨੂੰ ਨਹੀਂ ਪਤਾ ਵੈਰੀ ਸੈਡ ਪਾਰਟ ਵੈਰੀ ਸੈਡ ਪਾਰਟ ਐਂਡ ਵੈਰੀ ਬੈਡ ਪਾਰਟ ਬਹੁਤ ਭੈਣ ਜੀ ਮੈਂ ਅਫਸੋਸ ਹੈ ਮੈਨੂੰ ਇਸ ਚੀਜ਼ ਦਾ ਮੈਂ ਹੁਣ ਤੁਹਾਡੇ ਤੋਂ ਬਾਰੇ ਜਾਚਣਾ ਚਾਹੁੰਦਾ ਸਰ ਮੇਰੀ ਅਪੀਲ ਹੈ ਆਪ ਜੀ ਨੂੰ ਕਿ ਮੇਰੀ ਮਦਦ ਜ਼ਰੂਰ ਕਰੋ ਕੋਈ ਨਾ ਕੋਈ ਹੁਣ ਮੈਂ ਫਸੀ ਪਈ ਹਾਂ ਬਿਪਤਾ ਚ ਪੈ ਗਈ ਹਾਂ ਆਈ ਅੰਡਰਸਟੈਂਡ ਹੁਣ ਤੁਸੀਂ ਜੋ ਮੈਂ ਕਹਿ ਰਿਹਾ ਉਸਨੂੰ ਫੋਲੋ ਕਰੋ ਇੱਕੋ ਇੱਕ ਤਰੀਕਾ ਹੈ ਪੈਸੇ ਲੈਣ ਦਾ ਕਿ ਤੁਸੀਂ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਉਹਨਾਂ ਦੇ MLA ਨੇ ਉਹਨਾਂ ਨੂੰ ਜਾ ਕੇ ਮਿਲੋ ਤੁਹਾਡੇ ਪਿੰਡ ਦੇ ਵਿੱਚ ਆਮ ਪਾਰਟੀ ਦਾ ਕੋਈ ਨਾ ਕੋਈ ਵਰਕਰ ਹੋਊਗਾ ਜ਼ਰੂਰ ਹੋਊਗਾ ਹੈਗਾ ਹਾਂਜੀ ਉਹਨੂੰ ਨਾਲ ਲੈ ਕੇ MLA ਨੂੰ ਮਿਲੋ MLA ਸਾਹਿਬ ਨੂੰ ਕਹੋ ਆਹ ਪ੍ਰੋਬਲਮ ਹੈ ਤਾਂ ਸਾਨੂੰ ਜੀ CM ਸਾਹਿਬ ਨੂੰ ਮਿਲਾਓ ਠੀਕ ਹੈ ਠੀਕ ਹੈ ਹਾਂ ਤੁਸੀਂ ਉਹਨਾਂ ਨੂੰ ਮਿਲੋ ਤੇ ਗੱਲਬਾਤ ਕਰੋ ਤੁਹਾਡਾ ਕੰਮ ਜਿਹੜਾ ਆ ਉਹ ਜਲਦੀ ਵਿੱਚ ਕਰਨਗੇ ਮੈਂ ਤੁਹਾਨੂੰ ਇੱਥੇ ਬੈਠਾ ਕੋਈ ਲਾਰਾ ਲਾਮਾ ਝੂਠਾ ਲਾ ਨਹੀਂ ਸਕਦਾ ਪਰ ਇਹ ਹੈ ਜੇ ਕੋਈ ਇੱਥੇ ਕੇਸ ਹੋਵੇ ਮੈਂ ਹੁਣ ਇਸ ਤੋਂ ਬਾਅਦ ਵੱਡਾ ਨਹੀਂ ਕਰ ਸਕਦਾ ਹੁਣ ਮੈਂ ਆਪਣੇ ਟੈਲੀਵਿਜ਼ਨ ਤੇ ਮਿਲੀ ਲੋਕ ਵਾਚ ਕਰਦੇ ਨੇ ਹੁਣ ਦਿਖਾ ਦਿੱਤਾ ਕਿ ਆਹ ਬੰਦਾ ਆ ਬੈਂਸ ਜੀ ਨੇ ਠੱਗੀ ਮਾਰੀ ਆ ਠੀਕ ਹੈ ਪੁਲਿਸ ਤੇ ਕੇਸ ਰਜਿਸਟਰ ਹੈ ਸੋ ਇਸ ਤੋਂ ਬਾਅਦ ਮੈਂ ਕੁਛ ਹੋਰ ਨਹੀਂ ਮੈਂ ਇਹ ਨਹੀਂ ਤੁਹਾਡੇ ਪੈਸੇ ਤੁਸੀਂ ਦਿੱਤੇ ਆ ਮੈਂ ਸਟੋਰੀ ਦੱਸ ਦਿੱਤੀ ਆ ਸੋ ਅਸੀਂ ਹੁਣ ਕੋਸ਼ਿਸ਼ ਕਰਦੇ ਕਿ ਕੱਲ੍ਹ ਦੇ ਪ੍ਰੋਗਰਾਮ ਵਿੱਚ ਸਾਨੂੰ ਕੋਈ ਪਰਿਵਾਰ ਦੇ ਮੈਂਬਰ ਜੇ ਤੁਹਾਡੇ ਨਾਲ ਕੋਈ ਐਸਾ ਬੰਦਾ ਕਾਲ ਕਰਕੇ ਤਾਲਮੇਲ ਕਰਦਾ ਕਿ ਮੈਂ ਗੱਲ ਕਰਨ ਨੂੰ ਤਿਆਰ ਹਾਂ ਤੁਸੀਂ ਸਾਨੂੰ ਕਾਲ ਕਰ ਦੇਣਾ ਤਾਂ ਅਸੀਂ ਲਾਈਨ 'ਤੇ ਲੈ ਕੇ ਆਵਾਂਗੇ ਸਟੋਰੀ ਜਿਹੜੀ ਗਾਂਧੀ ਗਾਂ ਵੱਧਦੀ ਜਾਊਗੀ ਹੋ ਸਕਦਾ 3-4 ਜੇ ਲੋਕ ਹੋਰ ਆ ਗਏ ਤਾਂ ਇਸ ਸਟੋਰੀ ਦੇ ਵਿੱਚ ਇਹ ਦਲਜੀਤ ਸਿੰਘ ਬੈਂਸ ਤੁਹਾਡੇ ਨਾਲ ਕੋਂਟੈਕਟ ਕਰੂਗਾ ਕਿ ਮੈਂ ਤੁਹਾਨੂੰ ਪੈਸੇ ਦੇ ਦਿੰਦਾ ਕਿ ਤੁਸੀਂ ਸਟੋਰੀ ਨਾ ਕਰੋ ਤਾਂ ਤੁਸੀਂ ਫਿਰ ਆਪਸ ਵਿੱਚ ਐਗਰੀਮੈਂਟ ਕਰ ਲੈਣਾ ਸੋ ਮੈਨੂੰ ਲੱਗਦਾ ਕੋਈ ਨਾ ਕੋਈ ਪਰਿਵਾਰ ਸਾਨੂੰ ਜ਼ਰੂਰ ਕਾਲ ਕਰੇਗਾ ਪਰ ਮੈਨੂੰ ਉਹੀ ਗੱਲ ਦੱਸਣੀ ਹੈ ਜਿਹੜੀ ਸੱਚ ਹੈ ਠੀਕ ਹੈ ਜੀ ਇਸ ਵੇਲੇ ਅਸੀਂ ਆਪਣੇ ਸੁਣਨ ਵਾਲੇ ਸੋਚਿਆਂ ਨੂੰ ਇਹ ਜਾਣਕਾਰੀ ਦੇ ਦਈਏ ਕਿ ਇੱਕ ਨਵਾਂ ਰੈਸਟੋਰੈਂਟ ਆਪਣਾ ਉਦਘਾਟਨ ਕਰ ਰਿਹਾ